चिट्टा मोती है कि काला मोती है, हनेरा ही हो जाते है। ओ डॉक्टर साहब पहले टॉर्च तो ऑन कर लो। हमारी फजूल सॉरी, चिट्टे तो थोड़ा काला, काले तो थोड़ा चिट्टा। डॉक्टर साहब डैडी बचता जानगे ना। ओए पतंदरो, मोतिया नाल बंदा मरदा नहीं हुंदा। बापू तैनू तां हुण दिसदा नहीं, इस गल दा फायदा चक के जे अपने दुश्मन जगतार ने तैनू मार दिता तां। देखो डॉक्टर साहब, जदों तक मेरी अखां दा ऑपरेशन नहीं हो जांदा मैनू हस्पताल च ही रखो। मैं बिना देखे बपास नहीं सुन सकदा। वीर जी, जदों तक डैडी दी अखां नहीं ठीक हो जांदियां ना, किसे नूं पता नहीं लगना चाहीदा कि इहनां नूं कुछ नहीं दिखदा। कौन कहिंदा मैनू नहीं दिखदा? आ कहिंदा। ओए नाम दसो, मैनू दिखदा नहीं। ਪਾਜੀ ਮੈਂ ਲੁੱਟਿਆ ਗਿਆ ਪਾਜੀ। ਕੌਣ ਹੈ? ਪਾਜੀ ਮੈਨੂੰ ਬਚਾਲੋ ਪਾਜੀ, ਕਿਸੇ ਦੇ ਕੇ ਬਚਾਲੋ ਪਾਜੀ ਮੈਨੂੰ। ਕਿਹੜਾ ਓਏ, ਸਾਹਮਣੇ ਆ ਕੇ ਗੱਲ ਕਰ। ਓ ਡੈਡੀ ਕਿਉਂ ਬੁੰਦਲਾਈ ਜਾਂਦੇ ਹੋ ਉਹਨੂੰ, ਸਾਹਮਣੇ ਤਾਂ ਖੜੋਤਾ ਹੈ। ਹਾਂਜੀ, ਓ ਤੂੰ ਦੱਸ ਕੀ ਹੋਇਆ ਤੈਨੂੰ? ਮੇਰਾ ਭਰਾ ਦਵਿੰਦਰ ਜਗਤਾਰ ਸਿੰਘ ਕੋਲ ਚਲੇ ਗਿਆ। ਫੇਰ ਮੇਰੀ ਜ਼ਮੀਨ ਤੇ ਕਬਜ਼ਾ ਕਰ ਲੈਣਗੇ ਜਨਾਬ। ਓਏ ਓ ਕਿਵੇਂ ਕਬਜ਼ਾ ਕਰ ਲੈਣਗੇ, ਮੈਂ ਦੇਖ ਲਾਂਗਾ ਸਾਰਿਆਂ ਨੂੰ। ਇੱਕ ਤਾਂ ਤੁਹਾਨੂੰ ਦਿਖਦਾ ਨਹੀਂ, ਸਾਰੇ ਸਵਾਹ ਦਿਖਨੇ ਕਿੰਨੇ ਕਿੰਨੇ ਕੁੱਟੇ, ਪਤਾ ਵੀ ਨਹੀਂ ਲੱਗਣਾ। ਓਏ ਭੈੜੀ ਔਲਾਦ, ਬਾਪ ਨੂੰ ਕੁੱਟਵਾਉਣ ਨੂੰ ਫਿਰਦੀ ਹੈ, ਉਸ ਪਾਸੇ ਖੜੋਤਾ। ਓਏ ਗੋਲੀ ਮਾਰ ਉਹਨੂੰ। ਤੁਸੀਂ ਦੱਸੋ ਜ਼ਮੀਨ ਦਾ ਕੀ ਕਰਨਾ? ਇਹਨੇ ਅੱਖਾਂ ਦਾ ਕਰਨਾ, ਜ਼ਮੀਨ ਵਾਲਾ ਉਹ ਹੈ। ਹਾਂ ਠੀਕ ਹੈ। ਉਹ ਗੱਲ ਸੁਣੋ, ਤੇਰੀ ਜ਼ਮੀਨ ਖਾਲੀ ਪਈ ਹੈ? ਤੂੰ ਆਏ ਕਰ ਉੱਥੇ ਜੰਬੋ ਸਰਕਸ ਲਵਾ ਦੇ, ਫਿਰ ਦੇਖਦੇ ਆ ਸ਼ੇਰਾਂ ਦੇ ਨੇੜੇ ਕੌਣ ਆਉਂਦਾ। ਪਿੰਡ ਚ ਸਰਕਸ? ਪਿੰਡ ਚ ਮੇਲਾ ਲੱਗ ਸਕਦਾ, ਸਰਕਸ ਨਹੀਂ ਲੱਗ ਸਕਦੀ। ਆਹੋ ਠੀਕ ਹੈ, ਜਵਾਕਾਂ ਨੇ ਪਹਿਲੀ ਵਾਰੀ ਢੰਗ ਦੀ ਗੱਲ ਕੀਤੀ ਹੈ। ਤੂੰ ਜਾ ਕੇ ਸਰਕਸ ਲਵਾ। ਤੁਸੀਂ ਸਾਰੇ ਮੇਰੀ ਜ਼ਮੀਨ ਤੇ ਚਲੋ, ਸਰਕਸ ਆਪੇ ਲੱਗ ਜਾਏ। ਓਹੋ, ਮੇਰਾ ਮਤਲਬ ਤੁਹਾਡੇ ਹੁੰਦੇ ਆਪਾਂ ਸ਼ੇਰ ਬਾਹਰੋਂ ਮੰਗਾਵਾਂਗੇ। ਠੀਕ ਹੈ। ਓਏ ਮੁੰਡਿਓ, ਚੱਕ ਲੋ ਬੰਦੂਕਾਂ ਤੇ ਪਾ ਲੋ ਘੋੜਿਆਂ ਤੇ ਕਾਠੀਆਂ। ਡੈਡੀ ਘੋੜੇ ਕਿੱਥੇ ਆਪਣੇ ਕੋਲ? ਓਏ ਪੁੱਤਰਾ, ਇਹ ਜੀਪਾਂ ਅੱਜ ਆਈਆਂ ਨੇ ਤੇ ਸਾਨੂੰ ਲਾਈਨਾਂ ਪਹਿਲਾਂ ਦੀਆਂ ਰੱਟੀਆਂ ਪਈਆਂ ਨੇ। ਚਲੋ ਸਾਲਿਓ, ਹੋਰ ਕਿੰਨਾ ਟਾਈਮ ਲੱਗੂ ਸੀਟ ਲਾਉਣ ਨੂੰ? ਮੇਰੀ ਹਾਲਤ ਖਰਾਬ ਹੋਈ ਪਈ ਹੈ, ਕੰਮ ਨੱਕੇ ਤੇ ਹੈ। ਸਰਦਾਰ ਜੀ ਬਸ ਥੋੜਾ ਜਿਹਾ ਟਾਈਮ ਹੋਰ। ਓ ਸਾਲਿਆ, ਆ ਤੁਸੀਂ ਪੱਟ ਕੇ ਰੱਖਤੀ, ਨਵੀਂ ਦੋਤੋਂ ਲੱਗਦੀ ਨਹੀਂ। ਉਹ ਬੰਦਾ ਕਿੰਨੀ ਦੇਰ ਤੱਕ ਧੁੰਨੀ ਨੂੰ ਠੁੱਕ ਲਈ ਜਾਵੇ। ਸਰਦਾਰ ਜੀ ਇੰਨਾ ਪ੍ਰੈਸ਼ਰ ਨਾ ਲਓ, ਕਈ ਵਾਰੀ ਮਾਮਲਾ ਹੱਥੋਂ ਨਿਕਲ ਜਾਂਦਾ ਜੀ। ਉਦੋਂ ਛੇਤੀ ਕਰੋ, ਛੇਤੀ ਲਾ ਸਰ ਜੀ, ਬਸ ਲੱਗੀ ਸਮਝੋ। ਉਹ ਲੱਗਦੀ ਤੇ ਲੱਗਦੀ ਆ ਸਰਦਾਰ, ਉਹਨਾਂ ਨੂੰ ਲੱਗੀਆਂ ਪਈਆਂ ਨੇ, ਜਲਦੀ ਕਰ। ਹਾਂਜੀ ਹਾਂਜੀ। ਓ ਬਿੱਲਿਆ, ਓਏ ਸਾਲਿਆ, ਰਾਤ ਨੂੰ ਦੱਸਣੀ ਸੀ ਹੁੰਦਾ ਬਈ, ਸਵੇਰੇ ਮਿਸਤਰੀ ਲਾਉਣਾ, ਆਦਮੀ ਪਰਹੇਜ਼ ਨਾਲ ਖਾ ਲੈਂਦਾ। ਸਰਦਾਰ ਜੀ ਇਹ ਕੰਮ ਬਾਅਦ ਚੋਂ ਕਰ ਲਿਓ, ਉੱਥੇ ਚਰਨ ਦੇ ਬੰਦਿਆਂ ਨੇ ਨਾ ਜ਼ਮੀਨ ਤੇ ਕਬਜ਼ਾ ਕਰ ਲੈਣਾ। ਓਏ 4 ਦਿਨਾਂ ਬਾਅਦ ਮਸਾ ਕਬਜ਼ੀ ਖੁੱਲੀ ਆ, ਤੈਨੂੰ ਕਬਜ਼ੇ ਦੀ ਪਈ ਆ। ਓ ਤੁਹਾਡੀ ਭਰਨ ਨੂੰ ਛੇਤੀ ਕਰੋ, ਛੇਤੀ ਕਰੋ। ਸਰਦਾਰ ਜੀ ਬੜੇ ਔਖੇ ਲੱਗਦੇ ਹੋ, ਏਦਾਂ ਕਰੋ ਸੀਟ ਦੇ ਉੱਤੇ ਬਹਿ ਜਾਓ, ਆਪਾਂ ਤੁਹਾਡੀ ਸਮੇਤ ਇਹਨੂੰ ਚੱਕ ਕੇ ਫਿੱਟ ਕਰ ਦਿੰਨੇ ਆ। ਥੋੜੀ ਦੇਰ ਹੋਰ ਰੁਕ ਲਓ, ਫਿਰ ਮੈਨੂੰ ਸੀਟ ਤੇ ਬਿਠਾ ਕੇ ਚੌਂਕ ਤੇ ਲਿਆ ਕੇ ਮੇਰਾ ਬੁੱਤ ਲਵਾ ਦਿਓ, ਤਾਂ ਕਿ ਲੋਕਾਂ ਨੂੰ ਪਤਾ ਤਾਂ ਚੱਲੇ ਕਿ ਜਗਤਾਰ ਸਿੰਘ ਕਿਹੜੇ ਕੇਸ ਮਰਿਆ। ਸਰਦਾਰ ਜੀ ਦੇਸੀ ਨੇ ਵੀ ਅੰਗਰੇਜ਼ੀ ਵਾਲਾ ਕੰਮ ਹੀ ਕਰਨਾ ਸੀ। ਓਏ ਹਾਂ ਹਾਂ ਠੀਕ ਹੈ, ਪਰ ਉਹ ਸਾਲਾ ਚਰਨ ਸਿੰਘ ਅੰਗਰੇਜ਼ੀ ਸੀਟ ਲਵਾਵੇ, ਉਹ ਬੈਠੇ ਨਵਾਬਾਂ ਦੀ ਤਰ੍ਹਾਂ, ਤੇ ਅਸੀਂ ਦੇਸੀ ਦੇ ਬਹਿ ਕੇ ਆਪਣੇ ਪੈਰ ਸੁੰਨ ਕਰਾਈ ਜਾਈਏ। ਥੋੜਾ ਜਲਦੀ ਕਰ ਲੋ, ਉਹਨਾਂ ਨੇ ਜ਼ਮੀਨ ਤੇ ਕਬਜ਼ਾ ਕਰ ਲੈਣਾ ਜੇ। ਆਹ ਛੋਟਾ ਮੋਟਾ ਕੰਮ ਤਾਂ ਮੇਰਾ ਸ਼ੇਰ ਪੁੱਤ ਜੀਤਾ ਹੀ ਕਰ ਲੂਗਾ। ਜੀਤ ਕੱਲਾ ਕੀ ਕਰ ਲੂ, 10-12 ਜਾਣੇ ਨੇ। ਓਏ ਫੈਂਟਣ ਲੱਗਿਆ ਜੱਟ ਬੰਦੇ ਨਹੀਂ ਗਿਣਦਾ, ਬਸ ਫੈਂਟਦਾ। ਜੀਤੇ ਨੂੰ ਕਹਿ ਉੱਥੇ ਪਹੁੰਚੇ, ਮੈਂ ਇਹ ਕੰਮ ਨਿਪਟਾ ਕੇ ਆਇਆ। ਵੈਸੇ ਜੀਤਾ ਹੈ ਕਿੱਥੇ?
ਕਹਿ ਰਹੀ ਹੈ ਜੀ ਹੈ ਕੀ ਜ਼ਮਾਨਾ ਆ ਗਿਆ ਕਦੇ ਖੁਦ ਲੜਾਈਆਂ ਲੜਦੇ ਹੁੰਦੇ ਸੀ ਹੁਣ ਲੜਾਈ ਦੇਖਣ ਤੋਂ ਵੀ ਗਿਆ ਘਬਰਾਓ ਨਾ ਪਾਪਾ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹਾਂ ਮੈਂ ਤਾਂ ਕਹਿੰਦਾ ਡੈਡ ਜੀ ਹੁਣੀ ਨਿਕਲ ਲਈਏ ਇੱਕਦਮ ਤੁਹਾਡੇ ਤੋਂ ਭੱਜਿਆ ਵੀ ਨਹੀਂ ਜਾਣਾ ਸਾਰੇ ਡੈਡੀ ਔਲਾਦ ਜਦੋਂ ਦੀ ਜੰਮੀ ਆ ਬਾਪ ਨੂੰ ਗਰਾਬੇ ਦਿੰਦੀ ਆਈ ਹੈ ਮੈਂ ਦੇਖ ਲੂੰਗਾ ਕੱਲੇ ਕੱਲੇ ਨੂੰ ਕਹੋ ਸੁਣ ਲੂੰਗਾ ਕੱਲੇ ਕੱਲੇ ਨੂੰ ਥੱਪੜ ਕਰੂੰਗਾ ਸਾਰੇ ਦੇ ਘੰਟੇ ਦਾ ਬੋਲੀ ਜਾਂਦਾ ਚੁੱਪ ਕਰ टायर ने भी हुने फटना सी गोली फुटी है हैं? जगतार सिंह चरण सिंह थोड़े दोहां दी दुश्मनी करके पिंड दे विच पुलिस दी इक पक्की चौंकी बनानी पैगी थानेदारा एक म्यान दे विच दो तलवारां नहीं रह सकदियां क्यों नहीं रह सकदियां जे म्यान ही थोड़ी वड्डी हो जाए की मतलब है थानेदारा ओए दिल वड्डे करो रोज रोज ये बंदूकां चो धुएं कड्डण नालों चंगा एक वारी बैठ के दिलां दे गुबार कड्ढ ही लो थानेदार साहब ए गल तुसी सियाणे ते पढ़े लिखे अफसरां वाली कीती है इस रात ते मैनू भी अगे हनेरा ही दिसदा है अगे जिम्मे जगतार सिंह दी मर्जी ओए खसमा नाले प्यार पाउण दी गल करदा नाले मुंह फेरी खड़ा ओए मेरे वाल देख के ता गल कर अपने वालों ता मैं तेरे वाली देख के गल कर रहा रस्सी जल गई पर बल नहीं गया भाई आपस च बह के विचार कर लो नहीं ता ऐसी तारा लगा के अंदर तुन्नांगा ना के थोड़े न्याणियां दे विआह भी तिहाड़ जेल च ही होणगे दुश्मन 15 मिनट ची घुड़दो घुड़दी हो गए चरण सिंह ती रूप दा व्याह मेरे पुत जीते नाल होएगा की 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 ते जिस दिन मैं दादा बनूंगा उसी दिन मैं नाना बनूंगा हाँ। नहीं ए नहीं हो सकता मैं तो थोनो समझौता करन नु किया सी रिश्ता करन नु नहीं पर रिश्ता तो हुन हो गया छड़ेदार साहब हां रिश्ता तो हुन हो ही गया किन्नी वधिया गल है ऐसे बहाने पिंड जो तोडी चौकी चक्की जाऊगी पर एक गल तू थानेदार साहब को नजर चुरा के क्यों कर रहे हैं आपा कोई चोरी थोड़ी की थी है अखा च अखा पाके गल कर हां ठीक है ना पर तू भी एक गल याद रखी जे तू इस रिश्ते तो मुकर रहे हैं मेरे इज्जत का मजाक उड़ाया है ता इस पिंड दी धरती पुटिया पानी नहीं खून निकलेगा ओए पर एक गल तू मेरे नाल कर चरण सिंह इस गल दा थानेदार साहब नाल की लेना देना नहीं जी ओ कहंदे है ना कहना ती नु सुनाउणा नु नु पर साडी तो हुण टीवी रूप है ते नौ भी रूप ही है ਸਮਝੌਤਾ ਚੰਗਾ ਕਰਵਾਤਾ ਲੈ ਰੂਪ ਮੈਂ ਤਾਂ ਡਰ ਹੀ ਗਿਆ ਸੀਗਾ ਕਿ ਤੈਨੂੰ ਬੁਰਾ ਲੱਗਿਆ ਹੋਣਾ ਕੀ ਲੋੜ ਸੀ ਉਹਨਾਂ ਦੀਆਂ ਜੱਫੀਆਂ ਪਵਾਉਣ ਦੀ ਤੇ ਹੋਰ ਆਪਣੇ ਸਹੁਰੇ ਦੇ ਮੈਂ ਕੇਸ ਪਵਾ ਦਿੰਦਾ ਮੈਂ ਤੇ ਉਹਨਾਂ ਨੂੰ ਦੁਸ਼ਮਣੀ ਖਤਮ ਕਰਨ ਨੂੰ ਕਿਹਾ ਸੀ ਨਾ ਕਿ ਕੁੜਮਾਚਾਰੀ ਸ਼ੁਰੂ ਕਰਨ ਨੂੰ ਪੇਪਰ ਤੋਂ ਥਾਣੇਦਾਰ ਦੇ ਦਿੱਤੇ ਤੇ ਬੜਿਆ ਜੱਜ ਫਿਰਦਾ 57 ਚ ਦੋਨੇ ਧਿਰਾਂ ਅੰਦਰ ਹੋਣੀਆਂ ਸੀ ਜਗਤਾਰ ਸਿੰਘ ਦੇ ਤਲਿੱਤਰ ਫੇਰ ਵੀ ਦਿੰਦਾ ਆਪਣੇ ਸਹੁਰੇ ਨੂੰ ਫੈਂਟਦਾ ਚੰਗਾ ਲੱਗਣਾ ਸੀ ਕੱਲ ਨੂੰ ਤੇਰੇ ਮੇਰੇ ਵਿਆਹ ਤੋਂ ਮੁੱਕਰ ਜਾਂਦੇ ਫੇਰ ਹੁਣ ਬੜਾ ਮੁੰਦਰੀ ਪਾ ਕੇ ਭੇਜਿਆ ਨਾ ਉਹਨਾਂ ਨੇ ਠੀਕ ਖੋਲੇ ਨੇ ਮੇਰਾ ਵਿਆਹ ਉੱਥੇ ਮੈਂ ਵੀ ਆਪਣੇ ਕਾਕੇ ਨੂੰ ਕਿਹਾ ਕਰਨਾ ਪੁੱਤ ਸਤਿ ਸ਼੍ਰੀ ਅਕਾਲ ਕਰ ਤੇਰਾ ਕਨਵਰਟਿਡ ਮਾਮਾ ਹੈ ਓ ਸ਼ੁਭ ਸ਼ੁਭ ਬੋਲ ਹਲੇ ਗੱਲ ਹੀ ਹੋਈ ਹੈ ਕਿਹੜਾ ਛੁਹਾਰਾ ਲੱਗ ਗਿਆ ਜਾਂ ਫੇਰੇ ਹੋ ਗਏ ਨੇ ਹਾਏ ਹਾਏ ਕਿੱਡੀ ਕਾਲੀ ਪਈ ਹੈ ਤੈਨੂੰ ਕਾਕੇ ਦੀ ਲੱਭ ਲੈਨੇ ਆ ਕੋਈ ਨਾ ਕੋਈ ਹੱਲ ਸਬਰ ਰੱਖ ਜੇ ਤੂੰ ਕੋਈ ਹੱਲ ਨਾ ਲੱਭਿਆ ਨਾ ਮੈਂ ਵੀ ਜਾਣ ਕੇ ਆਪਣੀ ਡੋਲੀ ਨਾ ਤੇਰੇ ਥਾਣੇ ਅੱਗੋਂ ਦੀ ਕੱਢੂੰਗੀ ਨਹੀਂ ਰੂਹ ਇਹ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਕਿ ਤੇਰੀ ਡੋਲੀ ਮੇਰੇ ਥਾਣੇ ਅੱਗੋਂ ਲੰਘੇ ਮੈਂ ਆਪਣੀ ਬਦਲੀ ਕਰਾ ਲਾਂ ਉਤ ਜੱਟਾਂ ਦੇ ਵਲੋਂ ਦੇ ਬੱਕਰੇ ਉਤ ਜੱਟਾਂ ਕਿੱਥੇ ਚੱਲਿਆ ਘਰ ਛੱਡ ਕੇ ਸ਼ਹਿਰ ਚੱਲਿਆ ਕਿਉਂ ਪਿਓ ਦੀ ਮਰਜ਼ੀ ਨਾਲ ਰਿਸ਼ਤਾ ਕਰਨ ਤੋਂ ਤਾਂ ਚੰਗਾ ਮੈਂ ਸ਼ਹਿਰ 'ਚ ਜਾ ਕੇ ਬੂਟ ਪਾਲਸ਼ਾਂ ਕਰਕੇ ਰੋਟੀ ਖਾ ਲੂੰਗਾ ਮੈਂ ਪਿਓ ਸਾਰੀ ਜ਼ਿੰਦਗੀ ਰੋਟੀਆਂ ਖਾਂਦਾ ਮਰ ਗਿਆ ਉਹਦੇ ਬੂਟ ਤਾਂ ਕਦੇ ਪਾਲਿਸ਼ ਕੀਤੇ ਨਹੀਂ ਨਾਲੇ ਮੈਂ ਚਰਨ ਸਿੰਘ ਨੂੰ ਕੀ ਜਵਾਬ ਦਊਂ
ਕਿੱਥੇ ਹੋ ਕਹਿ ਦਿਓ ਇੱਥੇ ਦਾਰੂ ਪੀ ਪੀ ਕੇ ਕਿੰਨੀ ਦਿਨ ਸੈੱਟ ਹੁੰਦਾ ਰਹੂ ਸ਼ਹਿਰ ਗਿਆ ਕੰਮ ਕਾਰ ਸੈੱਟ ਕਰਨ ਦੇ ਲਈ ਹਾਂ ਅਗਲਾ ਕਹੂ ਇੱਥੇ ਕੰਮ ਕਰ ਲੈ ਇੱਥੇ ਮੌਂ ਲੜਦੇ ਤੇਰਾ ਇਹਨੂੰ ਕੰਮ ਕਹਿੰਦੇ ਹੋ ਤੁਸੀਂ ਉਹ ਲੋਕ ਖੂਨ ਪਸੀਨੇ ਦੀ ਕਮਾਈ ਖਾਂਦੇ ਆ ਤੇ ਅਸੀਂ ਖੂਨ ਵਹਾਉਣ ਦੀ ਤੇ ਹੱਡੀਆਂ ਤੋੜਨ ਦੀ ਲੋਕ ਹੱਡੀਆਂ ਚੱਬ ਜਾਂਦੇ ਨੇ ਤੇਰੇ ਕੋਲੋਂ ਹੱਡੀਆਂ ਤੋੜਨ ਦੀ ਕਮਾਈ ਨਹੀਂ ਖਾਂਦੇ ਆਂਦੇ ਉੱਥੇ ਜਾ ਕੇ ਰਹਿਗਾ ਕਿੱਥੇ ਬੱਲੀ ਮਾਮਾ ਮਰ ਗਿਆ ਕਦੋਂ ਉਹ ਮੈਂ ਕਹਿ ਰਿਹਾ ਵੀ ਬੱਲੀ ਮਾਮਾ ਮਰ ਗਿਆ ਉਹਦੇ ਕੋਲੇ ਜਾ ਕੇ ਰਹੂੰਗਾ ਮੈਂ ਉਹ ਮੇਰਾ ਸਾਲਾ ਡਰਾਮੇਬਾਜ਼ ਹੈ ਉਹਦੀ ਆਪਣੀ ਜ਼ਿੰਦਗੀ ਤਾਂ ਥਾਲੀ ਭੰਡ ਭਣੇ ਹੀ ਨਿਕਲ ਗਈ ਮੈਂ ਤੈਨੂੰ ਤਹਿਸੀਲਦਾਰ ਲਾ ਦੂੰ हां ਤੁਸੀਂ ਤਾਂ ਬੜਾ ਮੈਨੂੰ ਐਸਾ ਚੁੱਲ ਬਾਤਾ ਵੀ ਜਿਹੜਾ ਮੈਂ ਛੁੱਟੀਆਂ ਲੈ ਕੇ ਚੱਲਿਆ ਵਾਂ ਇੱਥੇ ਤਾਂ ਸਾਲਾ ਸੜਕ ਤੇ ਵੀ ਪੈਦਲ ਤੁਰਨਾ ਹੁੰਦਾ ਨਾ ਸਿਰ ਤੇ ਹੈਲਮਟ ਪਾਉਣਾ ਪੈਂਦਾ ਪਤਾ ਨਹੀਂ ਸਾਲੀ ਕਿਹੜੇ ਪਾਸੇ ਆ ਕੇ ਸਿਰ ਚ ਡਾਂਗ ਵੱਜਣੀ ਆ ਗੱਲ ਸੁਣ ਜੇ ਤੂੰ ਸਾਲੇ ਨੋਟੰਕੀ ਕੋਲ ਗਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਸਾਲੇ ਨੇ ਆਪਣੇ ਤਾਂ ਅੱਧੀ ਉਮਰ ਵਾਲੀ ਆਰਕੈਸਟਰਾ ਡਾਂਸਰ ਨਾਲ ਵਿਆਹ ਕਰਾਇਆ ਹਾਂ ਤਾਂ ਇਸ ਗੱਲ ਦਾ ਸਾੜਾ ਬਾਪੂ ਨੂੰ ਲੱਪੜ ਮਾਰੂ ਸਾਲੇ ਦੇ ਖਿੱਚ ਕੇ ਦਫਾ ਹੋ ਜਾ ਇਥੋਂ ਜਦੋਂ ਚਾਰ ਦਿਨ ਪੈਸੇ ਮੁੱਕ ਗਏ ਨਾ ਇੱਥੇ ਬੂਥੀ ਲਟਕਾਈ ਆਏਗਾ ਮੇਰੇ ਕੋਲ ਚੱਲਿਆ ਚੱਲਿਆ ਮੈਂ ਨਾਲੇ ਕਹਿ ਦਿਓ ਚਰਨ ਸਿੰਘ ਦੀ ਕੁੜੀ ਨੂੰ ਇਸ ਤੋਂ ਪਹਿਲਾਂ ਮੈਨੂੰ ਉਡੀਕਦੀ ਦੀ ਉਮਰ ਨਿਕਲ ਜੇ ਆਵੇਂ ਨਿਕਲ ਜੇ ਕਿਸੇ ਨਾਲ ਮੈਂ ਨਿਕਲਣ ਲੱਗਿਆ ਬੱਲੀ ਮਾਮੇ ਲਈ ਇੰਨੇ ਸਾਲਾਂ ਬਾਅਦ ਮੈਨੂੰ ਦੇਖ ਕੇ ਬੱਲੀ ਮਾਮਾ ਕਿੰਨਾ ਖੁਸ਼ ਨਿਕਲ ਜਾ ਇੱਥੋਂ ਸੂਰ ਜਾ ਪੁੱਤਰਾ ਆਪਣੀ ਮਨਹੂਸ ਸ਼ਕਲ ਵਿਖਾਈ ਮੈਨੂੰ ਸਟਰੈਂਥ ਨਾਲ ਬੋਲੀ ਦਾ ਬੇਟਾ ਰਾਈਟਰ ਤਾਂ ਸਿਰਫ ਲਿਖ ਦਿੰਦਾ ਉਹ ਜ਼ਰੂਰ ਤਾਂ ਐਕਟਰ ਪਾਉਂਦਾ ਚਲੋ ਬੱਚੋ 15 ਮਿੰਟ ਦਾ ਬ੍ਰੇਕ ਲੈ ਲਓ ਮੈਂ ਆਪਣੇ ਭਾਣ ਜੀ ਨੂੰ ਮਿਲ ਲਾਂ ਮਾਮਾ ਜੀ ਜੁੱਤੀ ਪਾਉਣਾ ਜੀ ਹਾਂ ਕੁਛ ਰਹਿ ਕੁਛ ਰਹਿ ਓਏ ਤੇਰੇ ਪਿਓ ਨੇ ਰੱਸਾ ਕਿਵੇਂ ਖੋਲਦਾ ਅੱਜ ਉਹ ਕਿੱਥੇ ਖੋਲਦੇ ਜੀ ਰੱਸਾ ਹਾਂ ਅੱਜ ਤਾਂ ਮੈਂ ਰੱਸਾ ਤੋੜਾ ਕੇ ਭੱਜਿਆ ਆ ਵੀ ਚਲ ਚੰਗਾ ਹੋਇਆ ਤੁਹਾਡੇ ਇਲਾਕੇ ਦੀ ਪੁਲਿਸ ਨੂੰ ਥੋੜਾ ਜਿਹਾ ਆਰਾਮ ਤਾਂ ਮਿਲੂ ਸਹੀ ਗੱਲ ਹੈ ਜੀ ਉੱਥੇ ਤਾਂ ਰੋਟੀ ਖਾਣ ਤੋਂ ਲੈ ਕੇ ਜੀ ਟਾਇਲਟ ਜਾਣ ਤੱਕ ਡੈਡੀ ਦੀ ਮਰਜ਼ੀ ਚੱਲਦੀ ਆ ਆ ਹੁਣ ਦੇਖ ਲਓ ਮੈਨੂੰ ਕਹਿੰਦੇ ਤੇਰਾ ਵਿਆਹ ਵੀ ਮੇਰੀ ਮਰਜ਼ੀ ਨਾਲ ਹੋਊਗਾ ਦੱਸ ਸਾਡੀ ਭੈਣ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੀ ਤਾਂ ਨੌਬਤ ਨਹੀਂ ਸੀ ਆਉਣੀ ਕਿੱਦਾਂ ਦੀ ਗੱਲ ਕਰਦੇ ਹੋ ਮਾਮਾ ਜੀ ਫਿਰ ਤਾਂ ਮੈਂ ਵੀ ਨਹੀਂ ਸੀ ਆਉਣਾ ਉਹ ਚੱਲ ਜੋ ਹੋ ਗਿਆ ਸੋ ਹੋ ਗਿਆ ਪਰ ਇਹ ਗਲਤ ਹੈ ਯਾਰ ਸਹੀ ਗੱਲ ਤੇਰਾ ਪਿਓ ਤੇਰੀ ਮਰਜ਼ੀ ਤੋਂ ਬਿਨਾ ਤੇਰਾ ਵਿਆਹ ਕਿਵੇਂ ਕਰ ਸਕਦਾ ਹੈ ਸਾਲਾ ਵਿਆਹ ਤਾਂ ਇਹੋ ਜੀ ਚੀਜ਼ ਹੈ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਕਰੇ ਤਾਂ ਹੀ ਮਜ਼ਾ ਆਉਂਦਾ ਹੈ ਸਹੀ ਗੱਲ ਹੈ ਜੀ ਨਹੀਂ ਤਾਂ ਸਾਲੇ ਲੋਕ ਹੀ ਮਜ਼ਾ ਲੈਂਦੇ ਆ ਤੁਹਾਡੇ ਕੁੱਤਕਲੇ ਦਾ ਬੰਦ ਕਰ ਮਾਮੀ ਆ ਰਹੀ ਹੈ ਤੇਰੀ ਅੱਛਾ ਜੀ ਹਾਂਜੀ ਚੱਲ ਮੱਥਾ ਟੇਕ ਮਾਮੀ ਨੂੰ ਹੋ ਤੇਰੀ ਇਹ ਤਾਂ ਸਵੀਟੀ ਆ ਬੁਲਬੁਲ ਆਰਕੈਸਟਰਾ ਦੀ ਡਾਂਸਰ ਹੈ ਇਹ ਕਿੱਥੇ ਲੈ ਗਿਆ ਬਈ ਡਾਂਸਰ ਕਿਸੇ ਦੀ ਮਾਮੀ ਨਹੀਂ ਹੋ ਸਕਦੀ ਆ ਨਹੀਂ ਨਹੀਂ ਇਹ ਤਾਂ ਬਹੁਤ ਅੱਛੀ ਹੈ ਮਾਮੀ ਮਤਲਬ ਬਹੁਤ ਅੱਛਾ ਡਾਂਸ ਕਰਦੀ ਹੈ ਮਾਮੀ ਜੀ ਜੀ ਉਹ ਕਿਹੜਾ ਗਣਾ ਮਸ਼ਹੂਰ ਜਿਹਾ ਮਾਮੀ ਜੀ ਦਾ ਅੱਜ ਰਾ ਲਿਖੀ ਗੁਜ਼ਾਰਾਂਗੇ ਰਾਤ ਕਿ ਅੱਲਾ ਕਰੇ ਦਿਨ ਨਾ ਚੜੇ ਬਈ ਮਾਮਾ ਜੀ ਯਕੀਨ ਮੰਨਿਓ ਆ ਰਲ ਕੇ ਗੁਜ਼ਾਰਾਂਗੇ ਰਾਤ ਵਾਲੇ ਰਿਕਾਰਡ ਦੇ ਉੱਤੇ ਜਦੋਂ ਮਾਮੀ ਠੁਮਕੇ ਲਾਉਂਦੀ ਆ ਨਾ ਮੁੰਡੇ ਤਾਂ ਸਾਰੇ ਲਿਟ ਲਿਟ ਜਾਂਦੇ ਆ ਬਈ ਉਹਨਾਂ ਤਾਂ ਲਾੜੇ ਨੂੰ ਸ਼ਗਨ ਨਹੀਂ ਇਕੱਠਾ ਹੁੰਦਾ ਜਿੰਨਾ ਮਾਮੀ ਨੂੰ ਚੜਾਵਾ ਚੜ ਜਾਂਦਾ ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ ਲੁਧਿਆਣਾ ਭੁੱਲ ਗਏ ਇੱਕ ਘੜਪਲਾ ਦੇ ਜ਼ਾਕੀਆ ਵਾਕੇ ਮੇਰੇ ਤੇ ਰੋੜ ਦੇ ਇੱਕ ਘੁੱਟ ਨਹੀਂ ਹੁੰਦਾ ਓਏ ਦੋ ਘੁੱਟ ਹੁੰਦੇ ਆ ਆਪਾਂ ਘੁੱਟ ਤਾਂ ਦੋ ਹੀ ਹੁੰਦੇ ਆ ਮਾਮਾ ਜੀ ਮਾਮੀ ਜੀ ਦੀ ਰਿਸਪੈਕਟ ਕਰਕੇ ਘੁੱਟ ਘਟਾ ਲਿਆ ਆਪਾਂ ਯਾਰ ਤੁਹਾਨੂੰ ਜਦੋਂ ਤੁਸੀਂ ਇਸ ਗਣ ਦੇ ਉੱਤੇ ਮੁਜਰਾ ਕਰ ਰਹੇ ਸੀ ਮੈਂ ਆਪਦੀ ਰੈਡੋ ਦੀ ਘੜੀ ਵਾਰਤੀ ਸੀ ਤੁਹਾਡੇ ਤੋਂ ਵਾਰੀ ਥੋੜਾ ਸੀ ਉਹ ਹੁਣ ਮਾਮਾ ਜੀ ਸਾਹਮਣੇ ਤਾਂ ਵਾਰੀ ਹੋ ਕਹਿਣਾ ਵਾ ਪਰ ਉਹ ਲੈਣ ਤੁਸੀਂ ਹੁਸ਼ਿਆਰਪੁਰ ਵਾਪਸ ਨਹੀਂ ਤਾਂ ਆ ਗਏ ਸੀ ਉਹ ਤਾਂ ਜੀ ਰਾਤ ਨੂੰ ਪੀਤੀ ਖਾਦੀ ਚ ਵਾਰੀ ਗਏ ਜਦੋਂ ਸਵੇਰੇ ਹੋਸ਼ ਆਇਆ ਪਤਾ ਲੱਗਿਆ ਵੀ 1.5 ਲੱਖ ਦੀ ਆ ਤਾਂ ਲੈਣ ਆ ਗਏ ਚਲੋ ਛੱਡੋ ਜੀ ਘੜੀ ਨੂੰ ਇਹ ਭਾਂਜਾ ਜੀ ਆਪਣਾ ਆਪਣੇ ਕੋਲ ਹੀ ਰਹੂ ਹੁਣ ਹਾਂਜੀ ਓਏ ਪਤੰਦਰਾ ਮੱਥਾ ਦਾ ਟੇਕ ਲੈ ਮਾਮੀ ਨੂੰ ਉਮਰ ਦੀ ਛੋਟੀ ਹੈ ਰਿਸ਼ਤੇ ਦੀ ਰਿਸਪੈਕਟ ਰਹਿੰਦੀ ਹੈ ਚੱਲ ਚੁੱਕ ਤਲੇ ਹਾਂਜੀ ਚੱਲ ਹੁਣ ਦੱਸ ਕਰੇਗਾ ਕੀ ਕੁਛ ਵੀ ਕਰ ਲਾਂਗੇ ਮਾਮਾ ਜੀ ਭੰਡਗਿਰੀ ਨੂੰ ਛੱਡ ਕੇ ਜੀ ਆ ਗਿਆ ਨਾ ਆਪਣੇ ਪਿਓ ਵਾਲੀਆਂ ਹਰਕਤਾਂ ਤੇ ਨਹੀਂ ਨਹੀਂ ਜੀ ਕੰਮ ਤਾਂ ਬਹੁਤ ਵਧੀਆ ਜੀ ਪਰ ਔਖਾ ਮਾਮਾ ਜੀ ਹੁਣ ਸਾਰੇ ਬੰਦੇ ਤੁਹਾਡੇ ਵਰਗੇ ਟੈਲੈਂਟਡ ਸੋਨਾ ਹੁੰਦੇ ਆ ਜੀ ਉਹ ਤਾਂ ਹੈ ਚੱਲ ਠੀਕ ਹੈ ਮੈਂ ਕਰੂੰ ਕੋਈ ਜੁਗਾੜ ਮੇਰਾ ਇੱਕ ਦੋਸਤ ਹੈ ਸੰਦੀਪ ਉਹਨੂੰ ਕਹੂੰਗਾ ਉਹ ਕਿਤੇ ਨਾ ਕਿਤੇ ਤੈਨੂੰ ਫਿੱਟ ਜ਼ਰੂਰ ਕਰੂਗਾ ਠੀਕ ਹੈ ਜੀ ਉਹ ਹੀ ਕਰਦਾ ਉਹ ਫਿਲਹਾਲ ਤਾਂ ਦੋ ਦੋ ਪ੍ਰੋਜੈਕਟ ਸੰਭਾਲ ਰਿਹਾ ਦੋ ਦੋ ਪ੍ਰੋਜੈਕਟ ਮੈਂ ਉੱਜੜ ਗਈ ਹੈ ਉੱਜੜ ਗਈ ਤੇ ਤੁਹਾਡੇ ਦੋਵਾਂ ਚ ਮੈਂ ਉੱਧੜ ਗਿਆ ਮੇਰੀ ਵੀ ਗੱਲ ਸੁਣੋ ਯਾਰ ਜਸਮੀਤ ਅਨੂ ਮੈਂ ਸੋਚਾ ਇਹੋ ਜੀ ਕਿਹੜੀ ਨੌਕਰੀ ਹੈ ਸੋਮਵਾਰ ਤੋਂ ਵੀਰਵਾਰ ਬੰਦੇ ਦੀ ਸ਼ਕਲ ਹੀ ਨਹੀਂ ਦਿਸਦੀ ਮੈਂ ਵੀ ਸੋਚਾ ਇਹ ਕਿਹੜੀ ਨੌਕਰੀ ਹੈ ਬੰਦਾ ਸ਼ੁੱਕਰਵਾਰ ਸ਼ਨੀਵਾਰ ਛੁੱਟੀ ਨਹੀਂ ਹੋਇਆ ਰਹਿੰਦਾ ਤੁਸੀਂ ਘਰ ਚਲੋ ਤੁਹਾਨੂੰ ਮੈਂ ਦੱਸਦੀ ਘਰ ਚਲੋ ਚਲੋ ਸੁਣੋ 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 ਕਿੰਨੇ ਕਮੀ ਰਹਿ ਗਈ ਸੀ ਮੇਰੇ ਵਿਆਹ 'ਚ ਕਿ ਤੁਸੀਂ ਦੂਜਾ ਵਿਆਹ ਕਰਾ ਲਿਆ ਚਾਟ ਪਾਪੜੀ ਦੀ ਕਮੀ ਰਹਿ ਗਈ ਸੀ ਉਹ ਥੁੜ ਗਈ ਸੀ ਮੇਰਾ ਮਾਮਾ ਅਜ ਤੱਕ ਸਾਡੇ ਨਾਲ ਰੁੱਸਿਆ ਹੋਇਆ ਵੀ ਮੈਨੂੰ ਤਾਂ ਹੀ ਭੱਲੇ ਨਹੀਂ ਮਿਲੇ ਵਿਆਹ 'ਚ ਦੱਸੋ 300 ਕਹਿ ਕੇ 800 ਲੋਕਾਂ ਦੀ ਬਰਾਤ ਲੈ ਕੇ ਆਓਗੇ ਤਾਂ ਜ਼ਮਾਨਤ ਕੱਟੂਗਾ ਹੀ ਕੀ ਕਰ
ਸਰਕਾਰੀ ਨੌਕਰੀ ਜਿਹੜੀ ਮੈਨੂੰ ਮਿਲੀ ਸੀ ਤੇ ਮੇਰੀ ਦੁਕਾਨ ਹੈ ਜਿਹੜੀ ਮੈਂ ਖੁਦ ਪਾਈ। लगाओ भला किदे बारे पूछन लगा सी मैं ना भला सी के अनुमान लगाई है मैं पूछना सी अपनी वो काम वाली नहीं आई काम वाली ना थानू की काम है मैं उन्होंने क्या सी मैनू 8 बजे उठा दें मैंने लगता लेट हो गया मैं ओ जीजा जी ओ ता आप 10 बजे आंदी है थोनू 8 बजे के बैठा दू हो राती घट पी किते नहीं सुते यार तैनू किन्नी बारी क्या साडी मियां बीवी दी दाल च अपनी कच्ची ना मारिया कर तेरे इससे दखल करके साडी दाल नु आज तक तड़का नहीं लगा वरना तैनू इस घर च मामा जी हुंदी होनी सी ओनू मैं पहलो बोंद लिया होना होर दिमाग ना खराब कर ए जेड़ा तुसी सोमवार तो वीरवार टूर करदे हो ना ए ओदा असर है प्लीज अज ना जा इस हफ्ते छुट्टी ले लो जिन्ना बर्डन है ना मेरे ते काम दा मैं सिर्फ फा ले सकदा छुट्टी नहीं ले सकदा उठ के पानी गर्म कर मैं नहा के जाना है इन्नी गर्मी च गर्म पानी बौंदले के पियो ठीक ता हो आहो गर्म पानी मेरे टॉन्सिल्स होया मैं गरारे करके जाना है नहाना ठंडे पानी नाल ही है गल सुन इन्ने होर ते किते जाना नहीं हुंदा इन्नू स्कूल ही दाखल करा दे दोबारा लोकां कतूरे रखे हुंदे असी सूर रखे है तेरे जीजा जी मैनू ढिले लगदे दीदी तैनू ढिले लगदे मैनू हिले लगदे है चंगी भली है जी ठीक ठाक भाभी जी का की हाल है ओ भी ठीक ठाक भाभी जी तुसी सवेर सवेरे किधर तैयारी कर ली जी व्याह दा फंक्शन लाउन जाना मैं तां बथेरा समझाउना है भाई नाटकां च इन्ना नाम चलदा है मेरा 6 महीने च इक वारी तां अखबार च फोटो छपदी है रहन देना शादी दे फंक्शनां नू हां जी थोड़ा तां सिर्फ नाई चलदा है घर तां ऑर्केस्ट्रा नाल ही चलदा है ना वैसे भाभी जी काम ते तुहाडे वाला भी औखा ही है शराबी एक बारी दंदा जी नोट फसा के पतंदर छड़ते ते नहीं होने छेती दंदा नाली खिचना पैंदा होना हां जी सितारे वाला कगरा पाता जी टैची च ओ जलेबी बाई वाली सीडी भी पा दी शीला दी जवानी भी पा दूंगी ओ काका हां जी अंदर टेबल ते कार दी चाबी पे चक लिया अच्छा सुके हां जी आ की काम कीता तुसी काम तुहाडा एक नहीं चलदा नौकर तुसी दो दो रखे ने ए मुंडा नवा रखिया हुण पान जाए मेरा पान जा कादा हुई है जीजा साडा बदमाश ये अपने प्यो दा भी प्यो है लोकां दी हड्डियां तोड़न तो सिवाय डक्का नहीं तोड़दा बेला हां जी तेरी मौज है काका है तीन दिन इधर चार दिन उधर तुसी ले लो हजी मौज एक ब्याह करा के बंदा दो पैरां ते भज्जिया फिरदा ते दो ब्याह करा के ते फिर हाथ भी थल्ले लाउणे पैंदे आ आ पूछ ही नहीं उगदी बंदे दे हालत कुत्ते वाली हो जांदी बंदे दी मामा जी हां जी चाबी लिया अल्लाह भी फड़ आ लियो जी आलो फड़ो अच्छा भी ओ सॉरी तेनू गेट खोलन नु कहता दे ओ नाना जी कोई गल्ले नहीं तुसी मामा जी दे गेस्ट हो नहीं तां गेट वाली केड़ी गल आ मैं तां 1 मिनट तो पहला तेरे वर्गा बंदा खोल के रखदा ठीक है टिंगरा साहब मैं चलदा चंगा छुट्टी जिन्हें मेनू काम दवाना जी ओ यार कादा हुई है फुकरा है दो दो जनानियां रखी फिरदा हां जी फुकरा हां जी आ गए जी नहीं राह च हीं आ जी वैसे इना तेल के ते मेरी पुड़पड़ियां च चसिया करे ना तरावट आ जाए सिर च मेरे मेरी मां ने दसिया सी कि बंदा जदों कमाईयां करके घर मुड़े ना तब तेल चोगे घर वाली दा वीर जी वीर जी
ਵੇਖਾਂ ਜਿੱਦਾਂ ਏਅਰਪੋਰਟ ਤੇ ਲੈਣ ਆਈ ਹੁੰਦੀ ਮੈਨੂੰ ਇੱਥੇ ਰਹਿਣਾ ਮੈਂ ਭਰਾ ਭਾਵੇਂ ਦਹੀਂ ਲੈਣ ਗਿਆ ਹੋਇਆ 20 ਮਿੰਟਾਂ ਬਾਅਦ ਮੁੜ ਆਵੇ ਪੈਣਾ ਨੂੰ ਤੇ ਚਾਹ ਚੜਦਾ ਹੈ ਨਾ ਹਾਏ ਹਾਏ ਕੁੜੀ ਨਾਲ ਪਿਆਰ ਨਾ ਤਾਂ ਬੋਲੋ ਅੱਛਾ ਹੁਣ ਪੁਰਾਣੀਆਂ ਫਿਲਮਾਂ ਵਾਂਗੂ ਸ਼ੁਰੂ ਹੋ ਜਾਵਾਂ ਮੈਂ ਵਾਹ ਵਾਹ ਤਿੰਨਾਂ ਦਿਨਾਂ ਵਿੱਚ ਕਿੰਨੀ ਜਵਾਨ ਹੋ ਗਈ ਹੈ ਮੇਰੀ ਲਾੜੋ ਭੈਣ ਕਿੰਨੀ ਸੋਹਣੀ ਨਿਕਲੀ ਹੈ ਮਰਜਾਨੀ ਓਹੋ ਗੱਲਾਂ ਛੱਡੋ ਅੰਦਰ ਭਾਵਲਪੁਰੀਆ ਜੁਲਰ ਆਇਆ ਦੁਕਾਨ ਦਾ ਕਿਰਾਇਆ ਦੇਣ ਮੇਹਰ ਸਿੰਘ ਜੀ ਅੱਗੇ ਅਰਜ਼ ਕੀਤਾ ਹੈ ਕਿ ਫੁੱਲਾਂ ਦੀ ਮਹਿਕ ਤੇ ਗੁਲਾਬਾਂ ਦੀ ਖੁਸ਼ਬੂ ਗੁਲਾਬ ਦੇ ਫੁੱਲ ਨਹੀਂ ਹੁੰਦੇ ਨਾਲੇ ਮਹਿਕ ਤੇ ਖੁਸ਼ਬੂ ਮੇਹਰ ਸਿੰਘ ਜੀ ਪਹਿਲਾਂ ਪੂਰਾ ਸੁਣ ਲਿਆ ਕਰੋ ਠੀਕ ਹੈ ਸੁਣਾਓ ਫੁੱਲਾਂ ਦੀ ਮਹਿਕ ਤੇ ਗੁਲਾਬਾਂ ਦੀ ਖੁਸ਼ਬੂ ਬਾਬਾ ਦੋਵੇਂ ਇੱਕੋ ਹੀ ਨੇ ਮੈਂ ਕਿੱਥੇ ਕਿਹਾ ਦੋ ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੜੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਬੇਟਾ ਕਦੋਂ ਆਏ ਬਸ 8 ਕਵਿਤਾਵਾਂ ਤਾਂ ਹੋ ਹੀ ਗਈਆਂ ਮੇਰੇ ਆਏ ਨੂੰ ਤੁਸੀਂ ਡਾਕਟਰ ਵਾਲੇ ਗਏ ਅੱਜ ਦਵਾਈ ਲੈਣ ਪੁੱਤਰ ਜੀ ਡਾਕਟਰ ਕਹਿੰਦਾ ਮੈਂ ਦਵਾਈ ਘਰੇ ਪਹੁੰਚਾ ਦਿਆ ਕਰਾਂਗਾ ਤੁਸੀਂ ਆਉਣ ਦੀ ਖੇਚਲ ਨਾ ਕਰਿਆ ਕਰੋ ਕਵਿਤਾਵਾਂ ਦਾ ਘੱਟ ਸ਼ਕੀਨ ਹੋਣਾ ਹੈ ਡਾਕਟਰ ਖੈਰ ਮੈਂ ਸੋਚਿਆ ਹੁਣ ਟਾਈਮ ਹੋ ਗਿਆ ਬਈ ਸਾਲ ਭਰ ਦਾ ਇਕੱਠਾ ਕਿਰਾਇਆ ਦੇ ਦਈਏ ਦਿਮਾਗ ਤੋਂ ਬੋਝ ਉਤਰ ਜਾਂਦਾ ਹੈ 50 ਰੁਪਏ ਮਹੀਨੇ ਦੇ ਹਿਸਾਬ ਨਾਲ ਪੂਰੇ ਇਹ ਬਣਦੇ ਆ ਤੁਹਾਡੇ 600 ਰੁਪਏ ਗਿਣ ਲਓ ਆ ਤੁਸੀਂ ਚੰਗਾ ਕੀਤਾ ਵੈਸੇ ਇਸ ਕੰਮ ਲਈ ਜਿਹੜਾ ਅਟੈਚੀ ਰੱਖ ਲਿਆ ਨਾ ਵਰਨਾ ਇੰਨੀ ਪੇਮੈਂਟ ਬੰਦਾ ਜੇਬ 'ਚ ਲੈ ਕੇ ਘੁੰਮੇ ਖਤਰਾ ਹੀ ਹੁੰਦਾ ਲੁੱਟ ਖੋਹ ਦਾ ਡਰ ਰਹਿੰਦਾ ਨਾ ਘਰੋਂ ਅੱਡੇ ਤੇ ਜਾਈਏ ਨਾ ਆਟੋ ਵਾਲਾ 100 ਰੁਪਇਆ ਲੈ ਲੈਂਦਾ ਉੱਥੋਂ ਤੱਕ ਦਾ ਤੇ ਤੁਸੀਂ 50 ਰੁਪਏ ਮਹੀਨੇ ਤੇ ਸਾਡੀ ਦੁਕਾਨ ਦਾ ਵੀ ਬੈਠੇ ਹੋ ਦੱਬੀ ਨਹੀਂ ਹੋਈ ਸਨ 1943 ਵਿੱਚ ਮੇਰੇ ਪਿਤਾ ਜੀ ਨੇ 10 ਰੁਪਏ ਮਹੀਨੇ ਤੇ ਲਈ ਸੀ ਉਹ ਦੁਕਾਨ ਤੁਹਾਡੇ ਬਜ਼ੁਰਗਾਂ ਤੋਂ ਕੀ ਹੁੰਦੇ ਆ 10 ਰੁਪਈਏ ਅਸੀਂ ਸਿੱਧਾ ਜੰਪ ਮਾਰ ਕੇ 50 ਰੁਪਏ ਕਰ ਦਿੱਤਾ ਮਹੀਨੇ ਦਾ ਕਮਾਈਆਂ ਕਿੱਥੇ ਰਹਿ ਗਈਆਂ ਅੱਜ ਕੱਲ ਕੀ ਡਰਾਮੇਬਾਜ਼ੀ ਹੈ ਵੈਸੇ ਹੈ 2000 ਰੁਪਇਆ ਮਹੀਨੇ ਦਾ ਉਹ ਗੋਲ ਗੱਪੇ ਵਾਲੇ ਕੋਲੋਂ ਲੈਨੇ ਹੋ ਤੁਸੀਂ ਜਿਹੜਾ ਸਾਡੀ ਦੁਕਾਨ ਤੇ ਬਾਹਰ ਖੜਾ ਕੀਤਾ ਹੋਇਆ ਨਾ ਨਾ ਦੋਨੀ ਨਹੀਂ ਦਿੰਦਾ ਜੀ ਸਾਨੂੰ ਹੀ ਪਤਾ ਕਿੱਦਾਂ ਗੋਲ ਗੱਪੇ ਖਾ ਕੇ ਮਸੀ ਪੈਸੇ ਪੂਰੇ ਕਰੀਦੇ ਆ ਹੱਥ ਜੋੜੇ ਤੁਹਾਡੇ ਅੱਗੇ ਕਿਰਾਇਆ ਵਧਾ ਦਿਓ ਅੱਗੇ ਖਰਚੇ ਬੜੇ ਨੇ ਕੁੜੀ ਦਾ ਵਿਆਹ ਵੀ ਕਰਨਾ ਸੀ ਦੇਖ ਲਓ ਜੀ ਹੁਣ ਕੁੜੀਆਂ ਦਾ ਵਿਆਹ ਵੀ ਕਿਰਾਏਦਾਰਾਂ ਦੇ ਸਿਰੋਂ ਹੀ ਕਰੋਗੇ ਸਤਿ ਸ੍ਰੀ ਅਕਾਲ ਜੀ ਪੈਸੇ ਨਾਲ ਨਹੀਂ ਰੱਜਦਾ ਇਹ ਟੱਬਰ ਲੁੱਟ ਕੇ ਖਾ ਲਿਆ ਸਾਨੂੰ ਤਾਂ ਸ਼ਰਮ ਕਰੋ ਸਾਲਾ ਕਮੀਨਾ ਕਮੀਨਾ ਤਾਂ ਹੈ ਪਰ ਕਵਿਤਾ ਦਾ ਪ੍ਰੇਮੀ ਹੈ ਇੱਕ ਨਵੀਂ ਕਵਿਤਾ ਹੈ ਬੇਟਾ ਮੈਂ ਸਾਹ ਤੇ ਲੈ ਲੈਂਦਾ ਮੈਂ ਤੇ ਪਾਣੀ ਵੀ ਨਹੀਂ ਪੀਤਾ ਅਜੇ ਮੇਰੇ ਸਿਰ 'ਚ ਪਾ ਦੋ ਕਵਿਤਾ ਮੁੰਡੇ ਨੂੰ ਦੱਸਿਆ ਜੀ ਜਿਹੜਾ ਰਿਸ਼ਤਾ ਆਪਾਂ ਅਖਬਾਰ 'ਚ ਪਸੰਦ ਕੀਤਾ ਕੀ ਗੱਲ ਮੇਰਾ ਹੁਣ ਤੀਜਾ ਵਿਆਹ ਕਰਨਾ ਜੇ ਤੀਜਾ ਨਹੀਂ ਮੈਂ ਕਿਹਾ ਸੁਖ ਨਾ ਰੱਬ ਨੇ ਆ ਦੋਵਾਂ ਜਿੱਡੀ ਇੱਕ ਦਿੱਤੀ ਤੋਈ ਮੈਨੂੰ ਅੱਗੇ ਫਿਟੇ ਮੂੰਹ ਤੇਰਾ ਓਏ ਕਮਲਿਆ ਆਪਣੀ ਪ੍ਰੀਤ ਲਈ ਹਾਏ ਹਾਏ ਜਿਹੜੀ ਸ਼ਰਮ ਆ ਗਈ ਯਾਰ ਮੈਂ ਕਹਿੰਦਾ ਜੇ ਰਿਸ਼ਤਾ ਠੀਕ ਹੈ ਨਾ ਫਿਰ ਝੱਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਕਰਿਓ ਬਿਲਕੁਲ ਓਏ ਹੱਥ ਜੋੜੇ ਤੁਹਾਡੇ ਅੱਗੇ ਡੈਡੀ ਜੀ ਜੇ ਗੱਲ ਬਣਦੀ ਹੋਈ ਤੇ ਤੁਸੀਂ ਆਪਣੀ ਸ਼ਾਇਰੀ ਤੇ ਕੰਟਰੋਲ ਰੱਖਿਓ ਨਾਬੇ ਵਾਲਿਆਂ ਨੇ ਵੀ ਡੈਡੀ ਦਾ ਫੋਨ ਚੁੱਕਣਾ ਬੰਦ ਕਰਤਾ ਸੀ ਅਨੂ ਮੁੰਡੇ ਦਾ ਨੰਬਰ ਤਾਂ ਦੱਸ ਪੁੱਤਰ ਸੁਣ ਜੀ ਮੈਂ ਨੰਬਰ ਦੇਣੀ ਹੈ ਤੁਸੀਂ ਜ਼ਰਾ ਫੋਨ ਮਾਰਿਓ ਹੁਣੇ ਮਾਰ ਦਿੰਨੇ ਆ ਕਿਹਦੇ ਮਾਰਨਾ ਫੋਨ ਓਏ ਹੋਏ ਓਹੋ ਨੰਬਰ ਲਗਾਉਣਾ ਲੋ ਨੰਬਰ 98 72 211 342 300 ਜਸਮੀਤ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਜਸਟ ਮੀਟ ਮੇਰੇ ਕਹਿੰਦੇ ਦੇਖਦੇ ਆ ਲੈਟਸ ਮੀਟ ਚ ਗੱਲ ਬਣਦੀ ਤਾਂ ਨੰਬਰ ਤੇ ਲੱਗੇ ਪਹਿਲਾਂ ਆਪਣਾ ਨੈਟਵਰਕ ਹੀ ਨਹੀਂ ਆ ਰਿਹਾ ਮੈਨੂੰ ਤਾਂ ਲੱਗਦਾ ਮੁਸ਼ਕਲ ਹੀ ਲੱਗਣਾ ਲੱਗ ਹੀ ਨਹੀਂ ਰਿਹਾ ਨਹੀਂ ਲੱਗ ਰਿਹਾ ਨੈਟਵਰਕ ਹੀ ਨਹੀਂ ਲੱਗ ਰਿਹਾ ਲੋ ਜੀ ਫੋਨ ਨਹੀਂ ਲੱਗ ਰਿਹਾ ਤੇ ਛੁਆਰਾ ਕਿੱਥੋਂ ਲੱਗਣਾ ਤੁਹਾਡਾ ਨਹੀਂ ਲੱਗ ਰਿਹਾ ਮੇਰਾ ਲੱਗ ਗਿਆ ਹੈਲੋ ਹੈਲੋ ਮੈਡੀ ਸਤਿ ਸ਼੍ਰੀ ਅਕਾਲ ਸਾਡੀ ਕੁੜੀ ਦਾ ਨਾਮ ਪ੍ਰੀਤ ਹੈ ਜੀ ਹਾਂਜੀ ਚੰਗਾ ਫਿਰ ਆਪਾਂ ਦੋਨੇ ਪਰਿਵਾਰ ਮਿਲ ਕੇ ਗੱਲ ਕਰਦੇ ਹਾਂ ਜੀ ਬਿਲਕੁਲ ਬਸ ਐਕਚੁਅਲੀ ਮੇਰੇ ਹਸਬੰਡ ਹੁਣੇ ਟੂਰ ਤੇ ਗਏ ਵੀਰਵਾਰ ਉਹ ਆ ਜਾਂਦੇ ਮੈਂ ਉਹਨਾਂ ਤੇ ਗੱਲ ਕਰ ਲੈਣੀ ਲੋ ਜੀ ਮੇਰੇ ਹਸਬੰਡ ਵੀ ਟੂਰ ਤੋਂ ਹੁਣੇ ਵਾਪਸ ਆਏ ਨੇ ਮੈਂ ਉਹਨਾਂ ਨਾਲ ਗੱਲ ਕਰ ਲੈਣੀ ਆ ਤੇ ਫਿਰ ਆਪਾਂ ਮਿਲਦੇ ਹਾਂ ਹਾਂਜੀ ਇਹਨੇ ਰਿਸ਼ਤਾ ਕਿੱਥੇ ਹੋਣ ਦੇਣਾ ਇਹਨੇ ਤੇ ਪਹਿਲੇ ਵੀ ਕੈਨਸਲ ਕਰਾ ਦੇਣੇ ਤੁਹਾਨੂੰ ਮੈਂ ਦੱਸਾਂ ਇਹਨੂੰ ਚੁੱਪ ਕਰਾ ਲਓ ਅਸੀਂ ਨਹੀਂ ਆਗੇ ਯਾਰ ਕਿਉਂ ਚੌਧਰਾਨੀਆਂ ਬਣਦੀਆਂ ਜਨਾਨੀਆਂ ਤੁਹਾਨੂੰ ਮੈਂ ਦੱਸਾਂ ਓਕੇ ਮੈਨੂੰ ਸੁਣੋ ਗੱਲ ਇਹ ਰਿਸ਼ਤਾ ਹੋ ਜਾਣਾ ਮੈਨੂੰ ਮੈਨੂੰ ਵਾਈਬਸ ਆ ਰਹੀਆਂ ਰਿਸ਼ਤਾ ਹੋ ਜਾਣਾ ਮੁੰਡੇ ਦੀ ਗੱਲ ਤਾਂ ਸਿਆਣੀ ਹੈ ਗੱਲ ਤਾਂ ਬਿਲਕੁਲ ਸਿਆਣੀ ਹੈ ਜੀ ਹੋਇਆ ਵੇਖੋ ਤੁਹਾਡੇ ਹੱਥ ਜੋੜੇ ਮੈਂ ਪੈਰ ਫੜੇ ਤੁਹਾਡੇ ਤੁਸੀਂ ਵਿੱਚ ਇਨਵੋਲਵ ਨਹੀਂ ਹੋਣਾ ਇਸ ਗੱਲ ਦੇ ਵਿੱਚ ਔਰ ਖਾਸ ਤੌਰ ਤੇ ਤੂੰ ਮੇਰੀ ਗੱਲ ਸੁਣ ਲੈ ਉਹਨੂੰ ਘੱਟੋ ਘੱਟ ਤੂੰ ਨਹੀਂ ਇਸ ਮਾਮਲੇ 'ਚ ਬੋਲਣਾ ਤੁਸੀਂ ਨਹੀਂ ਇਨਵੋਲਵ ਹੋਣਾ ਮੈਂ ਡੀਲ ਕਰਾਂਗਾ ਯਾਰ ਉਹਦਾ ਹਸਬੰਡ ਟੂਰ ਤੇ ਗਿਆ ਨਾ ਉਹਨੂੰ ਆ ਲੈਂਦੇ ਇਧਰੋਂ ਮੈਂ ਹਸਬੰਡ ਉਧਰੋਂ ਉਹ ਹਸਬੰਡ ਹਸਬੰਡ ਉਹ ਹਸਬੰਡ ਨਹੀਂ ਹੋਣ ਦਿਓ ਸਾਨੂੰ ਇਹ ਹਸਬੰਡ ਟੂ ਹਸਬੰਡ ਗੱਲ ਹੋਏਗੀ ਤਾਂ ਇਹ ਰਿਸ਼ਤਾ ਹੋਣਾ ਜੇ ਮੈਂ ਹੱਥ ਜੋੜੇ ਤੁਹਾਡੇ ਅੱਗੇ ਤੁਸੀਂ ਕਿਸੇ ਨੇ ਵਿੱਚ ਨਹੀਂ ਬੋਲਣਾ ਮੇਰਾ ਮਰੇ ਦਾ ਮੂੰਹ ਵੇਖੋਗੇ ਜੇ ਇਸ ਰਿਸ਼ਤੇ 'ਚ ਆਇਆ ਕੋਈ ਜਣਾ ਠੀਕ ਹੈ ਨਾ ਇਹ ਰਿਸ਼ਤਾ
ਵਰਕਾ ਪਾੜ ਦੇ ਵਰਕਾ ਪਾੜ ਦਿਓ ਅਬਾ ਬਾ ਵਰਕਾ ਪਾੜ ਦਿਓ ਡੈਰੀ ਮੈਨੂੰ ਫੜਾਓ ਫੜਾਇਆ ਤੇ ਡੈਰੀ ਮੈਨੂੰ ਇਹਦੇ ਵਿੱਚੋਂ ਵਰਕਾ ਪਾੜ ਕੇ ਦਿਓ ਕਿੱਥੇ ਨੰਬਰ ਓਕੇ ਮੈਂ ਕਰਦਾ ਸਾਰਾ ਕੁਝ ਸੈਟ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਰਿਸ਼ਤਾ ਹੋ ਜਾਣਾ ਪਾਜੀ ਵੀਰ ਜੀ ਇਸ ਰਿਸ਼ਤੇ ਵਾਸਤੇ ਕਿੰਨੇ ਐਕਸਾਈਟਿਡ ਲੱਗ ਰਹੇ ਨੇ ਸਮਝ ਗਿਆ ਨੋ ਪ੍ਰੋਬਲਮ ਹੋ ਲੈਣ ਦੇ ਰਿਸ਼ਤਾ ਇਹ ਪਹਿਲਾ ਵਿਆਹ ਹੋ ਜਿਹਦੇ ਚ ਦਾਜ ਘਰ ਦਾ ਘਰ ਚ ਹੀ ਰਹਿ ਜਾਣਾ ਇੱਥੋਂ ਚੁੱਕਿਆ ਇੱਥੇ ਰੱਖਤਾ ਦਾਜ ਘਰੇ ਰਹਿ ਜਾਣਾ ਅਗਲਿਆਂ ਜੀਜਾ ਘਰੋਂ ਕੱਢ ਦੇਣਾ ਇਸ ਵਿਆਹ ਦੇ ਕਾਰਡ ਛਪਣ ਤੋਂ ਪਹਿਲਾਂ ਮੇਰੇ ਭੋਗ ਦੇ ਕਾਰਡ ਛਪ ਜਾਣੇ ਆ ਉਹ ਇਹ ਵੀ ਤਾਂ ਹੋ ਸਕਦਾ ਹੈ ਕਿ ਰਿਸ਼ਤਾ ਤੇਰੀ ਦੋਵੇਂ ਜਨਾਨੀਆਂ ਨੂੰ ਜੱਪੀਆਂ ਪਵਾ ਦੇਵੇ ਤੇ ਤੇਰੀ ਨਲੱਕੀ ਮਾਫ ਹੋ ਜੇ ਹਾਂਜੀ ਹਾਂਜੀ ਤੇ ਲੋਕਾਂ ਨੂੰ ਮੈਂ ਭੰਬਲ ਭੂਸੇ ਚ ਪਾ ਦਿਆਂ ਬਈ ਇਧਰੋਂ ਭਰਾ ਦੀ ਮਿਲਣੀ ਕਰਕੇ ਕੰਬਲ ਦੇ ਗਿਆ ਉਧਰੋਂ ਜੀਜੇ ਦੀ ਮਿਲਣੀ ਕਰਕੇ ਮੁੰਦਰੀ ਲੈ ਗਿਆ ਸਮਝ ਨਹੀਂ ਆਈ ਉਹ ਤੂੰ ਆਪਦਾ ਦੇਖ ਤੂੰ ਲੋਕਾਂ ਤੋਂ ਕੀ ਲੈਣਾ ਹਾਂਜੀ ਕਿਉਂ ਨਹੀਂ ਲੈਣਾ ਲੋਕਾਂ ਕੋਲੋਂ ਮੇਰੀਆਂ ਵੋਟੀਆਂ ਲੋਕਾਂ ਨੂੰ ਕੀ ਕਹਿਣਗੀਆਂ ਬਈ ਅਸੀਂ ਆਪਸ ਵਿੱਚ ਦੋਵੇਂ ਸਕੀਆਂ ਸੌਂਕਣਾ ਵਾ ਉਹ ਗੱਲ ਸੁਣ ਤੇਰੇ ਸਾਲੇ ਨੂੰ ਕੋਈ ਢੰਗ ਦਾ ਰਿਸ਼ਤਾ ਭੇਜਿਆ ਉਹਨੇ ਤੇਰੀ ਭੈਣ ਨੂੰ ਦੇਖਣ ਹੀ ਨਹੀਂ ਜਾਣਾ ਹਾਂਜੀ ਟਿੰਗਰਾ ਸਾਹਿਬ 60 ਸਾਲ ਦੇ ਹੋ ਗਏ ਹੋ 59 ਭਾਈ 59 ਚੱਲ ਇੱਕ ਬਚਿਆ ਵਿੱਚੋਂ ਜਿਹੜਾ ਇੱਕ ਰਹਿ ਗਿਆ ਉਹਦੇ ਚ ਕੋਈ ਇੱਕ ਅਕਲ ਦੀ ਗੱਲ ਕਰ ਲਓ ਜਿਵੇਂ ਇੱਕ ਕੰਮ ਹੋ ਸਕਦਾ ਕੀ ਤੇਰੇ ਸਾਲੇ ਨੂੰ ਤੇਰੀ ਭੈਣ ਦੀ ਥਾਂ ਕੋਈ ਹੋਰ ਕੁੜੀ ਦਿਖਾਈਏ ਜਿਹਨੂੰ ਦੇਖ ਕੇ ਉਹ ਦੁਖੀ ਹੋ ਜਾਵੇ ਪਰਫੈਕਟ ਬਿਲਕੁਲ ਠੀਕ ਹੈ ਤੇ ਫਿਰ ਇਹਦਾ ਮਤਲਬ ਮੇਰੇ ਸਾਲੇ ਦੀ ਥਾਂ ਤੇ ਮੇਰੇ ਘਰਦਿਆਂ ਨੂੰ ਕੋਈ ਹੋਰ ਮੁੰਡਾ ਵਿਖਾਈਏ ਵਿਖਾਈਏ ਐਸਾ ਜਿਹਨੂੰ ਵੇਖ ਕੇ ਮੇਰੇ ਘਰਦਿਆਂ ਦੀਆਂ ਚੀਕਾਂ ਨਿਕਲ ਜਾਣ ਹਾਂਜੀ ਇਹਦਾ ਮਤਲਬ ਆਪਾਂ ਨੂੰ ਹੁਣ ਇੱਕ ਘਟੀਆ ਜਿਹਾ ਮੁੰਡਾ ਚਾਹੀਦਾ ਤੇ ਇੱਕ ਬੈਡ ਇੰਪ੍ਰੈਸ਼ਨ ਪਾਉਣ ਵਾਲੀ ਕੁੜੀ ਚਾਹੀਦੀ ਬਸ ਹਾਂਜੀ ਮੇਰੇ ਕੋਲ ਇੱਕ ਜ਼ਬਰਦਸਤ ਕੁੜੀ ਹੈ ਇੰਨੀ ਚੰਗੀ ਹੈ ਜਿੰਨਾ ਮਰਜ਼ੀ ਬੈਡ ਇੰਪ੍ਰੈਸ਼ਨ ਪਵਾ ਲਓ ਹਾਂਜੀ ਹੋ ਜੂ ਤੂੰ ਆਪਣੇ ਸਾਲੇ ਨੂੰ ਕੱਲ ਸਵੇਰੇ ਕੋਠੀ ਨੰਬਰ 4140 ਸੈਕਟਰ 5 ਚ ਭੇਜ ਵਾਹ ਜੀ ਵਾਹ ਵੀਆਈਪੀ ਸੈਕਟਰ ਚ ਰਹਿੰਦੇ ਹੋ ਜੀ ਵੈਸੇ ਤੁਹਾਡਾ ਘਰ ਬਹੁਤ ਹੀ ਵਧੀਆ ਆਪਣਾ ਜਾਂ ਕਿਰਾਏ ਤੇ ਕਿਰਾਏ ਤੇ ਸੀ ਜੀ ਪਰ ਆਪਾਂ ਦੱਬ ਲਿਆ ਕਿਹੜਾ ਸਾਲਾ ਛਡਾ ਲੂ ਹਾਂਜੀ ਉਹ ਜੀ ਲੜਕੀ ਉਹ ਜੀ ਡਿਨਰ ਲਈ ਮੁਰਗੇ ਦਾ ਇੰਤਜ਼ਾਮ ਕਰ ਰਹੀ ਹੈ ਹਾਂਜੀ ਮੁਰਗਾ ਆਪ ਬਣਾਓ ਨਾ ਨਾ ਬਣਾਉਣਾ ਤਾਂ ਮੈਂ ਆ ਉਹ ਤਾਂ ਬਸ ਵੱਢ ਰਹੀ ਹੈ ਕੁੜੀ ਵੱਢ ਰਹੀ ਹੈ ਜੀ ਮੁਰਗਾ ਮੁਰਗੇ ਚ ਕਿਹੜੀ ਗੱਲ ਹੈ ਉਹਦਾ ਤਾਂ ਬੱਕਰੇ ਤੇ ਹੱਥ ਬਹੁਤ ਸਾਫ਼ ਹੈ ਭਾਈ ਹਾਂਜੀ ਇਹ ਜੀ ਸਾਡੇ ਘਰੇ ਸਭ ਮੁਰਗੇ ਵੱਢਣ ਵਾਲੇ ਕੰਮ ਕੁਮ ਨਾ ਥੋੜੇ ਲੈ ਤੋ ਬਾਅਦ ਨਹੀਂ ਵੱਢਿਆ ਕਰੂ ਜਿਉਂਦੇ ਮੁਰਗੇ ਨੂੰ ਸਿੱਧਾ ਸੀਟੀ ਮਰਵਾ ਦਿਆ ਕਰੂ ਮਨਿੰਦਰ ਸਾਡੀ ਬਸ ਨਿਕਲ ਜਾਣੀ ਹੈ ਹੈਨਾ ਗੱਲ ਸੁਣੋ ਜੀ ਬਸ ਦੀ ਚਿੰਤਾ ਨਾ ਕਰੋ ਤੁਸੀਂ ਹਾਂ ਸਾਡੀ ਬਿਟਿਆ ਲੰਡੀ ਜੀਪ ਤੁਹਾਨੂੰ ਆਪ ਛੱਡ ਕੇ ਆਊਗੀ ਜੇ ਛੱਡਣ ਗਈ ਲੇਟ ਹੋ ਗਈ ਜੀ ਕੱਲੀ ਕੁੜੀ ਰਾਤ ਦਾ ਟਾਈਮ ਚੋਰ ਚੱਕੇ ਪੁਲਿਸ ਬਿਲਕੁਲ ਚਿੰਤਾ ਨਾ ਕਰੋ ਜੀ ਚੋਰ ਪੁਲਿਸ ਦੀ ਉਹਦੀ ਤਾਂ ਸਿੱਧੀ ਦੋਵੇਂ ਪਾਸੇ ਸੈਟਿੰਗ ਹੈ ਹਾਂਜੀ ਮਨਿੰਦਰ ਸਾਡੀ ਆਖਰੀ ਬਸ ਤਾਂ ਨਿਕਲ ਜਾ ਅਸੀਂ ਚੱਲੀਏ ਅਸਤ ਸ਼੍ਰੀ ਅਕਾਲ ਕੁੜੀ ਨੂੰ ਮਿਲ ਕੇ ਜਾਓ ਕੁੜੀ ਪ੍ਰੀਤ ਮਨਿੰਦਰ ਦੇ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਗਲੇ ਮਿਲੋ ਨਾ How are you? ਉਹ ਭੈਣ ਜੀ ਨੂੰ ਗਲੇ ਮਿਲੋ ਜਿੱਦੀ ਮੁੰਡਿਆਂ ਨੂੰ ਪੈ ਜਾਂਦੀ ਹੈ ਸੌਰੀ ਬਹੁਤ ਭੋਲੀ ਹੈ ਹਾਂਜੀ ਹਾਂ ਨਹੀਂ ਬਸ ਠੀਕ ਹੈ ਠੀਕ ਹੈ ਮਨਿੰਦਰ ਚੱਲ ਸਾਡੀ ਬਸ ਨਿਕਲ ਜਾਣੀ ਹੈ ਬੜੇ ਹਿੰਮਤ ਵਾਲੇ ਹੋ ਜੀ ਬੱਕਰੇ ਮੁਰਗੇ ਆਪ ਹੀ ਓ ਜੀ ਬੜੀ ਫਨੀ ਸਟੋਰੀ ਹੈ ਓਕੇ ਚਲਿਓ ਇੱਕ ਵਾਰੀ ਕੀ ਹੋਇਆ ਸਾਡੇ ਘਰ ਨਾ ਪਿੰਡੋਂ ਬੜੇ ਸਾਰੇ ਮਹਿਮਾਨ ਆ ਗਏ ਡੈਡੀ ਘਰੇ ਹੈਗੇ ਨਹੀਂ ਸੀ ਹੈ ਮੈਂ ਸੋਚਾਂ ਚ ਪੈ ਗਈ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਕੀ ਕਰਾਂ ਮਟਨ ਮਟਨ ਅਸੀਂ ਬਾਹਰੋਂ ਤਾਂ ਮੰਗਾਉਂਦੇ ਹੈਗੇ ਨਹੀਂ ਤਾਂ ਮੈਂ ਕੀ ਕੀਤਾ ਫਰਸਟ ਟਾਈਮ ਲਾਈਫ ਚ ਪਹਿਲੀ ਵਾਰੀ ਡੈਡੀ ਦੀ ਬੋਤਲ ਚੋਂ ਇੱਕ ਮੋਟਾ ਜਿਹਾ ਪੈਗ ਲਾ ਲਿਆ ਅੱਛਾ ਪੈਗ ਲਾ ਕੇ ਚੜ ਗਈ ਮੈਨੂੰ ਫਿਰ ਤੇ ਹਿੰਮਤ ਆ ਗਈ ਮੈਂ ਪਿੱਛੋਂ ਹਵੇਲੀ ਚੋਂ ਬੱਕਰਾ ਫੜ ਕੇ ਲਿਆਈ ਮੈਂ ਬੱਕਰੇ ਨੂੰ ਫੜਾ ਬੱਕਰਾ ਮੇਰੇ ਹੱਥ ਚੋਂ ਨਿਕਲ ਨਿਕਲ ਜਾਵੇ ਨਿਕਲ ਨਿਕਲ ਜਾਵੇ ਮੈਂ ਵੀ ਫੜ ਕੇ ਝੜਕਾਤਾ ਫਿਰ ਕੀ ਬਸ ਇੱਕਦਮ ਤਾਜ਼ਾ ਤਾਜ਼ਾ ਮਟਨ ਫੜਾ ਕੇ ਵਰਤਾਤਾ ਫਿਰ ਮੈਂ ਹੱਸ ਹੱਸ ਕੇ ਕਮਲੀ ਹੋ ਗਈ ਜਦ ਮੈਂ ਵੇਖਿਆ ਬੱਕਰਾ ਸਾਡੀ ਹਵੇਲੀ ਚ ਤੁਰਦਾ ਫਿਰ ਤੂੰ ਕੁੱਤਾ ਸਾਡਾ ਗਾਇਬ ਸ਼ਰਾਬ ਕਰੀ ਹੋਈ ਸੀ ਨਾ ਪਰ ਤੂੰ ਜੋ ਪ੍ਰਾਹੁਣਿਆਂ ਨਾਲ ਕੀਤਾ ਹੈ ਨਾ ਉਹਨੂੰ ਕਹਿੰਦੇ ਆ ਕੁੱਤੇ ਖਾਣੀ ਸਾਡੀ ਬਸ ਨਿਕਲ ਜਾਣੀ ਮੈਂ ਤਾਂ ਚਲਦੀ ਆ ਪਰ ਤੂੰ ਬਾਚੋ ਅਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭੈਣ ਜੀ ਤੇਰੀ ਮੈਂ ਤੈਨੂੰ ਨਾਲ ਲੈ ਜਾ ਭੈਣ ਜੀ ਜਵਾਬ ਤਾਂ ਦਿੰਦੇ ਜਾਂਦੇ ਬਸ ਜਵਾਬ ਹੀ ਸਮਝੋ ਉਹ ਕੁੜੀ ਵਿਚਾਰੀ ਤਾਂ ਰਾਤ ਨੂੰ ਕਛੂਆ ਛਾਪ ਨਹੀਂ ਬਾਲਦੀ ਕਿ ਕਿਤੇ ਕੋਈ ਮੱਛਰ ਨਾ ਮਰ ਜਾਵੇ ਤੇ ਅਸੀਂ ਉਸ ਤੋਂ ਕੁੱਤੇ ਬੱਕਰੇ ਮੁਰਗੇ ਸਭ ਢਾ ਲੈ ਬਸ ਹੁਣ ਆਪਾਂ ਨੂੰ ਨਾ ਇੱਕ ਵਾਹ ਯਾਦ ਜਿਹਾ ਮੁੰਡਾ ਚਾਹੀਦਾ ਜੋ ਚੰਗੀ ਤਰ੍ਹਾਂ ਜ਼ਲਾਲਤ ਖਲਾਰੇ ਮੇਰੇ ਘਰ ਦਿਆਂ ਸਾਹਮਣੇ ਉਹ ਵਾਲਾ ਹੀ ਕੁਝ ਨਹੀਂ ਜੀ ਸਮਝੋ ਹੋ ਗਿਆ ਹਾਂਜੀ ਕੀ ਬਾਤ ਹੈ ਬਲੀ ਸਾਹਿਬ ਹਾਂਜੀ ਮਾਮਾ ਜੀ ਆ ਜਾ ਮੇਰੇ ਸ਼ੇਰ ਹਾਂਜੀ ਹੈਲੋ ਜੀ ਕਾਕਾ ਇੱਕ ਕੰਮ ਕਰੇਗਾ ਕਰਾਂਗੇ ਮਾਮਾ ਜੀ ਮਿਹਨਤ ਤੋਂ ਤਾਂ ਆਪਾਂ ਭੋਰਾ ਨਹੀਂ ਡਰਦੇ ਸ਼ਾਬਾਸ਼ ਇਹਨਾਂ ਦੇ ਘਰ ਮੁੰਡਾ ਬਣ ਕੇ ਜਾਣਾ ਕਮਾਲ ਦੀ ਗੱਲ ਆ ਉਹ ਮੇਰੇ ਝਾਂਜਰਾ ਪਾਈਆਂ ਦੇਖ ਲਈਆ ਮੈਂ ਤਾਂ ਪਹਿਲੇ ਹੀ ਮੁੰਡਾ ਉਹ ਨਹੀਂ ਉਹ ਗੱਲ ਨਹੀਂ ਹੈ ਇਹਦੀ ਭੈਣ ਲਈ ਰਿਸ਼ਤਾ ਆ ਰਿਹਾ ਹੈ ਅੱਛਾ ਪਰ ਉਹ ਮੁੰਡਾ ਕਰੈਕਟਰਲੈਸ ਹੈ ਬੜੇ ਦੇ ਘਰ ਲੇੜੇ ਹੋਏ ਐ ਉੱਥੇ ਹੀ ਰਿਸ਼ਤਾ ਕਰਨਾ ਸਮਝ ਗਿਆ ਜੜ ਕੇ ਮੁੰਡੇ ਦਾ ਖੜਕੈਂਤਾ ਲਾਉਣਾ ਉਹ ਪਾ ਦੇਾਂਗੇ 6 ਮਹੀਨੇ ਲਈ ਬੈਠ ਤੇ ਮਾਮਾ ਜੀ ਮੈਂ ਬੈਠਾ ਟੈਨਸ਼ਨ ਨਾ ਲਓ ਉਹ ਤੂੰ ਆਪਣੇ ਪਿਓ ਦੀ ਚੈਰਿਟੀ ਚੋਂ ਬਾਹਰ ਨਿਕਲ
अच्छा जी तू उस मुंडे दी थां साडे नाल जाके बैड इंप्रेशन पाउणा है। ठीक कहंदे सी बापू जी, जह जह भंड तेरा मामा आप है ओह जह भंड तेनु बना दूंगा। यार बली साहब ए मुंडा बैड इंप्रेशन पालूगा? ओए दा तां पैंदा ही बैड इंप्रेशन है। क्यों मेरे गल करदे ते मुंह झोलाला दिखदियां ने जां मैं हकला के बोलदा मां? सुन दियो मैथों। वेरी गुड, बस इदां ही टुट टुट के पई मेरे घरदियां नूं, मेरे घरदियां ते तां डेले बाहर आ जाणे। होर दसो बेटा जी, रुचि की है अपनी? ਹੁਣ ਰੁਚੀ ਕਾਹਦੀ ਆਪਣੀ ਜੀ, ਉਹ ਤਾਂ ਸਾਲੀ ਬੀਏ ਚ ਛੱਡ ਦਿੱਤੀ ਸੀ ਜੀ। ਐਕਚੁਅਲੀ ਨਾ ਜੀ ਬਾਲੀ ਜਗ੍ਹਾ ਹੀ ਪੇਚੇ ਪਾਏ ਹੋਏ ਸੀ ਜੀ ਰੁਚੀ ਸ਼ਰਮਾ ਨੇ ਤਾਂ। ਓਹੋ, ਪਾਣੀ ਤਾਂ ਪੀ ਲੈਣ ਦੇ ਮੁੰਡੇ ਨੂੰ। ਉਹ ਮੈਂ ਮੁੰਡੇ ਦੇ ਅੱਗੋਂ ਪਾਣੀ ਚੁੱਕ ਲਿਆ, ਗੱਲ ਕਰਾਂਗੇ ਤਾਂ ਗੱਲ ਖੁੱਲੇਗੀ ਨਾ। ਅੱਛਾ ਪੁੱਤਰ ਜੀ, ਕਵਿਤਾ ਨੂੰ ਕਿੰਨਾ ਗੁਲਾਈ ਕਰਦੇ ਹੋ ਤੁਸੀਂ? ਕਵਿਤਾ? ਓਹੋ, ਅੱਛਾ ਅੱਛਾ, ਉਹ ਬਾਲ ਕਿਸ਼ਨ ਦੀ ਕੁੜੀ ਦੀ ਗੱਲ ਕਰਦੇ ਆ? ਉਹ ਜੀ ਲੋਕ ਤਾਂ ਐਵੇਂ ਗੱਲਾਂ ਬਣਾ ਦਿੰਦੇ ਆ, ਇਹ ਤਾਂ ਮੁਸ਼ਕਿਲ ਨਾਲ ਦੋ ਤਿੰਨ ਵਾਰੀ ਮਿਲਿਆ ਹੋਊ ਬਸ। ਤੁਸੀਂ ਦਵਾਈ ਖਾ ਕੇ ਸੌਂ ਜਾਓ ਥੋੜੀ ਦੇਰ। ਅੱਛਾ ਉਪਰ ਮੈਂ ਆਪਾਂ ਨੂੰ ਕੁੜੀ ਪਸੰਦ ਆ, ਪਰ ਕੁੜੀ ਤੇ ਤੁਸੀਂ ਅਜੇ ਦੇਖੀ ਨਹੀਂ। ਓ ਜੀ, ਇਹ ਤਾਂ ਸ਼ਹਿਰ ਦੀ ਹਰ ਆਂਦੀ ਜਾਂਦੀ ਕੁੜੀ ਨੂੰ ਦੇਖਦਾ ਮੇਰਾ ਸ਼ੇਰ। ਹਾਂਜੀ, ਉਹਨਾਂ ਚੋਂ ਹੀ ਕੋਈ ਕਹੂ। ਹਾਂਜੀ ਸਮਝਾ, ਦੇਖ ਲਈ ਜੀ। ਕਾਲੇ ਜਵਾਨ, ਤੇਰੀਆਂ ਸੱਤ ਪੁਸ਼ਤਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ। ਦਫਾ ਹੋ ਜਾ, ਦਫਾ ਹੋ ਜਾ, ਦਫਾ ਹੋ ਜਾ। ਬੈਠਾ ਪੁੱਤ, ਬੈਠਾ, ਦਫਾ ਹੋ ਜੂ। ਕੀ ਗੱਲ ਹੋ ਗਈ ਕਾਕਾ ਜੀ? ਹਾਂ ਕਾਕਾ, ਬਗਾਨੀ ਥਾਂ ਆਏ ਆ, ਇੱਥੇ ਤੇ ਸਾਡਾ ਜਲੂਸ ਨਾ ਕੱਢ ਤੂੰ। ਸਾਲਿਆ, ਕਦੇ ਤਾਂ ਖੈੜਾ ਛੱਡਿਆ ਕਰ, ਨੀਦਾ ਚੱਲ ਦਫਾ ਹੋ। ਕੀ ਹੋ ਗਿਆ ਭੈਣ ਜੀ? ਭੈਣ ਜੀ, ਪਿਛਲੇ 4 ਸਾਲ ਤੋਂ ਪਤਾ ਨਹੀਂ ਕਿਹੜਾ ਕਾਲੀ ਚਰਨ ਹੈ, ਹਵਾ ਚਦੇ ਨਾਲ ਪੰਗੇ ਲੈਂਦਾ ਰਹਿੰਦਾ ਵਿਚਾਰੇ ਨਾਲ। ਇਹ ਮਤਲਬ ਕਾਲੀ ਚਰਨ ਸਿਰਫ ਇਹਨਾਂ ਨੂੰ ਦਿਸਦਾ ਕਿ ਤੁਹਾਨੂੰ ਵੀ ਕਦੇ ਦਰਸ਼ਨ ਹੋਏ? ਮੈਨੂੰ ਨਾ, ਇਹਨੂੰ ਹੀ ਦਿਸਦਾ ਬੇਟਾ, ਸਾਨੂੰ ਤੇ ਬਸ ਕਦੇ ਕਦੇ ਹਵਾ 'ਚ ਕਾਲਾ ਕਾਲਾ ਗੋਲਾ ਹੀ ਦਿਸਦਾ ਹੈ। ਹੋੜਾ ਹੋੜਾ ਸਾਲਾ ਮੇਰਾ। ਬੇਟਾ ਜੀ ਡਿੱਗ ਪੋ ਕੇ ਸੋਫੇ ਤੋਂ ਉੱਠਾ ਜੀ ਇਹਨੂੰ, ਇਹਦਾ ਕੰਟਰੋਲ ਨਹੀਂ ਰਹਿੰਦਾ ਜੀ, ਇਹ ਤਾਂ 2-3 ਵਾਰੀ ਪੱਖੇ 'ਚ ਹੱਥ ਦੇ ਚੁੱਕਿਆ। ਓਕੇ ਜੀ, ਪਰ ਇਹ ਕਾਲੀ ਚਰਨ ਦਾ ਕੀ ਚੱਕਰ ਹੈ? ਕਾਲੀ ਚਰਨ ਅੰਕਲ? ਕਿਹੜੇ ਕਾਲੀ ਚਰਨ ਜੀ? ਆ ਸੁਣ ਲਓ, ਜਿਹੜਾ ਆਪਣੇ ਉੱਪਰ ਆਇਆ ਸੀ। ਮੈਂ ਤਾਂ ਜਦੋਂ ਦਾ ਇੱਥੇ ਹੀ ਬੈਠਾ ਜੀ, ਮੈਨੂੰ ਕੀ ਪਤਾ ਤੁਹਾਡੇ ਉੱਪਰ ਕੌਣ ਆਉਂਦਾ ਤੇ ਕੌਣ ਜਾਂਦਾ। ਹਾਂਜੀ, ਭਾਈ ਸਾਹਿਬ ਉਹ ਕਾਲੀ ਚਰਨ ਦੁਬਾਰਾ ਪ੍ਰਗਟ ਹੋਏ ਸੀ? ਕੌਣ ਨੇ ਜੀ ਇਹ ਕਾਲੀ ਚਰਨ ਜੀ? ਸ਼ੁਕਰ ਕਰੋ ਕਾਕਾ ਜੀ, ਕਾਲੀ ਚਰਨ ਜੀ ਛੇਤੀ ਚਲੇ ਗਏ, ਨਹੀਂ ਤਾਂ ਤੁਸੀਂ ਤਾਂ ਫੇਰ ਪੱਖੇ ਛਾ ਦੇਣ ਲੱਗੇ ਸੀ। ਤੁਸੀਂ ਪੱਖਾ ਹੀ ਬੰਦ ਕਰ ਦਿਓ, ਕਾਲੀ ਚਰਨ ਨੇ ਤਾਂ ਆਉਂਦੇ ਜਾਂਦੇ ਰਹਿਣਾ, ਫੇਰ ਟੰਟਾ ਪੈ ਜੂ। ਮੈਂ ਕਹਿੰਦੀ ਹਾਂ ਕੁੜੀ ਨੂੰ ਬੁਲਾ ਹੀ ਲੈਂਦੇ ਆ ਆਪਾਂ। ਨਹੀਂ ਨਹੀਂ, ਉਹ ਤਾਂ ਤਿਆਰ ਹੀ ਨਹੀਂ ਹੋਈ ਹੋਣੀ ਹਲੇ। ਉਹ ਤਾਂ ਜੀ ਹਲੇ ਸੌ ਕੇ ਨਹੀਂ ਉੱਠੀ ਹੋਣੀ। ਆ ਜਾ। ਲਓ ਜੀ, ਪ੍ਰੀਤ ਆ ਹੀ ਗਈ। ਮਨਿੰਦਰ ਇੰਨੀ ਗੌਰ ਨਾਲ ਨੀ ਦੇਖੀ ਦਾ, ਐਵੇਂ ਕੋਈ ਨੁਕਸ ਹੀ ਦਿਸ ਪੈਂਦਾ। ਹੁਣ ਤਾਂ ਸਾਰੇ ਨੁਕਸ ਦੂਰ ਹੋ ਗਏ ਲੱਗਦੇ ਆ। ਉੱਪਰ ਕੁਝ ਹੈ ਕਿ ਮੈਨੂੰ ਭੁਲੇਖਾ ਜਿਹਾ ਪਈ ਜਾਂਦਾ? ਹਾਂ, ਉੱਪਰ ਤਾਂ ਮਾਮਾ ਪੱਖਾ ਹੀ ਆ। ਨਹੀਂ ਉਹ ਫੇਰ ਵੀ ਜ਼ਰਾ ਗੌਰ ਨਾਲ ਵੇਖ ਲਓ, ਕਿਤੇ ਕਾਲੀ ਚਰਨ ਆਇਆ ਹੋਵੇ ਉੱਤੇ। ਆਉਂਦੀਆਂ ਤਾਂ ਉਹ ਚੀਜ਼ਾਂ ਨੇ ਬਾਈ ਜੀ ਜਿਹੜੀਆਂ ਹੋਣ। ਸਾਫ਼ ਸਾਫ਼ ਗੱਲ ਕਰੋ ਕਾਕਾ ਜੀ, ਇਹ ਤਾਂ ਅੱਗੇ ਠੀਕ ਨਹੀਂ ਰਹਿੰਦਾ। ਮੈਂ ਦੱਸਦਾ ਜੀ ਸਾਰੀ ਗੱਲ ਸਾਫ਼ ਸਾਫ਼। ਦੇਖੀ ਸਾਫ਼ ਕਰਨ ਲੱਗਾ, ਕਿਤੇ ਗੰਦ ਹੀ ਨਾ ਪਾ ਦੇਈਂ ਵੀਰ। ਅਖ਼ਬਾਰ 'ਚ ਪੜ੍ਹ ਕੇ ਜੀ ਅਸੀਂ ਕੁੜੀ ਦੇਖਣ ਤਾਂ ਆ ਗਏ, ਪਰ ਤੁਹਾਡੀ ਅਮੀਰੀ ਦੇਖ ਕੇ ਸਾਨੂੰ ਲੱਗਿਆ ਕਿ ਸਾਡੀ ਹੈਸੀਅਤ ਤੁਹਾਡੇ ਅੱਗੇ ਬੜੀ ਛੋਟੀ ਹੈ। ਅਸੀਂ ਐਡੇ ਵੱਡੇ ਘਰ ਨਾਲ ਮੱਥਾ ਨਹੀਂ ਲਾ ਸਕਦੇ, ਤੇ ਅਸੀਂ ਆਉਂਦਿਆਂ ਨੇ ਇਹ ਪਲੈਨਿੰਗ ਕੀਤੀ ਕਿ ਇਸ ਰਿਸ਼ਤੇ ਦੇ ਲਈ ਅਸੀਂ ਤੁਹਾਡੇ ਤੋਂ ਹੀ ਨਾਂਹ ਕਰਵਾ ਦੇਣੀ ਆ। ਸੱਚਾਈ ਤਾਂ ਇਹ ਆ ਕਿ ਮੈਂ ਤਾਂ ਕਦੇ ਕਾਲੀ ਚਰਨ ਨੂੰ ਦੇਖਿਆ ਵੀ ਨਹੀਂ, ਤੇ ਨਾ ਹੀ ਮੇਰਾ ਇਹ ਹੱਥ ਕਦੇ ਪੱਖੇ 'ਚ ਆਇਆ। ਮੰਮੀ ਜੀ, ਡੈਡੀ ਜੀ, ਮੈਨੂੰ ਮਾਫ਼ ਕਰ ਦਿਓ, ਮੈਂ ਇਹਨਾਂ ਦੀ ਸ਼ਰੀਫੀ, ਸਾਦਗੀ, ਲੜਕੀ ਦੀ ਮਾਸੂਮੀਅਤ ਤੇ ਭਾਈ ਸਾਹਿਬ ਉਹਨਾਂ ਦਾ ਭੋਲਾਪਣ ਦੇਖ ਕੇ ਇਹ ਝੂਠ ਦਾ ਹੋਰ ਡਰਾਮਾ ਨਹੀਂ ਕਰ ਸਕਦਾ। ਇਹੀ ਸੱਚਾਈ ਹੈ। ਹੁਣ ਤੁਸੀਂ ਭਾਵੇਂ ਇਸ ਰਿਸ਼ਤੇ ਲਈ ਹਾਂ ਕਰੋ ਤੇ ਭਾਵੇਂ ਨਾ। ਬੇਟਾ ਜੀ ਖੜੇ ਹੋਵੋ, ਇੱਧਰ ਆਓ ਮੇਰੇ ਕੋਲ। ਅਰਜ਼ ਕੀਤਾ ਪੁੱਤਰ ਜੀ, ਇੰਨਾ ਸੱਚ, ਇੰਨੀ ਸ਼ਰਾਫਤ, ਇੰਨੀ ਸਾਫ਼ ਗੋਈ, ਇੱਦਾਂ ਦਾ ਪੁੱਤਰ ਤੇ ਵਿਰਲਾ ਹੀ ਜੰਮਦਾ ਕੋਈ। ਕੀ ਡਰਾਮਾ ਹੋ ਰਿਹਾ ਯਾਰ ਵੈਸੇ? ਹੈ, ਸਾਨੂੰ ਕੀ ਪਤਾ ਯਾਰ, ਪਹਿਲਾਂ ਝੂਠ ਸੀਗਾ ਕਿ ਹੁਣ ਝੂਠ ਹੈ। ਸ਼ਾਂਤ ਰਹਿ ਪੁੱਤਰ,
ਅਸੀਂ ਉਮਰ ਖਾਦੀ ਹੈ। ਮੈਂ ਇਸ ਮੁੰਡੇ ਦੀਆਂ ਅੱਖਾਂ ਦੇਖ ਕੇ ਦੱਸ ਸਕਦੀ ਹਾਂ ਕਿ ਹੁਣ ਸੱਚ ਬੋਲ ਰਿਹਾ। ਓਏ ਮਨਿੰਦਰ, ਇਹ ਕੀ ਪਾਗਲਪਨ ਕਰ ਰਹੇ ਹਾਂ? ਹਾਂ, ਜੇ ਸੱਚ ਤੇ ਪਹਿਰਾ ਦੇਣਾ ਪਾਗਲਪਨ ਹੈ ਤੇ ਮੈਂ ਪਾਗਲ ਹਾਂ। ਜੇ ਕਿਸੇ ਨੂੰ ਸਹੀ ਗੱਲ ਦੱਸਣਾ ਪਾਗਲਪਨ ਹੈ ਤਾਂ ਮੈਂ ਪਾਗਲ ਹਾਂ। ਹਾਂ ਮੈਂ ਪਾਗਲ, ਹਾਂ ਮੈਂ ਪਾਗਲ, ਹਾਂ। ਏਦਾਂ ਨਾ ਬੋਲੋ ਜੀਜਾ ਜੀ। ਓ ਪੁੱਤਰ, ਤੂੰ ਘਬਰਾ ਨਾ, ਸਾਡੀ ਅਮੀਰੀ ਵੀ ਸਿਰਫ ਵਿਖਾਵੇ ਦੀ ਹੈ। ਕੋਠੀ ਸਾਡੀ ਬੈਂਕ ਕੋਲ ਪਲੈਜ ਹੋਈ ਪਈ ਹੈ, ਗੱਡੀਆਂ ਸਾਡੀਆਂ ਕਿਸ਼ਤਾਂ ਤੇ ਨੇ, ਤੇ ਕਮੇਟੀ ਚੁੱਕੇ ਤਾਂ ਪਿਛਲੇ ਮਹੀਨੇ ਸਾਰੇ ਜਣੇ ਅਸੀਂ ਮਨੀ ਕਰਨ ਹੋ ਕੇ ਆਏ ਆ। ਸਾਨੂੰ ਤਾਂ ਰਿਸ਼ਤਾ ਮਨਜ਼ੂਰ ਹੈ ਜੀ, ਤੂੰ ਕੀ ਕਹਿਣੀ ਹੈ ਪੁੱਤਰ? ਲਓ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਉਹ ਭਾਈ ਸਾਹਿਬ, ਬਹੁਤਾ ਸੋਚੋ ਨਾ, ਚਲੋ ਜੱਫੀ ਪਾ ਜਾ ਕੇ। ਉਹ ਬੇਟਾ, ਜੱਫੀ ਪਾ ਮੁੰਡੇ ਨੂੰ। ਮੈਂ ਤੈਨੂੰ ਪਿਆਰ ਕਰਦਾ ਹਾਂ ਕੁੜੀ, ਰੱਖ ਕੇ ਚਪੇੜ ਮਾਰਦੀ ਹੈ। ਬੱਲੀਬਾਜੀ ਕੱਢੋ ਉਹਨੂੰ, ਫਿਰ ਭਾਂਜੇ ਨੂੰ ਬਾਹਰ ਆਪਣੇ ਨੂੰ। ਉਹ ਕੀ ਹੋ ਗਿਆ, ਤੁਹਾਨੂੰ ਨਹੀਂ ਪਤਾ ਕੀ ਹੋਇਆ? ਠੰਡਾ ਹੋ ਯਾਰ। ਕੀ ਠੰਡਾ ਹੋਇਆ? ਤੁਹਾਡੇ ਸਾਹਮਣੇ ਗੰਦ ਪਿਆ ਸਾਰਾ ਜਿਹੜਾ ਪਾਇਆ। ਓ ਮਾਮਾ ਜੀ, ਉਹ ਹੈਲੋ ਗੱਲ ਸੁਣਾ। ਆਪਾਂ ਨਾ ਇੱਕ ਫੈਮਿਲੀ ਦਾ ਗਰੁੱਪ ਬਣਾ ਲੈਣਾ ਵਾ, ਪਤਾ ਲੱਗਣਾ ਚਾਹੀਦਾ ਸਭ ਨੂੰ ਬਈ ਕਿਹਦੀਆਂ ਕਿੰਨੀਆਂ ਘਰ ਵਾਲੀਆਂ, ਕੀ ਹੈ ਤੇ ਕੀ ਹੈ, ਕੀ ਹੈ। ਹੱਦ ਹੁੰਦੀ ਹੈ ਯਾਰ ਬੱਲੀ ਸਾਹਿਬ ਕਿਸੇ ਗੱਲ ਦੀ। ਅੱਗੇ ਅੱਤਵਾਦੀ ਇੰਟਰਨੈਟ ਤੇ ਧਮਕੀਆਂ ਦਿੰਦੇ ਹੁੰਦੇ ਸੀ, ਹੁਣ ਸੜਕ ਸ਼ਾਪ ਗੁੰਡੇ ਵੀ ਧਮਕੀਆਂ ਦੇਣ ਲੱਗ ਪਏ ਯਾਰ। ਉਹ ਬੱਲੀ ਭਾਜੀ, ਸਮਝਾਓ ਇਹਨੂੰ ਯਾਰ, ਮੇਰੀ ਭੈਣ ਹੈ ਯਾਰ ਉਹ। ਨਾ ਜੇ ਤੇਰੀ ਭੈਣ ਆ ਤਾਂ ਘਰੇ ਬਿਠਾਉਣੀ ਆ, ਕਿਤੇ ਵਿਆਹਣੀ ਨੀ। ਵਿਆਹਣੀ ਹੈ ਪਰ ਤੇਰੇ ਵਰਗੇ ਨਾਲ ਨੀ ਵਿਆਹਣੀ। ਕੀ ਗੱਲ, ਮੈਂ ਧੂਆ ਮਾਰਦਾ ਵਾ ਜਿਹੜੇ ਤੇਰੀ ਭੈਣ ਨੂੰ ਕਾਲੀ ਕਰ ਦੂ? ਓਏ, ਅਸੀਂ ਖਾਨਦਾਨੀ ਬੰਦੇ ਆ। ਹੈ, ਅਸੀਂ ਤਾਂ ਸੜਕਾਂ ਤੋਂ ਕਾਗਜ਼ ਚੱਕਦੇ ਆ। ਤੂੰ ਬਦਮਾਸ਼ਾਂ ਦੇ ਘਰੋਂ ਹੈ ਬਦਮਾਸ਼ਾ? ਨਾ ਨਾ, ਮੈਂ ਤਾਂ ਐ ਕਿਹਾ ਸੀ ਬਈ ਤੇਰਾ ਪਿਓ ਬਹੁਤ ਸਮਝਦਾਰ ਬਦਮਾਸ਼। ਦੇਖੋ ਮਾਮਾ ਜੀ, ਇਹਦੀ ਭੈਣ ਨਾਲ ਮੇਰਾ ਵਿਆਹ ਤਾਂ ਤੁਸੀਂ ਉਹ ਕਰਾਉਣਾ, ਹੁਣ ਤੁਹਾਡੀ ਮਰਜ਼ੀ ਆ। ਤੁਸੀਂ ਮਿਲਣੀ ਵਾਲੇ ਕੰਬਲ ਲੈ ਕੇ ਕਰਾਉਣਾ ਜਾਂ ਆਪਣੇ ਉੱਤੇ ਕੰਬਲ ਪਵਾ ਕੇ ਆਪਣੀ ਕੰਬਲ ਕੁੱਟ ਕਰਾ ਕੇ ਕਰਾਉਣਾ। ਦੇਖ ਵੀਰ, ਜੇ ਮੈਂ ਬਦਮਾਸ਼ ਹੀ ਬਣਨਾ ਹੁੰਦਾ ਨਾ, ਮੈਂ ਆਪਣੇ ਪਿਓ ਦਾ ਘਰ ਛੱਡ ਕੇ ਨਾ ਇੱਥੇ ਮਾਮਾ ਜੀ ਕੋਲੇ ਕੰਮ ਲੱਭਣ ਆਉਂਦਾ। ਪ੍ਰੀਤ ਤਾਂ ਮੈਨੂੰ ਪਹਿਲੀ ਨਜ਼ਰੇ ਚੰਗੀ ਲੱਗੀ, ਮੈਨੂੰ ਲੱਗਦਾ ਮੈਂ ਵੀ ਪ੍ਰੀਤ ਨੂੰ ਚੰਗਾ ਲੱਗਿਆ ਤੇ ਮੈਂ ਉਹਨੂੰ ਖਾਨਦਾਨੀ ਲੋਕਾਂ ਕੋਲ ਵਿਆਹ ਕੇ ਲਿਆਉਣਾ ਚਾਹੁੰਦਾ। ਚਲੇ, ਮੈਂ ਆਪਣੀ ਭੈਣ ਵਾਸਤੇ ਕਿਸੇ ਚੰਗੇ ਮੁੰਡੇ ਦੇ ਸੁਪਨੇ ਵੇਖੇ ਹੋਏ ਆ। ਵੀਰੇ, ਸੁਪਨੇ ਬਹੁਤੇ ਕਲੀਅਰ ਨਹੀਂ ਹੁੰਦੇ, ਲਾਈਟਿੰਗ ਨਹੀਂ ਨਾ ਹੁੰਦੀ। ਮੈਨੂੰ ਲੱਗਦਾ ਜਿਹੜਾ ਮੁੰਡਾ ਤੇ ਸੁਪਨੇ 'ਚ ਦੇਖਿਆ ਉਹ ਮੈਂ ਹੀ ਆ। ਹੁਣ ਆਪਣੀ ਭੈਣ ਨੂੰ ਜਾ ਕੇ ਸਮਝਾ ਵੀ ਫੇਸਬੁੱਕ ਚੈੱਕ ਕਰੇ, ਮੈਂ ਉਹਨੂੰ ਫਰੈਂਡ ਰਿਕੁਐਸਟ ਭੇਜ ਰਿਹਾ। ਆਪਣੀ ਭੈਣ ਦੇ ਕੰਪਿਊਟਰ 'ਚ ਭਾਵੇਂ ਕੋਲੋਂ ਨਾ ਵਾਇਰਸ ਪਾਣਾ ਪਵੇ, ਮੈਨੂੰ ਤੇਰੀ ਫਰੈਂਡ ਰਿਕੁਐਸਟ ਨਹੀਂ ਐਕਸੈਪਟ ਹੋਣ ਦਿੰਦਾ ਮੈਂ। ਸਿਆਣਾ ਬਣ ਮੇਰੇ ਵੀਰ, ਆਪਣੀ ਭੈਣ ਨੂੰ ਕਹਿ ਵੀ ਮੇਰੀ ਫਰੈਂਡ ਰਿਕੁਐਸਟ ਐਕਸੈਪਟ ਕਰ ਲੈ, ਨਹੀਂ ਤਾਂ ਉਹਨੂੰ ਕਾਫੀ ਕੁਝ ਐਕਸੈਪਟ ਕਰਨਾ ਪੈ ਜਾਣਾ। ਬੇਟਾ ਜੀ, ਆ ਗੁਲਾਬ ਜਾਮਣ ਤਾਂ ਉਵੇਂ ਦੇ ਉਵੇਂ ਪਏ ਆ। ਓ ਮੰਮੀ ਜੀ, ਜਦੋਂ ਤੁਸੀਂ ਆਪਣੇ ਬਾਗ ਦਾ ਗੁਲਾਬ ਮੇਰੀ ਝੋਲੀ 'ਚ ਪਾਤਾ, ਆ ਜਾਮਣ ਜੁਮਣ 'ਚ ਕੀ ਰੱਖਿਆ ਜੀ? ਸਾਰਾ ਡਰਾਮੇ ਬਾਜ਼। ਅਸੀਂ ਤਾਂ ਦੇਖੋ ਜੀ ਪਿਆਰ ਦੇ ਭੁੱਖੇ ਆ, ਨਾਲੇ ਜਾਮਣ ਦਾ ਕੀ ਹੈ ਜੀ, ਇਹ ਤਾਂ ਮਾਰਕੀਟ ਦੇ ਵਿੱਚ ਉਹ 5 ਰੁਪਏ ਦਾ ਮਿਲ ਜਾਂਦਾ। ਜਦੋਂ ਕਾਕਾ ਕਿਤੇ ਤੂੰ ਮੁੱਲ ਲੈ ਕੇ ਖਾਧਾ ਹੋਣਾ ਉਦੋਂ 5 ਦਾ ਸੀਗਾ, ਹੁਣ 10 ਦਾ ਹੋ ਗਿਆ। ਵੈਸੇ ਲਾ ਲਓ ਜੁਆਰਾ ਕਾਕਾ ਜੀ ਨੂੰ, ਗੁਲਾਬ ਜਾਮਣ ਦਾ ਰੇਟ ਨਹੀਂ ਪਤਾ। ਉਹ ਬਾਈ ਜੀ, ਕਬੀਲਦਾਰੀ 'ਚ ਪੈਣ ਲਈ ਆਟੇ ਦਾਲ ਦਾ ਭਾਅ ਪਤਾ ਹੋਣਾ ਚਾਹੀਦਾ, ਆ ਜਾਮਣ ਤਾਂ ਲਗਜ਼ਰੀ ਆਈਟਮਾਂ ਜੀ। ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਹਾਂਜੀ, ਗੱਲ ਤਾਂ ਸਿਆਣੀ ਹੈ। ਕੀ ਸਿਆਣੀ ਗੱਲ, ਜਨਰਲ ਨੌਲੇਜ ਵੀ ਕੋਈ ਚੀਜ਼ ਹੁੰਦੀ ਹੈ। ਲਓ ਜੀ, ਤੁਸੀਂ ਮੈਨੂੰ ਕੁੜੀ ਦੇਣੀ ਹੈ ਕਿ ਡਿਗਰੀ ਦੇਣੀ ਹੈ ਜੀ? ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਹਾਂਜੀ, ਗੱਲ ਤਾਂ ਸਿਆਣੀ ਹੈ। ਲਓ ਜੀ, ਪ੍ਰੀਤ ਆ ਗਈ ਚਾਹ ਲੈ ਕੇ। ਹੈਲੋ, ਆ ਖਾਨਦਾਨੀ ਘਰਾਂ ਦੀਆਂ ਕੁੜੀਆਂ ਤਾਂ ਵੇਚਾ ਕੇ ਨਹੀਂ ਪੈਂਦੀਆਂ ਹੁੰਦੀਆਂ? ਕੋਈ ਨੀ ਵੀਰ ਜੀ, ਮੈਂ ਸਾਈਡ ਤੇ ਬਹਿ ਜਾਂਦੀ ਹਾਂ। ਔਰ ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਵਿੱਚ ਆਕ ਨਹੀਂ ਪੈਂਦੀਆਂ ਹੁੰਦੀਆਂ। ਉਹ ਬੇਟਾ ਜੀ, ਅਸੀਂ ਸਾਰੇ ਚੱਲਦੇ ਆ, ਇਹਨਾਂ ਦੋਵਾਂ ਨੂੰ ਬਹਿ ਕੇ ਗੱਲਾਂ ਕਰਨ ਦਿਓ। ਗੱਲ ਤਾਂ ਸਿਆਣੀ ਹੈ ਡੈਡੀ ਜੀ ਦੀ। ਕੀ ਗੱਲਾਂ ਕਰਨੀਆਂ, ਹੈ ਹੋ ਗਈਆਂ ਗੱਲਾਂ? ਤੁਸੀਂ ਨਾ, ਅਗਲੀ ਨੇ 100 ਗੱਲਾਂ ਪੁੱਛਣੀਆਂ ਹੁੰਦੀਆਂ। ਕਿਉਂ 100 ਗੱਲਾਂ ਨੂੰ ਨਾ ਕਮੇਟੀ ਪਾਈ ਆਪਸ? ਜਦੋਂ ਮੈਂ ਤੈਨੂੰ ਵੇਖਣ ਗਿਆ ਸੀ, 2 ਗੱਲਾਂ ਕੀਤੀਆਂ ਸੀ ਆਪਾਂ। ਹਾਂਜੀ ਭਾਜੀ, ਤੁਹਾਡਾ ਤਾਂ ਲੱਕੀ ਨੰਬਰ ਹੀ 2 ਆ।
अच्छा तुसी मेनू नहीं कदी दसिया बड़े दो नंबरी हो तुसी आ मम्मा जी आ डैडा जी देखो घर घर हुंदा बार बार हुंदा जे तुहाडी इजाजत होए मैं प्रीत नूं ले जाके बार गुलाब जामुन खड़ा लेवां इसे बहाने गुलाब जामुन दा रेट पता लग जू वे 5 दी है के 10 दी है गल तां सियाणी है मुंडे दी की सियाणी गल किते नहीं जाणा हैगा बार बार हां बेटे तुसी जाओ घुमण एदी ना सुनो ए ता ब्याह तो बाद नहीं अनु नु घुमाण लेके गया जिम्मेवारी भी डबल है ना जी मतलब परिवार भी नौकरी भी दो दो चीजा प्रीत ज्यादा दूर नहीं जाना फिर किते इत्थे नेड़े तेड़े घूमे हो यार थैंक यू मम्मा थैंक यू डैडा हुण ता अबजी नु गुलाब जामुन दा रेट पता ही लग गया हुण वाहरी वाह व्हाट अ ब्यूटीफुल प्लेस है ना जी तत्ती ना भी जी थैंक यू हाटम हाट लव जी वैसे तुहाडा नाम बड़ा सोहना है मनिंदर सोहा सोहना जी मनिंदर मैं तो आपका नाम सुन के नींद आने लग जाती है मनिंदर ऐदा ना कहो मेरे मनिंदर नु मनिंदर कितों गया तुहाडा मतलब तुसी मेरे नाम नु पसंद करदे हो कि मैनू पसंद करदे हो पसंद तां मैं तुहानू ही करदी आ भावे तुहाडा नाम मनिंदर होवे भावे बलविंदर भावे जीता होवे हां जी जीता छी लगदा किसी पिंड दे बदमाश दा नाम है ਕਰਦੇ ਵੀ ਨਾ ਰੱਖਣ ਤੋਂ ਪਹਿਲਾਂ ਸੋਚਦੇ ਨਹੀਂ ਜਿਹਦਾ ਨਾਂ ਹੀ ਰੱਖਤਾ ਪੱਪੂ ਉਹਨੇ ਸਵਾ ਡੀਸੀ ਲੱਗਣਾ ਡੀਸੀ ਪੱਪੂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਤੁਹਾਨੂੰ ਪ੍ਰੀਤਾ ਪਸੰਦ ਹੈ ਹਾਂਜੀ ਅੱਛਾ ਜੀਤੇ ਮਨਿੰਦਰ ਮਨਿੰਦਰ ਮੈਨੂੰ ਇੱਕ ਗੱਲ ਸਮਝ ਚ ਨਹੀਂ ਆਈ ਤੁਹਾਡੇ ਤੇ ਤੁਹਾਡੀ ਮੰਮੀ ਚ ਸਿਰਫ 5-7 ਸਾਲ ਦਾ ਫਰਕ ਲੱਗਦਾ ਕਿਉਂ ਉਹ ਨੱਚਦੇ ਬਹੁਤ ਨੇ ਨਾ ਜੀ ਕੀ ਆ ਮਤਲਬ ਨੱਚਦੇ ਟੱਪਦੇ ਰਹਿੰਦੇ ਐਕਸਰਸਾਈਜ਼ ਬਹੁਤ ਕਰਦੇ ਇਸ ਲਈ ਮਾਡਰਨ ਮਮ ਯੈਸ ਓ ਵਾਓ ਫਿਰ ਤਾਂ ਵਿਆਹ ਤੋਂ ਬਾਅਦ ਮੈਨੂੰ ਬਾਹਰ ਕੰਮ ਕਰਨ ਤੋਂ ਨਹੀਂ ਰੋਕਣਗੇ ਉਹ ਤਾਂ ਆਪ ਕੰਮ ਕਰਨ ਦੇ ਬਹੁਤ ਸ਼ਕੀਨ ਨੇ ਜੀ ਫਿਰ ਉਹਨਾਂ ਨੂੰ ਵੀ ਪੁੱਛ ਲਓ ਨਾ ਕਿ ਮੈਂ ਬਾਹਰ ਕੀ ਕੰਮ ਕਰਾਂ ਲਾ ਉਹਨਾਂ ਨੂੰ ਕਹਣਾ ਡੀਜੇ ਪਾ ਲਓ ਡੀਜੇ ਛੇ ਮੈਨੂੰ ਡਾਂਸ ਦਾ ਬੜਾ ਸ਼ੌਕ ਹੈ ਅੱਛਾ ਜੇ ਮੈਂ ਡਾਂਸ ਅਕੈਡਮੀ ਖੋਲਣਾ ਤਾਂ ਮੰਮੀ ਜੀ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਇਤਰਾਜ਼ ਓਏ ਉਹਨਾਂ ਨੇ ਤਾਂ ਕਹਿਣਾ ਮੈਂ ਅਕੈਡਮੀ ਦੀ ਪ੍ਰਿੰਸੀਪਲ ਲੱਗ ਜਾਣੀ ਆ ਚੱਕੋ ਗੁਲਾਬ ਜਾਮਣ ਕਿਰਾਏ ਰਗੜ ਦੋ ਜੀ ਅਨੂ ਅਨੂ ਲੈ ਵੀ ਤੇਰਾ ਸੁਪਨਾ ਪੂਰਾ ਹੋ ਗਿਆ ਈ ਕੀ ਹੋਇਆ ਮੰਮੀ ਜੀ ਨੂੰ ਨਹੀਂ ਮੈਂ ਕਿਹੜੇ ਤੇਰੇ ਮਾਂ ਮਾਰ ਲੈ ਜਿਹੜੇ ਤੂੰ ਇਹਦੀ ਮਾਂ ਨੂੰ ਮਾਰਨ ਲੱਗੀ ਆ ਦੇਖ ਨਹੀਂ ਨਹੀਂ ਅੱਜ ਕੱਲ ਤਾਂ ਵੈਸੇ ਵੀ ਮੰਮੀ ਜੀ ਨੂੰਹਾਂ ਦੀ ਥਿੰਕਿੰਗ ਹੈ ਨਾ ਸੱਸ ਹੋਵੇ ਤੇ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਆ ਤੇਰਾ ਬਚਪਨ ਦਾ ਸੁਪਨਾ ਸੀ ਨਾ ਸਟੇਜ ਸ਼ੋਅ ਵੇਖਣ ਦਾ ਉਹ ਅੱਜ ਪੂਰਾ ਹੋ ਜਾਣਾ ਇਹ ਸੁਪਨਾ ਤਾਂ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਵੇਖਿਆ ਆਇਆ ਪਰ ਮੇਰੇ ਸੁਪਨੇ ਤੂੰ ਇੱਕ ਦਿਨ ਲੜੀ ਜਾਂਦੀ ਸੀ ਮੇਰੇ ਨਾਲ ਮੈਨੂੰ ਕਦੇ ਸਟੇਜ ਸ਼ੋਅ ਨਹੀਂ ਵਿਖਾਇਆ ਸਟੇਜ ਸ਼ੋਅ ਨਹੀਂ ਵਿਖਾਇਆ ਆ ਫਰ 5 ਪਾਸ ਇੱਕ ਤੇਰਾ ਇੱਕ ਮੇਰਾ ਤੇ ਬਾਕੀ ਤਿੰਨ ਮੱਲੇ ਚ ਵੰਡ ਦੇ ਮਾਂ ਪਿਓ ਨੂੰ ਵੀ ਮੱਲੇ ਚ ਵੰਡ ਦੇ ਉਹ ਅਸੀਂ ਇੱਥੇ ਚੌਕੀਦਾਰੀ ਲਈ ਬੈਠੇ ਆ ਮੈਂ ਸੋਚਦਾ ਸੀ ਡੈਡੀ ਕਿ ਤੁਹਾਨੂੰ ਸਮਝ ਨਹੀਂ ਆਉਣਾ ਸਟੇਜ ਸ਼ੋਅ ਗੱਲ ਤਾਂ ਸਿਆਣੀ ਹੈ ਮੁੰਡੇ ਦੀ ਸਵਾ ਗੱਲ ਸਿਆਣੀ ਹੈ ਕਾਕਾ ਸਾਡੇ ਗੋਡੇ ਖਰਾਬ ਹੋਏ ਆ ਦਿਮਾਗ ਨਹੀਂ ਕਿ ਸ਼ੋਅ ਸਾਨੂੰ ਸਮਝ ਹੀ ਨਹੀਂ ਆਉਣਾ ਨਹੀਂ ਡੈਡੀ ਵੀਰ ਨੂੰ ਤਾਂ ਸਿਰਫ ਪਾਬੀ ਦਿਸਦੀ ਹੈ ਅਸੀਂ ਤੇ ਜਿਵੇਂ ਤੁੰਦ ਚ ਖੜੇ ਆ ਨਹੀਂ ਨਹੀਂ ਮੈਂ ਤੇ ਇਹ ਸੀਗਾ ਵੀ ਤੁਹਾਡਾ ਸਟੇਜ ਸ਼ੋਅ ਚ ਕੀ ਇੰਟਰਸਟ ਹੈਨਾ ਵਾਹ ਓਏ ਸ਼ੇਰਾ ਸਾਡਾ ਕੀ ਇੰਟਰਸਟ ਓਏ ਮੈਂ ਬਚਪਨ ਚ ਰਾਮਲੀਲਾ ਚ ਕੰਮ ਕਰਦਾ ਰਿਹਾ ਤੇ ਮੇਰੇ ਤੋਂ ਸੋਹਣੀ ਚਾਚੀ ਤਾੜਕਾ ਤਾਂ ਅਜ ਤੱਕ ਰਾਮਲੀਲਾ ਬਣੀ ਹੋਈ ਨਹੀਂ ਹਾਂ ਮੈਂ ਤਾਂ ਛੋਟੇ ਹੁੰਦੇ ਸਕੂਲੇ ਬ੍ਰੇਕ ਡਾਂਸ ਕਰਦੀ ਰਹੀ ਹਾਂ ਆਹੀ ਮੇਰੇ ਜੰਮਦੇ ਦੀ ਪਲਸਤਰ ਲੱਗ ਗਿਆ ਸੀ ਕਹਿੰਦੇ ਕਾਕੇ ਦੀਆਂ 3 ਹੱਡੀਆਂ ਟੁੱਟੀਆਂ ਹੋਈਆਂ ਚਲੋ ਸਰਸਵਤੀ ਦੇ ਬੱਚਿਓ ਤਿਆਰ ਹੋਵੋ ਪਾਓ ਕੱਪੜੇ ਚੱਲੀਏ ਸ਼ੋਅ ਵੇਖਣ ਚੱਲ ਮੇਰੇ ਕੱਪੜੇ ਕੱਢ ਸ਼ੁਕਰੀਆ ਮਿਹਰਬਾਨ ਰੌਣਕ ਮੇਲਾ 2013 ਚ ਇਸ ਪੇਸ਼ਕਾਰੀ ਤੋਂ ਬਾਅਦ ਹੁਣ ਆ ਰਹੀ ਹੈ ਨੌਜਵਾਨ ਦਿਲਾਂ ਦੀ ਧੜਕਣ ਇਸ ਮਹਿਫਲ ਦੀ ਜਿੰਦ ਜਾਨ ਆਪਣੇ ਠੁਮਕਿਆਂ ਦਾ ਜਾਦੂ ਚਲਾਉਣ ਲਈ ਹੰਸ ਤੇ ਆ ਰਹੀ ਹੈ ਉਹ ਨਾਜ਼ੁਕ ਤਿਤਲੀ ਬਿਜਲੀ ਦੀ ਤਾਰ ਜਿਹਨੂੰ ਵੇਖ ਕੇ ਹਰ ਗੱਭਰੂ ਮਾਰਦਾ ਹੈ ਸੀਡੀ ਪੇਸ਼ ਹੈ ਤੁਹਾਡੀ ਨਜ਼ਰ ਸਵੀਡੀ 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 ਪਰ ਹੈ ਨਹੀਂ ਯਾਰ ਉਹ ਯਾਰ ਉਹ ਹੀ ਲੱਗਦਾ ਯਾਰ ਉਹ ਠਹਿਰ ਜਾ ਤੂੰ ਮੈਨੂੰ ਹਾਏ ਬਾਸ ਕਿਤੇ ਜਲੂਸ
ਕਿੱਥੇ ਆ ਵੈਸੇ ਉਹ ਹੈ ਨਹੀਂ ਪਰ ਜੇ ਹੈ ਵੀ ਤਾਂ ਕੀ ਮਾੜੀ ਗੱਲ ਹੁਣ ਸਾਰੀ ਉਮਰ ਨੂੰਹਾਂ ਨੇ ਥੋੜਾ ਕਮਾਈਆਂ ਕਰਦੀਆਂ ਰਹਿਣਾ ਸੱਸਾਂ ਨੂੰ ਵੀ ਹੱਥ ਪੈਰ ਮਾਰਨੇ ਚਾਹੀਦੇ ਆ ਨਾ ਆਪਾਂ ਇੱਥੋਂ ਚੱਲਨੇ ਆ ਤੁਸੀਂ ਫੋਨ ਕਰੋ ਜੀ ਤੁਸੀਂ ਸਾਰੇ ਬਾਹਰ ਆਓ ਮੈਂ ਫੋਨ ਕਰਦਾ ਮੁੰਡੇ ਨੂੰ ਜੀ ਗੱਲ ਤਾਂ ਸੁਣੋ ਮੇਰੀ ਦੇਖੋ ਪਤਾ ਕੀ ਹੈ ਇਸ ਕੰਮ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਸੱਸ ਜੋ ਵੀ ਹੈਗੀ ਹੈ ਕਈ ਵਾਰੀ ਕੋਈ ਚੰਗਾ ਰਿਸ਼ਤਾ ਆ ਰਿਹਾ ਹੁੰਦਾ ਨਾ ਅੱਖਾਂ ਮੀਟਣੀਆਂ ਪੈਂਦੀਆਂ ਕਈ ਗੱਲਾਂ ਤੋਂ ਹਾਂ ਹਾਂ ਗੱਲ ਤਾਂ ਸਿਆਣੀ ਹੈ ਮੁੰਡੇ ਦੀ ਸੌ ਗੱਲ ਸਿਆਣੀ ਮੇਰੇ ਨਾਲ ਬਾਹਰ ਆਓ ਸਾਰੇ ਪਰ ਜਿਹੜੀ ਬੜੀ ਸੱਸ ਸੋਚੇ ਕਿ ਤੁਹਾਨੂੰ ਡਾਂਸ ਕਰਨੀ ਛੱਡ ਕੇ ਚਲੇ ਗਈ ਲੱਗ ਗਿਆ ਹੈਲੋ ਆ ਬੇਟਾ ਮਾਤਾ ਜੀ ਕਿੱਥੇ ਨੇ ਆ ਕਟੜੇ ਵੀ ਤੇ ਜਵਾਲਾ ਜੀ ਵੀ ਨਹੀਂ ਨਹੀਂ ਮੈਂ ਤੁਹਾਡੇ ਮਾਤਾ ਜੀ ਬਾਰੇ ਪੁੱਛ ਰਿਹਾ ਉਹ ਤਾਂ ਜੀ ਪਰਮਾਤਮਾ ਜੀ ਕੋ ਚਲੇ ਗਏ ਜੀ ਕੀ ਮਤਲਬ ਪਰਮਾਤਮਾ ਦੀ ਭਗਤੀ ਚ ਲੀਨ ਨੇ ਜੀ ਇਸ ਟਾਈਮ ਉਹ ਬੇਟਾ ਇੱਕ ਮਿੰਟ ਗੱਲ ਤਾਂ ਕਰਾ ਦਿਓ ਬਿਨਾਂ ਬੋਲੇ ਗੱਲ ਕਰਨੀ ਪੈਣੀ ਹੈ ਜੀ ਇਸ਼ਾਰਿਆਂ ਨਾਲ ਇਸ਼ਾਰਿਆਂ ਨਾਲ ਗੱਲ ਤੁਸੀਂ ਛੱਡੋ ਆਪਾਂ ਘਰ ਹੀ ਚੱਲਦੇ ਆ ਜੀ ਦੇਖੋ ਬੇਟਾ ਜੀ ਕੁੜਮਣੀ ਨੂੰ ਇਸ਼ਾਰੇ ਕਰਦੇ ਚੰਗੇ ਨਹੀਂ ਲੱਗਦੇ ਅਸੀਂ ਘਰੇ ਹੀ ਆ ਜਾਂਦੇ ਆ ਘਰੇ ਚਲੋ ਬਈ ਗਾਣਾ ਖਤਮ ਹੋਣ ਵਾਲਾ ਸੀ ਮੈਂ ਕਹਿੰਦਾ ਸ਼ਹਿਰ ਵਿੱਚ ਰੌਲਾ ਪੈ ਗਿਆ ਵੇਖ ਹੀ ਜਾਂਦੇ ਅੱਛਾ ਚਲੋ ਜੇ ਪ੍ਰੀਤ ਦੀ ਸੱਸ ਹੀ ਨਿਕਲੀ ਫਿਰ ਤੇ ਘਰੇ ਹੀ ਵੇਖ ਲਿਆ ਕਰਾਂਗੇ ਓ ਯਾਰ ਚੱਲ ਜਾਂਦੇ ਕਰ ਯਾਰ ਛੋਟੂ ਹਾਂਜੀ ਜਨਾਨੀ ਬਣ ਜਾ ਮਾਲਕੋ ਆ ਗੱਲ ਠੀਕ ਨਹੀਂ ਮਾਮੀ ਵਾਲੇ ਕੱਪੜੇ ਪਾ ਲਾ ਸ਼ਰਮ ਕਰੋ ਤੁਹਾਡੀ ਮਾਮੀ ਏ ਥੱਪੜ ਮਾਰੂ ਸਾਲੇ ਦੇ ਗੰਦੀ ਸੋਚ ਮੇਰਾ ਕਹਿਣ ਦਾ ਮਤਲਬ ਥੋੜੀ ਦੇਰ ਤੋਂ ਮਾਮੀ ਵਾਲਾ ਕੰਮ ਕਰਾਉਣਾ ਪਰ ਮੈਨੂੰ ਡਾਂਸ ਤੇ ਆਉਂਦਾ ਨਹੀਂ ਉਹ ਡਾਂਸ ਨਹੀਂ ਕਮਲਿਆ ਭੱਜਣ ਬੰਦਗੀ ਕਰਨੀ ਆ ਇੱਕ ਗੱਲ ਹੋਰ ਜਿੰਨਾ ਚਿਰ ਤੈਨੂੰ ਮੈਂ ਨਾ ਉਠਾਵਾਂ ਆਪਣੀ ਜਗ੍ਹਾ ਤੋਂ ਉੱਠਣਾ ਨਹੀਂ ਭਾਵੇਂ ਯਮਦੂਤ ਲੈਣ ਆ ਜਾਵੇ ਹਾਂਜੀ ਤੇ ਸ਼ਾਮ ਨੂੰ ਤੇਰੀ ਬੋਤਲ ਪੱਕੀ ਖੁਸ਼ ਹੈ ਵਾਹ ਜੀ ਵਾਹ ਤੁਸੀਂ ਬੜੀ ਮੇਰੇ ਤੇ ਇਨਕਮ ਟੈਕਸ ਵਾਲਿਆਂ ਨੂੰ ਰੇਡ ਮਾਰੀ ਚਲੋ ਮੋਸਟ ਵੈਲਕਮ ਜੀ ਤੁਹਾਡਾ ਆਪਣਾ ਘਰ ਹੈ ਆਓ ਜੀ ਆਓ ਚਲੋ ਜੀ ਰੇਡ ਵਿੱਚ ਤਰਨਾ ਵਾਲਿਆਂ ਦੇ ਵੱਜਦੀ ਹੈ ਬੜੀ ਰੌਣਕ ਲੱਗੀ ਜੀ ਅੱਜ ਬਸ ਜੀ ਚਾਈਨਾ ਬਾਜ਼ਾਰ ਚੱਲੇ ਸੀ ਸੇਲ ਤੇ ਮੈਂ ਸੋਚਿਆ ਭੈਣ ਜੀ ਉਹਨਾਂ ਨੂੰ ਪੁੱਛ ਚੱਲਾਂ ਕੋਈ ਡੋਂਗੇ ਡੂੰਗੇ ਲੈਣੇ ਹੋਣ ਤਾਂ ਬੜੀ ਡੋਂਗੀ ਸੋਚ ਆ ਜੀ ਤੁਹਾਡੀ ਸਾਰੇ ਟੱਬਰ ਨੂੰ ਨਾਲੇ ਲੈ ਕੇ ਚੱਲਦੇ ਹੋ ਜੀ ਸੇਲ ਤੇ ਭੈਣ ਜੀ ਕਿੱਥੇ ਨੇ ਮੇਕਅਪ ਲਾ ਰਹੇ ਹੋਣੇ ਨਹੀਂ ਉਹ ਸਾਡੇ ਸੱਤ ਜਨਮਾਂ ਦੀ ਮੈਲ ਲਾ ਰਹੇ ਨੇ ਕੱਪੜੇ ਧੋ ਰਹੇ ਨੇ ਪਾਠ ਕਰ ਰਹੇ ਨੇ ਆ ਪਾਠ ਕਰ ਰਹੇ ਨੇ ਓਕੇ ਚਲੋ ਫਿਰ ਪੂਜਾ ਪਾਠ ਕਰਦੇ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਆਪਾਂ ਫੇਰ ਮਿਲਾਂਗੇ ਆਪਾਂ ਚੱਲਦੇ ਆ ਹਾਂਜੀ ਆਪਾਂ ਥੋੜਾ ਵੇਟ ਕਰ ਲੈਨੇ ਆ ਕਦੋਂ ਤੱਕ ਫਿਨਿਸ਼ ਕਰਨਗੇ ਜੀ ਪੂਜਾ ਪਾਠ ਫਿਰ ਤਾਂ ਤੁਹਾਡੇ ਬਿਸਤਰੇ ਇੱਥੇ ਲਵਾਉਣੇ ਪੈਣੇ ਆ ਕਿਉਂਕਿ ਮੰਮੀ ਜੀ ਇੱਕ ਵਾਰੀ ਪਾਠ ਸ਼ੁਰੂ ਕਰ ਲੈਣਾ ਫਿਰ ਤਾਂ ਰੱਬ ਜੀ ਥੱਕ ਜਾਂਦੇ ਆ ਮੰਮੀ ਜੀ ਨਹੀਂ ਥੱਕਦੇ ਮੈਂ ਕਹਿ ਰਿਹਾ ਆਪਾਂ ਮੰਮੀ ਜੀ ਨੂੰ ਡਿਸਟਰਬ ਨਾ ਕਰੀਏ ਤੇ ਚੱਲੀਏ ਹਾਂ ਮੈਂ ਤੇ ਆਪ ਕਹਿਣਾ ਜੀ ਚਲੋ ਨਹੀਂ ਨਹੀਂ ਜੀ ਹੁਣ ਤਾਂ ਮੰਮੀ ਜੀ ਦੇ ਅੱਗੇ ਭਾਵੇਂ ਢੋਲ ਵਜਾਈ ਚੱਲੋ ਉਹ ਨਹੀਂ ਡਿਸਟਰਬ ਹੁੰਦੇ ਕਾਕਾ ਜੀ ਢੋਲ ਤਾਂ ਸਾਡੇ ਕੋਲ ਵਜਾਉਣ ਲਈ ਹੈ ਨਹੀਂ ਗਾਣਾ ਗਾ ਲੈਨੇ ਆ ਉਹ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਪਿੰਡ ਵਿੱਚ ਰੌਲਾ ਪੈ ਗਿਆ ਉਹ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਪਿੰਡ ਵਿੱਚ ਰੌਲਾ ਪੈ ਗਿਆ ਉਹ ਆਪਣਾ ਘਰ ਹੈ ਹੁਣ ਤਾਂ ਬਈਏ ਜਿੰਨਾ ਮਰਜ਼ੀ ਰੌਲਾ ਪਾ ਲਓ ਇਹ ਨਹੀਂ ਉੜਦਾ ਆਪਾਂ ਮੰਮੀ ਜੀ ਨਹੀਂ ਉੜਦੇ ਨਾ ਕਦੇ ਵੀ ਜੀ ਦੀ ਨਜ਼ਰ ਨਹੀਂ ਆ ਰਹੇ ਉਹ ਤਾਂ ਥੋੜੇ ਲੇਟ ਹੋ ਜਾਣਗੇ ਜੀ ਲੱਗਦਾ ਆ ਗਏ ਮੈਂ ਦੇਖਦਾ ਸੰਦੀਪ ਜੀ ਆ ਮੜਾ ਜੇ ਆਉਂਗੇ ਪਲੀਜ਼ ਕੀ ਗੱਲ ਅੰਕਲ ਜੀ ਨੂੰ ਅੰਦਰ ਨਹੀਂ ਆਉਣ ਦੇਣਾ ਨਹੀਂ ਨਹੀਂ ਤੁਸੀਂ ਆ ਕੇ ਲੈ ਜਾਓ ਨਾ ਘਰ ਇਹਨਾਂ ਦਾ ਜੀ ਤੇਲ ਸਾਨੂੰ ਚੋਣਾ ਪੈਣਾ ਹਟਿਓ ਜ਼ਰਾ ਏਦਾਂ ਕੋਈ ਕੁਛ ਵੀ ਕਹੇਗਾ ਦੁਨੀਆ 'ਚ ਤੇ ਤੁਸੀਂ ਗੱਲ ਮੰਨ ਲਓਗੇ ਕਿਸੇ ਦੀ ਏਦਾਂ ਕਹਿੰਦੇ ਰਹਿੰਦੇ ਲੋਕੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਜੀਜਾ ਜੀ ਯਾਰ ਜੇ ਬੰਦੇ ਕੋਲੋਂ ਕੋਈ ਗਲਤੀ ਕਿਸੇ ਤਰ੍ਹਾਂ ਦੀ ਹੋ ਜਾਂਦੀ ਤੇ ਜਲੂਸ ਥੋੜਾ ਕੱਢੀ ਤੇ ਬਹਿ ਕੇ ਗੱਲ ਕਰ ਲਈਦੀ ਹੈ ਗਲਤੀ ਨਹੀਂ ਤਾਂ ਲਾਪਰਵਾਹੀ ਹੈ ਅਸੀਂ ਦੋਨੇ ਜਾਣੇ ਘਰੇ ਵਿਹਲੇ ਬੈਠੇ ਰਹਿੰਦੇ ਆ ਤੁਸੀਂ ਇਕੱਲੇ ਹੀ ਬੋਝ ਲਈ ਬੈਠੇ ਹੋ ਕੰਮ ਦਾ ਅੱਜ ਤਾਂ ਤੁਸੀਂ ਰਾਹ ਜਾਂਦੇ ਸਿਰਫ ਬੇਹੋਸ਼ੀ ਹੋਏ ਹੋ ਮੈਂ ਤਾਂ ਦੀਦੀ ਨੂੰ ਕਹਿੰਦਾ ਉਹਨਾਂ 'ਚ ਇਹੀ ਹਾਲ ਰਿਹਾ ਤੁਹਾਡਾ ਕਿਸੇ ਨਾ ਕਿਸੇ ਨੂੰ ਪਟਾਕਾ ਹੀ ਪਊ ਟਰੱਕ ਦੇ ਟਾਇਰ ਵਾਂਗੂ ਹਨਾ ਦੀਦੀ
शर्म नहीं आती तेनू अपने जीजे का पटाका पवा दे। वो तो शुक्र है जी, देखो मेरे घर के सामने आके दौरा पाया इन्हों, मैं चक के अंदर ले आया ते इन्हों तो फोन नंबर लेके तुहाडा तुहानू फोन कर लिया, अदरवाइज जे कि हो डगे होंगे ना ਹੁਣ ਤੱਕ ਤੈਨਾਂ ਤੇ ਮੱਖੀਆਂ ਬਹਿ ਜਾਣੀਆਂ। ਹਾਏ ਰੱਬਾ, ਚੱਲ ਤੁਸੀਂ ਗੱਡੀ ਚੱਕੋ ਤੇ ਘਰ ਚਲੋ। ਨਹੀਂ ਨਹੀਂ, ਮੈਂ ਅੰਦਰ ਆਰਾਮ ਕਰ ਲਈਏ। ਨਹੀਂ ਨਹੀਂ, ਹਲੇ ਨਹੀਂ ਜੀ, ਮੈਂ ਇਹਨਾਂ ਨੂੰ ਜਾਣ ਦੇਣਾ ਹੈਗਾ, ਕਿਉਂਕਿ ਦਵਾਈ ਦਾ ਅਸਰ ਤਾਂ ਦੇਖੋ ਕਿੰਨਾ, ਖੋੜੇ ਖੋੜੇ ਡਿੱਗੀ ਜਾਂਦੇ ਨੇ। 2-3 ਘੰਟੇ ਅੰਦਰ ਸੌ ਲੈਣ ਦੋ ਜੀ, ਮੈਂ ਤਾਂ ਕਹਿੰਦਾ ਤੁਸੀਂ ਵੀ ਆਓ ਅੰਦਰ, ਅੰਦਰ ਆ ਕੇ ਸੌ ਲਓ 2-3 ਘੰਟੇ। ਹਾਂ ਨਹੀਂ ਨਹੀਂ, ਉਹਨਾਂ ਜਾਣਾ ਹੋਣਾ ਨਾ ਫਿਰ। ਨਹੀਂ ਨਹੀਂ, ਉਹ ਤਾਂ ਤੁਹਾਡਾ ਫੋਨ ਆ ਗਿਆ, ਅਸੀਂ ਆ ਗਏ, ਉੱਥੇ ਹਲੀਮ ਵੇਟ ਕਰਦੀ ਹੈ। ਅੱਛਾ, ਉਹਨਾਂ ਨੂੰ ਵੇਖ ਕੇ ਬੁਲਾ ਲਓ ਜੀ, ਉਹ ਵੀ 2-3 ਘੰਟੇ ਅੰਦਰ ਸੌ ਲੈਣਗੇ। ਨਹੀਂ ਨਹੀਂ, ਉਹ ਐਕਚੁਅਲੀ ਹਰਲੀਨ ਇਹਦੀ ਫੇਸਬੁੱਕ ਫਰੈਂਡ ਹੈ, ਮੈਨੂੰ ਮਿਲਾਉਣ ਲੈ ਕੇ ਚੱਲਿਆ। ਮੈਂ ਇੱਕ ਵਾਰੀ ਕੁੜੀ ਨੂੰ ਮਿਲ ਲੈਣੀ ਆ, ਜੇ ਵਧੀਆ ਲੱਗਦੀ ਹੈ ਤੇ ਫਿਰ ਅਸੀਂ ਰਿਸ਼ਤੇ ਦੀ ਗੱਲ ਕਰ ਲਵਾਂਗੇ। ਫੇਸਬੁੱਕ ਫਰੈਂਡ ਆ ਤਾਂ ਜੀ, ਉਹਨੂੰ ਛੇਤੀ ਜਾ ਕੇ ਮਿਲ ਹੀ ਲਓ, ਕਿਉਂਕਿ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇੱਧਰ ਉੱਧਰ ਚੈਟਿੰਗ ਚੱਲਣ ਲੱਗ ਜਾਂਦੀ ਹੈ। ਕਿਉਂ ਭਾਜੀ, ਦੀਦੀ ਛੇਤੀ ਚੱਲੀ। ਹਾਂ ਹਾਂ, ਤੁਸੀਂ ਆਰਾਮ ਕਰ ਲਓ, ਪਰ ਕੱਲ ਤੋਂ ਤੁਹਾਡੀ ਇਹ ਟੂਰ ਇੰਸ਼ੋਰੈਂਸ ਮੈਂ ਸਭ ਬੰਦ ਕਰਾ ਦੇਣੀ ਹੈ। ਮੈਂ ਕੀ ਗੱਲ ਹੋ ਗਈ ਜੀ, ਤੁਸੀਂ ਬਾਹਰ ਹੀ ਨਹੀਂ ਲਾ ਲਏ? ਬਸ ਭਾਜੀ ਹੋਰੀ ਆਏ ਸੀ ਤੇ ਨਾਲ ਭੈਣ ਜੀ ਹੋਰੀ, ਇਹ ਤੁਹਾਡੇ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਹਾਡੇ ਹਸਬੈਂਡ ਦਾ ਕਿਵੇਂ ਥੈਂਕਸ ਕਰੀਏ। ਅੱਜ ਜੇ ਤੁਹਾਡੇ ਹਸਬੈਂਡ ਨਾ ਹੁੰਦੇ ਤਾਂ ਮੇਰੇ ਹਸਬੈਂਡ ਦੀ ਜਾਨ ਦਾ ਕੀ ਹਾਲ ਹੋਣਾ ਸੀ, ਮੈਨੂੰ ਹੀ ਪਤਾ। ਇਦਾਂ ਨਹੀਂ ਸੱਚੀ ਦਾ ਜੀ, ਸੱਚੀ ਬੜੀ ਨੇਕ ਰੂਹ ਨੇ, ਇਸੇ ਕਰਕੇ ਤੇ ਸਾਡਾ ਇਹਨਾਂ ਨਾਲ ਰਿਸ਼ਤਾ ਜੁੜਿਆ ਜੀ। ਬਾਜੀ ਪ੍ਰਮਾਤਮਾ ਜੋੜੀਆਂ ਬਣਾਈ ਰੱਖੇ, ਜੋੜੀਆਂ ਨਹੀਂ ਹੁੰਦੀਆਂ ਵੀਰੇ, ਜੋੜੀ ਹੁੰਦੀ ਹੈ। ਹਸਬੈਂਡ ਦੀ ਵੈਲਿਊ ਕੀ ਹੁੰਦੀ ਹੈ ਇਹ ਮੈਨੂੰ ਪਤਾ ਹੈ। ਕਿਉਂ, ਮੈਨੂੰ ਕੀ ਪਤਾ ਜੀ, ਮੇਰਾ ਕਿਹੜਾ ਕੋਈ ਹਸਬੈਂਡ ਹੈ। ਚਲੋ ਜੀ, ਅਸੀਂ ਚੱਲਦੇ ਹਾਂ। ਮੈਨੂੰ ਬਚਾ ਲਿਆ, ਤੁਸੀਂ ਚਾਹੁੰਦੇ ਤਾਂ ਵੈਸੇ ਮੈਨੂੰ ਹਸਾ ਸਕਦੇ ਸੀ। ਚਲੋ ਜੀ, ਚੱਲੀਏ ਅੰਦਰ, ਚੱਲੀਏ। ਚਲੋ ਚਲੋ, ਗੱਲ ਸੁਣੋ ਮੇਰੀ, ਮੈਂ ਤਾਂ ਧਰਨੇ ਤੇ ਗਿਆ ਨੀ, ਪਰ ਆ ਜਿਹੜੇ ਅੰਦਰ ਧਰਨਾ ਲਈ ਬੈਠੇ ਆ ਨਾ, ਇਹਨਾਂ ਨੂੰ ਲੈ ਕੇ ਤਿੱਤਰ ਹੋ ਜਾ, ਨਹੀਂ ਤਾਂ ਵਰਲਡ ਰਿਕਾਰਡ ਬਣਾਏਗਾ ਇੱਕੇ ਦਿਨ 'ਚ 2 ਤਲਾਕਾਂ ਦਾ। ਚਲੋ ਚਲੋ, ਤੁਸੀਂ ਅੰਦਰ ਤੇ ਆਓ, ਕਰਦੇ ਆ ਸਾਰਾ ਕੁਝ। ਚਲੋ ਉੱਠੋ ਯਾਰ, ਹੁਣ ਕਦੋਂ ਤੱਕ ਕਿਸੇ ਦੀ ਪਾਠ ਪੂਜਾ ਡਿਸਟਰਬ ਕਰੀ ਜਾਣੀ, ਅਗਲੇ ਦੇ ਗੈਸਟ ਬਾਹਰੋਂ ਮੋੜ ਮੁੜ ਕੇ ਜਾ ਰਹੇ ਨੇ। ਚਲੋ ਭੈਣ ਜੀ ਉੱਠ ਲੈਣ ਨਾ। ਕੀ ਭੈਣ ਜੀ ਉੱਠ ਲੈਣ, ਤੁਸੀਂ ਕਿਕਲੀ ਪਾਣੀ ਭੈਣ ਜੀ ਨਾਲ ਜਾਂ ਪੋਸ਼ਮ ਪਾ ਖੇਡਣਾ ਭੈਣ ਜੀ ਨਾਲ ਤੁਸੀਂ ਯਾਰ? ਪਰ ਪੁੱਤਰ ਹੁਣ ਆਏ ਆ ਤੇ। ਹਾਂ, ਪ੍ਰਸ਼ਾਦ ਲੈ ਕੇ ਜਾਵਾਂਗੇ ਹੁਣ ਜੇ ਆਏ ਆ। ਕਮਾਲ ਕਰਦੇ ਪਏ ਯਾਰ ਤੁਸੀਂ, ਆਪ ਕਦੇ ਰੱਬ ਦਾ ਨਾਂ ਲਿਆ ਨੀ, ਕਿਸੇ ਨੂੰ ਤੁਸੀਂ ਲੈਣ ਨੀ ਦੇਣਾ। ਹਾਏ ਕਾਕਾ, ਕਿਹੜੀ ਬੋਟੀ ਸੁੰਗ ਆਇਆ ਬਾਹਰੋਂ? ਚਲੋ ਮੈਂ ਉੱਥੇ ਜਾ ਕੇ ਆਂਟੀ ਜੀ ਨੂੰ ਮੱਥਾ ਟੇਕਾਨੀ ਆ। ਆਪਣੀ ਸੱਸ ਨੂੰ ਕਦੇ ਮੱਥਾ ਟੇਕਿਆ? ਨਨਾਮ ਦੀ ਸੱਸ ਨੂੰ ਮੱਥਾ ਟੇਕ ਆਉਣੀ ਆ ਮੈਂ ਜਾ ਕੇ? ਮੈਂ ਆਪੇ ਹੀ ਟੇਕ ਆਉਣਾ ਮੱਥਾ, ਲੈ ਆਉਣਾ ਆਸ਼ੀਰਵਾਦ, ਸਾਰਿਆਂ ਜਾ ਕੇ ਬਣ ਜਾਏਗਾ ਆਸ਼ੀਰਵਾਦ ਮੈਂ। ਯਾਰ ਨਾ ਬੋਲੋ ਤੁਸੀਂ ਵਿੱਚ, ਮੈਂ ਤਾਂ ਬੋਲਿਆ ਹੀ ਨਹੀਂ। ਬੋਲਣ ਤੇ ਲੱਗੇ ਸੀ, ਨਾ ਰੋਕਦਾ ਜੀ। ਤੂੰ ਭਾਬੀ ਖੇਡਣ ਵਾਲਾ, ਮੈਂ ਤਾਂ ਕਿਸੇ ਨੂੰ ਸੀਪ ਚ ਨਹੀਂ ਜਿੱਤਣ ਦਿੱਤਾ। ਤੇ ਬਾਕੀ ਸਭ ਵਧੀਆ? ਹਾਂਜੀ। ਚਲੋ ਮੈਮ, ਕੀ ਲਾਉਂਗੇ? 1 ਕਾਫੀ ਵਿਦ ਸ਼ੂਗਰ ਫ੍ਰੀ। ਜੇ ਸ਼ੂਗਰ ਫ੍ਰੀ ਮਿਲਦੀ ਹੈ ਤਾਂ ਕਿਲੋ ਮੈਨੂੰ ਵੀ ਕਾਫੀ। ਤੁਸੀਂ ਇਹ ਦੱਸੋ, ਫੇਸਬੁੱਕ ਤੇ ਇੱਕ ਦੂਜੇ ਨੂੰ ਕਿਵੇਂ ਪਸੰਦ ਕੀਤਾ? ਇਹ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਚੜਦਾ ਸੀ, ਇਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਇਹਦੇ ਲੁੱਕ ਤੇ ਮਰਦਾ ਸੀ। ਇਹਦੀ ਲੁੱਕ ਤੇ ਇਹਨਾਂ ਨੇ ਫੋਟੋ ਹੀ ਇੰਨੇ ਸੋਹਣੇ ਮਾਡਲ ਦੀ ਲਗਾਈ ਸੀ ਕਿ ਮੈਂ ਡੁੱਲ ਗਈ ਤੇ ਮੈਂ ਇਕੱਠੀ ਕਰ ਲਈ। ਪਰ ਸੱਚੀ ਦੱਸਿਓ, ਜਦ ਐਕਚੁਅਲ ਵਿੱਚ ਦੇਖਿਆ ਤਾਂ ਧੱਕਾ ਤਾਂ ਲੱਗਿਆ। ਦਿਲ ਤਾਂ ਕੀਤਾ ਸੀ ਇਹਨਾਂ ਦੇ ਵੱਟ ਕੇ ਇੱਕ ਚਪੇੜ ਲਾਵਾਂ, ਪਰ ਫੇਰ ਇਹਨਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਜੇ ਸੁੱਕਾ ਜਿਹਾ ਮਾਡਲ ਵੀ ਮੋਟਾ ਹੋ ਗਿਆ ਫੇਰ ਵੀ ਤਾਂ ਜ਼ਿੰਦਗੀ ਗੁਜ਼ਾਰੇਗੀ। ਸਿੰਪਲ, ਇਹ ਤਾਂ ਸਿਆਣਾ ਹੈ। ਚਲੋ, ਕੁੜੀ ਤਾਂ ਮੈਨੂੰ ਪਸੰਦ ਹੈ, ਹੁਣ ਇਹ ਦੱਸ ਅੱਗੇ ਕੀ ਕਰਨਾ ਹੈ? ਅੱਗੇ ਕੀ ਕਰਨਾ ਹੈ? ਕਾਫੀ ਆ ਜਾਣਾ ਤਾਂ ਫਿਰ ਲੰਚ ਕਰਦੇ ਆ। ਤੁਹਾਡੇ ਡੈਡੀ ਨੂੰ ਇਹ ਪਸੰਦ ਤਾਂ ਆਜੂ। ਡੈਡ ਨੂੰ ਕਹਾਂਗੀ ਕਿ ਵਿਆਹ ਤੋਂ ਬਾਅਦ ਇਹਨਾਂ ਨੂੰ ਪੇਕੇ ਘੱਟ ਲੈ ਕੇ ਆਵਾਂਗੀ, ਤੇ ਡੈਡ ਦੇ ਸਾਹਮਣੇ ਤੁਸੀਂ ਜ਼ਿਆਦਾ ਬੋਲਣਾ ਵੀ ਨਹੀਂ ਕਿਉਂਕਿ ਮੇਰੇ ਡੈਡ ਨੂੰ ਘੱਟ ਸਿਆਣੇ ਲੋਕ ਪਸੰਦ ਨਹੀਂ। ਵੈਸੇ ਗੱਲ ਸੁਣ, ਤਾਏ ਜਿੰਨਾ ਤੂੰ ਦੇਖਣ ਨੂੰ ਕਮੀਨਾ ਲੱਗਦਾ ਨਾ, ਉਹਨਾਂ ਕਮੀਨਾ ਹੈ ਨਹੀਂ ਤੂੰ। ਬਈ ਤੇਰੀਆਂ ਵੀ ਕਰਤੂਤਾਂ ਹੀ ਨੀਚ ਬੰਦੇ ਵਾਲੀਆਂ ਨੇ, ਬੰਦਾ ਨੀਚ ਹੈ ਨੀ ਤੂੰ। ਲੈ ਵੀਰੇ, ਅੱਜ ਆਪਾਂ ਦੁਸ਼ਮਣੀ ਖਤਮ ਕਰਕੇ ਨਾ
ਇਹਨੂੰ ਦੋਸਤੀ ਚ ਬਦਲ ਦੇਣਾ ਤੇ ਆਪਾਂ ਐਵੇਂ ਦੋਸਤੀ ਨੂੰ ਰਿਸ਼ਤੇਦਾਰੀ ਚ ਬਦਲ ਦੇਣਾ ਚੱਕ ਸਾਲਾ ਤਾਂ ਤੁਸੀਂ ਵੜਨਾ ਬਾਈ ਜੀ ਆਪਣਾ ਰੋਹ ਤਾਂ ਜੀਜੇ ਵਾਲਾ ਏ ਵੈਸੇ ਤੈਨੂੰ ਇੱਕ ਗੱਲ ਦੱਸਾਂ ਬੰਦਾ ਤੈਨੂੰ ਲੰਡਾ ਜਿਹੜਾ ਹੀ ਚੰਗਾ ਹੁੰਦਾ ਆਹ ਬਾਹਾਂ ਜਿਹੜਾ ਨਾ ਵਿਆਹ ਵਾਲਾ ਗਲ ਚ ਪਾਉਣ ਦਾ ਕੋਈ ਫਾਇਦਾ ਹੈ ਨਹੀਂ ਆਪ ਤਾਂ ਤੁਸੀਂ ਡਬਲ ਰਸੇ ਵਾਲਾ ਬਾਹਾਂ ਗਲ ਚ ਪਾਇਆ ਸਾਡੀ ਵਾਰੀ ਇੱਕ ਨੂੰ ਵੀ ਮਨਾ ਕਰੀ ਜਾਂਦੇ ਹੋ ਭਾਵੇਂ ਜੋਗਿੰਦਰ ਹੋਵੇ ਜਾਂ ਸੁਰਿੰਦਰ ਹੋਵੇ ਮੈਂ ਪ੍ਰਭਾਵਿਤ ਨਹੀਂ ਹੋਣਾ ਹਾਂ ਕਾਕਾ ਜੀ ਕਿੱਥੇ ਤੱਕ ਪੜ੍ਹੇ ਹੋ ਤੁਸੀਂ ਹੈਦਰਾਬਾਦ ਤੱਕ ਪੜ੍ਹੇ ਹਾਂਜੀ ਹਾਂਜੀ ਅੱਧੀ ਪੜ੍ਹਾਈ ਇਹਨਾਂ ਨੇ ਇੱਥੇ ਕੀਤੀ ਹੈ ਤੇ ਬਾਕੀ ਦੀ ਹੈਦਰਾਬਾਦ ਭਾਰ ਕਿੰਨਾ ਹੈ ਤੁਹਾਡਾ ਤੁਹਾਡੇ ਚ ਰਿਸ਼ਤਾ ਕਰਨ ਤੋਂ ਪਹਿਲਾਂ ਲਾੜੇ ਦਾ ਭਾਰ ਵੀ ਤੋਲਦੇ ਨੇ ਜੀ ਪਾਪਾ ਰਿਸ਼ਤਾ ਕਰਨ ਵੇਲੇ ਭਾਰ ਕੌਣ ਪੁੱਛਦਾ ਕੰਮ ਕੀ ਕਰਦੇ ਹੋ ਤੁਸੀਂ ਆਮ ਕੈਪਟਨ ਆਰਮੀ ਚ ਨਾ ਨਾ ਭੰਗੜੇ ਦਾ ਸਿਹਤ ਦੇਖ ਕੇ ਤਾਂ ਤੁਹਾਡੀ ਲੱਗਦਾ ਹੈ ਕਿ ਤੁਸੀਂ ਰੌਲਾ ਹੀ ਪਾ ਸਕਦੇ ਹੋ ਭੰਗੜਾ ਕਿਵੇਂ ਪਾ ਲੈਂਦੇ ਹੋ ਪਾਪਾ ਤੁਸੀਂ ਇਹਨਾਂ ਨੂੰ ਜ਼ਲੀਲ ਕਰ ਰਹੇ ਹੋ ਜੇ ਰਿਸ਼ਤਾ ਗਲਤ ਹੋ ਗਿਆ ਤਾਂ ਸਾਰੇ ਸ਼ਹਿਰ ਨੇ ਮੈਨੂੰ ਜ਼ਲੀਲ ਕਰਨਾ ਹੈ ਲੋਕਾਂ ਨੂੰ ਕੀ ਕਹਾਂਗਾ ਕਿ ਲਾੜਾ ਲੁੱਡੀਆਂ ਪਾਉਂਦਾ ਹੈ ਪਰ ਪਾਪਾ ਭੰਗੜੇ ਦਾ ਕੈਪਟਨ ਹੋਣਾ ਕੋਈ ਛੋਟੀ ਗੱਲ ਨਹੀਂ ਅੱਛਾ ਮੈਂ ਕਿਸੇ ਭੰਗੜੇ ਵਾਲੇ ਨੂੰ ਤਨਖਾਹ ਮਿਲਦੀ ਤਾਂ ਦੇਖੀ ਨਹੀਂ ਅੱਜ ਤੱਕ ਕਾਕਾ ਜੀ ਤੁਹਾਡੇ ਪਾਸ ਦਾ ਕੰਮ ਨਹੀਂ ਹੈ ਕਿਸੇ ਹੋਰ ਨੂੰ ਭੇਜੋ ਪਰ ਮੈਂ ਵਿਆਹ ਇਹਨਾਂ ਨਾਲ ਹੀ ਕਰਾਉਣਾ ਹੈ ਮੈਂ ਗੱਲਬਾਤ ਬਾਰੇ ਕਹਿ ਰਿਹਾ ਕਿਸੇ ਵੱਡੇ ਨੂੰ ਭੇਜੇ ਪਰ ਇਹਦੇ ਤਾਂ ਮੰਮੀ ਡੈਡੀ ਵੀ ਨਹੀਂ ਹੈਗੇ ਪਾਪਾ ਅੱਛਾ ਕੀ ਹੋਇਆ ਸੀ ਉਹਨਾਂ ਨੂੰ ਮੰਮੀ ਜੀ ਦਾ ਕਤਲ ਹੋ ਗਿਆ ਸੀ ਜੀ ਤੇ ਡੈਡੀ ਉਹਨਾਂ ਨੂੰ ਫਿਰ ਫਾਂਸੀ ਹੋ ਗਈ ਮੁੰਡਾ ਚੰਗੇ ਖਾਨਦਾਨ ਦਾ ਲੱਗਦਾ ਇਹ ਰੀਤ ਉੱਥੇ ਹੀ ਬੰਦ ਹੋ ਗਈ ਸੀ ਕਿ ਅੱਗੇ ਵੀ ਚੱਲੂ ਨਹੀਂ ਜੀ ਬੰਦ ਹੋ ਗਈ ਸੀ ਜੀ ਹੁਣ ਤਾਂ ਕਰਦਾ ਧਰਤਾ ਮੇਰੇ ਜੀਜਾ ਜੀ ਨੇ ਜੀ ਸਾਰਾ ਫਿਰ ਉਹਨਾਂ ਨੂੰ ਭੇਜੀ ਕੀ ਨਾਂ ਹੈ ਉਹਨਾਂ ਦਾ ਜੀ ਸੰਦੀਪ ਚੀਮਾ ਸੇਮ ਨਾਮ ਦਾ ਇੱਕ ਸੱਜਣ ਸਾਡਾ ਵੀ ਹੈ ਜਿਨ੍ਹਾਂ ਦੇ ਆਪਾਂ ਕਿਰਾਏਦਾਰ ਹਾਂ ਤੂੰ ਹੋਏਂਗੀ ਮੈਂ ਤਾਂ ਕਿਸੇ ਦਾ ਕਿਰਾਏਦਾਰ ਨਹੀਂ ਹੈ ਹਾਂ ਉਹ ਚੀਮੇ ਤੂੰ ਮੈਨੂੰ ਭੇਜੀ ਕਹੀਂ ਆ ਕੇ ਮਿਲੇ ਮੈਨੂੰ ਨਹੀਂ ਆਪਸ ਚ ਮਿਲਦੇ ਰਹੋ ਕਿਸੇ ਪਾਰਕ ਚ ਜਿੱਥੇ ਪੁਲਿਸ ਨਾ ਪੈਂਦੀ ਹੋਵੇ ਚੰਗਾ ਚਲੋ ਫਿਰ ਤੁਹਾਡੀ ਭੰਗੜੇ ਦੀ ਰਿਹਰਸਲ ਦਾ ਟਾਈਮ ਹੋਣਾ ਹੈ ਚਲੋ ਚੰਗਾ ਜੀ ਬਸ ਬਸ ਹੋ ਗਿਆ ਅੱਜ ਦੇ ਦੀਦੀ ਅੱਜ ਇੱਕ ਪਾਸਾ ਕਰਵਾਈ ਦਿਓ ਚਿੰਤਾ ਨਾ ਕਰ ਤੂੰ ਮੇਰੀ ਹੈਲਪ ਕਰਦੇ ਰਹੋ ਤੂੰ ਗੱਲ ਸ਼ੁਰੂ ਕਰ ਜੀਜਾ ਜੀ ਵਿਆਹ ਤਾਂ ਬੰਦੇ ਦਾ ਇੱਕੋ ਵਾਰੀ ਹੋਣਾ ਹੁੰਦਾ ਨਾ ਕੀ ਮਤਲਬ ਤੇਰਾ ਓਹੋ ਇਹ ਕੁੜੀ ਨੂੰ ਪਿਆਰ ਕਰਦਾ ਅੱਛਾ ਬੇਟੇ ਮੂੰ ਤੇਰਾ ਪਤੰਦਰ ਨੇ ਡਰਾ ਕੇ ਰੱਖਤਾ ਸੀ ਮੈਨੂੰ ਹੈ ਕਿੰਨਾ ਕੁ ਪਿਆਰ ਕਰਦਾ ਕੁੜੀ ਨੂੰ ਜਦੋਂ ਮਿਲੀਦਾ ਕਾਫੀ ਕਰੀਦਾ ਜੀ ਬਾਕੀ ਤੁਸੀਂ ਦੇਖ ਲਿਓ ਪਿਆਰ ਕਰਦੇ ਹਾਂ ਨਹੀਂ ਜੀ ਵੈਸੇ ਵੀ ਕੁੜੀ ਕਿਵੇਂ ਹੈ ਵੇਖ ਬੱਲਿਆ ਇਹ ਇਸ਼ਕ ਤਾਂ ਉਸ ਰੱਬ ਸੱਚੇ ਦੀ ਬਖਸ਼ਿਸ਼ ਹੁੰਦੀ ਹੈ ਲੋਕੀ ਤਾਂ ਐਵੇਂ ਕਹਿੰਦੇ ਫਿਰਦੇ ਆ ਵੀ ਮੈਂ ਉਹ ਕੀਤਾ ਮੈਂ ਆਹ ਕੀਤਾ ਜਿਹਨੇ ਇਸ਼ਕ ਨੇ ਕੀਤਾ ਉਹਨੇ ਸਵਾਹ ਕੀਤਾ ਕੀ ਕਰਦੇ ਆ ਕੁੜੀ ਦੇ ਫਾਦਰ ਫਾਦਰ ਦਾ ਨਾਮ ਮੇਹਰ ਸਿੰਘ ਹੈ ਜੀ ਤੇ ਉਹਨਾਂ ਦੀ ਦੁਕਾਨ ਹੈ ਬਾਬਲਪੁਰ ਰੇਰੂ ਚੌਂਕ ਹਾਂਜੀ ਹਾਂਜੀ ਮੈਂ ਚਪੇੜ ਮਾਰਨੀ ਤੇਰਾ ਮੂੰਹ ਤੇ ਬਕਵਾਸ ਕਰਦਾ ਇਸ਼ਕ ਕਰੇਗਾ ਵੱਡਾ ਹੈ ਸਾਲਾ ਰਾਂਝਾ ਕਿਸੇ ਥਾਂ ਦਾ ਇਸ਼ਕ ਚੜਿਆ ਇਹਨੂੰ ਹੈ ਮੈਂ ਕਤੋਂ ਮਾਰ ਕੇ ਤੇਰੀ ਨਾਸਾਂ ਭੰਨ ਦੇਣੀਆਂ ਇਸ਼ਕ ਦਾ ਭੂਤ ਚੜਿਆ ਜਿਹੜਾ ਤੈਨੂੰ ਤੁਸੀਂ ਆਪ ਹੀ ਤਾਂ ਕਹੇ ਵੀ ਜਿਹਨੇ ਇਸ਼ਕ ਨਹੀਂ ਕੀਤਾ ਉਹਨੇ ਸਵਾਹ ਕੀਤਾ ਅਬ ਤੂੰ ਸਵਾਹ ਕਰ ਲੈ ਮੈਂ ਸਵਾਹ ਇਕੱਠੀ ਕਰ ਲਾਂਗਾ ਤੇਰਾ ਇਸ਼ਕ ਨਹੀਂ ਉਹ ਇਕੱਠਾ ਹੋਣਾ ਮੇਰੇ ਕੋਲੋਂ ਕਿਸੇ ਨੂੰ ਪਿਆਰ ਕਰਨ ਚ ਕੀ ਬੁਰਾਈ ਹੈ ਓਏ ਉਹ ਪਿੱਤਲ ਤੇ ਸੋਨੇ ਦਾ ਪਾਣੀ ਚੜਾ ਕੇ ਵੇਚੀ ਜਾਂਦਾ ਹੈ ਤੇ ਕਿਹੜਾ ਕੁੜੀ ਤੇ ਪਾਣੀ ਚੜਾ ਕੇ ਉਹਨੂੰ ਤੋੜ ਦੇਣਾ ਇੱਕ ਵਾਰੀ ਮਿਲ ਤਾਂ ਲਓ ਮਿਲ ਤਾਂ ਲਓ ਪਿਓ ਮਾਰ ਕੇ ਮਾਂ ਨੂੰ ਤਾਂ ਆਪ ਫਾਂਸੀ ਚੜ ਗਿਆ ਮੁੰਡੇ ਨੂੰ ਇਸ਼ਕ ਚੜੇ ਨੇ ਦੀਦੀ ਤੂੰ ਕੋ ਚੁੱਪ ਬੈਠੀ ਹੈ ਤੁਸੀਂ ਵੀ ਤਾਂ ਭੱਜ ਕੇ ਵਿਆਹ ਕਰਾਇਆ ਤੇ ਅਸੀਂ ਕਿਹੜਾ ਭੱਜ ਕੇ ਜ਼ਿਆਦਾ ਦੂਰ ਚਲੇ ਗਏ ਸੀ ਇੱਥੇ ਨੇੜੇ ਕਰਾ ਲਿਆ ਸੀ ਵਿਆਹ ਠੀਕ ਹੈ ਫਿਰ ਮੇਰੇ ਕੋਲ ਦੋ ਹੀ ਆਪਸ਼ਨ ਨੇ ਜਿਹੜੇ ਠੀਕ ਹੈ ਦੱਸ ਦਿਓ ਦੋਵੇਂ ਗਲਤ ਨੇ ਸੁਣੀ ਤੱਕ ਵੀ ਨਹੀਂ ਇੱਕ ਵਾਰੀ ਸੁਣ ਤਾਂ ਲਓ ਆਪਸ਼ਨ ਆ ਬੋਲ ਕਮਿਸ ਕੋਲ ਜ਼ਹਿਰ ਹੈ ਤੇ ਕਿਲੋਮੀਟਰ ਤੇ ਨਹਿਰ ਹੈ ਤੂੰ ਕਾਕਾ ਡੁੱਬ ਕੇ ਹੀ ਮਾਰ ਫਿਰ ਮਈ ਮਾਲ ਵੀ ਨਹਿਰ ਚ ਡੁੱਬ ਕੇ ਮਰੇ ਠੀਕ ਹੈ ਫਿਰ ਵੀਰੇ ਮੇਰੀ ਗੱਲ ਸੁਣ ਵੀਰਾ ਤਾਂ ਹੁਣ ਡੁੱਬੂ ਵੀਰੇ ਵੀਰੇ ਉਹ ਵੀਰਾ ਤਾਂ ਹੁਣ ਡੁੱਬੂ ਹੀ ਡੁੱਬੂ ਦੇਖੋ ਮੇਰੀ ਭਾਵ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਜੇ ਮੇਰੇ ਭਰਾ ਨੂੰ ਕੁਝ ਹੋ ਗਿਆ ਨਾ ਤਾਂ ਇਸ ਘਰ ਚ ਤਬਾਹੀਆਂ ਮਚ ਜਾਣਗੀਆਂ ਦੇਖ ਲਓ ਮੇਰੀ ਗੱਲ ਤਾਂ ਵਿਚਾਰਾ ਮੇਰਾ ਵੀਰ ਚਲੋ ਠੀਕ ਹੈ ਹੁਣ ਤਾਂ ਫਿਰ ਭਈਆ ਦੂਜੀ ਮਨਾਇਆ ਕਰੀ ਕਰਵਾ ਚੌਥ ਤਾਂ ਤੇਰਾ ਗਿਆ ਤੇ ਨਾ ਪਾਰੀ ਜੀਤੇ ਸਾਲਾ ਤੇਰੇ ਮਾਪਿਓ ਪੜੇ ਲਿਖੇ ਨਹੀਂ ਗਏ ਘਾਟੀ ਥੋੜਾ ਮਤਲਬ ਜਿੱਦਾਂ ਅੰਡਰ ਮੈਟ੍ਰਿਕ ਤਾਂ ਹੀ
जे पढ़े लिखे होंगे घट्टो घट तेन इन्हें तो सिखाते भी किसी के घर आने तो पहले बिल मारी दी है। तू बिल मारी रोन दिया मेरी मत मारी पई है पागला मैं तेन मुबारक देन आया तेरी प्रमोशन हो गई है। थैंक यू। वैसे मैं लगा कि अभी जी मेरी प्रमोशन होगी। नहीं वह तू एक बारी साला बन के गया सी ना रिश्ता तड़ाने वास्ते एरकी जीजा बन के जा रहे रिश्ता तड़ाने वास्ते चक प्रमोशन इतने रख हूं कि ढोल का पुड़ा पाड़ना मेरे साले का ही दबार तो सड़िया जी लैण दे आप दे दो कराई फिर एक नहीं होने दिता जे मेरे साले का एक आ रिश्ता ना टुटिया तो मेरे दोवे टुट जाने तेन मैं दसा आ वेख ला मेहनत वाली गल है यार चला जा वैसे एह जे काम दे पैसे पूसे लेंदे चंगे तो लगते नहीं 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 पैसे नहीं है एड्रेस है उत्थे जिथे जाना कितने फस गया बापू मैं बंदे मारने वाला बंदा साला लोकां दी पानिया मारदा फिरदा हो जाएगा ना काम। थैंक यू सो मच पारी भैण तो मंगी सी दे भरा गया चलो फैमिली तो साली एक ही आ। हाँ जी सत श्री अकाल जी बैठो। हाँ जी लोकी मैनू चीमा कहंदे ने। लोकी तां कुछ ना कुछ कहंदे ही रहंदे है परवाह नहीं करी दी हुंदी आपे हट जाणगे। ओ नहीं नहीं मेरा नां चीमा है। लै फिर तां लोकां ने कहना ही होया गलती तां फिर अपनी है सारी। ओ तुसी समझ नहीं रहे मैनू कैप्टन मनिंदर ने भेजिया। रैली रूली है कोई? ओ कैप्टन साहब ने नहीं भंगड़े दे कैप्टन मनिंदर ने मैं ओदा जीजा हां। अच्छा 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 तुसी भी ओदे नाल भंगड़ा पंगड़ा पांदे हो? ना अपना ता बिजनेस सेट है जी भंगड़े पंगड़े वाले नु अजकल कुड़ी कौन दंदा? जे भंगड़े वाले नु कोई कुड़ी नहीं दंदा तो तुसी एथे की करन आए हो? मैं ता यही देखण आया भी ऐसा कीड़ा कमड़ा है जेड़ा कुड़ी देण नु तैयार हो गया। ए बदतमीजी है। वाह तुसी ता बड़ा मेरे आंदे दे मूरे रूह अफजा करता जेह जे बदाम मेरे अगे कीते होई मैं थोड़े अगे करते। ए तुसी मेरी दुकान ते आके मेरी बेइज्जती कर रहे हो? तुसी जिथे करौनी आपा उथे चले चलदे आ खर्चा मेरा। एदा मतलब तुसी लड़ाई करन आए हो मेरे नाल? ना जी मैं तो आपदे साले दा रिश्ता करन आया लड़ाई तो तुसी करी जाने हो। इस तरह किस तरह करदी है रिश्ता थोड़ा साला काम तो कोई करदा नहीं। ना तुसी छड़कना करदे हो थोड़े भी तो कारीगर करदे ने। असी क्यों करिए काम असी दुकान दे मालिक है। वाह 50 रुपए महीना किराए ते किसी दी दुकान दबी है आखे असी दुकान दे मालिक आ एदा तो मेरा साला भी 32 किलियां दा मालिक आ ओ क्यों करे काम हुण तां 32 किलियां दा मालिक असी किन्ने किले कहे सी 32 किलियां दा कल्ला मालिक है वो कल्ला होगा 32 किलियां दा मालिक असी की लेने। चलो ठीक है फिर रिश्ते लियो नहीं समझिए मालिक चढ़दी गला च रखे। गल सुन हड्डियां तोड़न वाला बंदा अज पहली बारी रिश्ता तोड़ के आया किदां दा लग रहा? चेंज चेंज जिहा लग रहा पर एक गल आ मेरी तोड़ी हड्डी भावे जुड़ जाए आ रिश्ता नहीं जुड़दा आई एस आई मारका लगे तोड़िया साला। मारका ते पता नहीं साला मेरा साला मारता तू। चल बह जा चल हुण नकली जिहा अफसोस तो कर लईए। ऐ कर तू तू कर अफसोस मैं बीयर फड़ के लियाना पर अफसोस ऐसा करी भी ओनू पता ना लगे भी अंदरों अंदरी तू खुश है। नेरियां लिया देंगे। हैलो हैलो साले वीरे कोई गल नहीं है टेंशन नहीं लेदी हुंदी रब जो करदा ठीक ही करदा है। जीजा जी रब इस तो वधिया होर की करू लव यू टू मच जीजा जी लव यू टू मच। साला हिल गया लगदा। हां जीजा जी हरलीन दे डैडी रिश्ते लई मन गए। की ओ तां अच्छी आ रिया ठाका लाउण ठाका? हां जी हां जी ठाका। कमाल करी जाना तेनू साले एक्टिंग ट्राई करनी चाहिदी आ फिल्मा फिल्मा च। ਉਹਨਾਂ ਨੇ ਤਾਂ ਫੇਸਬੁੱਕ ਤੇ ਮੇਰੀ ਫੋਟੋ ਵੀ ਅਪਲੋਡ ਕਰਤੀ ਸਾਡਾ ਕਮਿੰਗ ਸੂਨ ਜੋਈ ਅੱਜ ਆ ਰਿਹਾ ਮੰਗਣੀ ਕਰ ਲੋ ਤੇਰੀ ਸਾਲਿਆ। ਹਾਂਜੀ ਮੇਰੀ ਜੀਜਾ ਜੀ ਤੂੰ ਨਹੀਂ ਬਚਦਾ ਠੀਕ ਹੈ ਚੱਕ ਦੇ ਫੱਟੇ ਹੁਣ ਤਾਂ ਬਚ ਗਿਆ ਹੁਣ ਨਹੀਂ ਵੀਰੇ ਡੁੱਬਦਾ। ਉਹ ਵਧਾਈਆਂ ਯਾਰ ਤੈਨੂੰ ਫੋਨ ਕੱਟ ਬਸ। ਕੀ ਹੋਇਆ ਸਾਲਾ ਆਈਐਸਆਈ ਮਾਰ ਕੇ ਦਾ ਕੀ ਕਹਿਆ ਉਹਨੂੰ ਮੇਰ ਸਿੰਘ ਨੂੰ ਉਹ ਤੇ ਸ਼ਰਾਧਾ ਦੀ ਸ਼ਕਲ ਲੈ ਕੇ ਆ ਰਿਹਾ ਮੇਰੇ ਸਾਲੇ ਦਾ। ਕਮਾਲ ਦੀ ਗੱਲ ਆ ਜਿੰਨਾ ਮਾੜਾ ਮੈਂ ਬੋਲ ਕੇ ਆਇਆ ਉਹ ਇਦੋਂ ਬਾਅਦ ਤਾਂ ਬੰਦਾ ਤੁਹਾਡੇ ਘਰੇ ਮਰੇ ਤੇ ਬੈਣ ਪਾਉਣ ਨਾ ਆਵੇ ਉਹ ਸ਼ਗਨ ਪਾਉਣ ਆ ਰਿਹਾ। ਮੈਨੂੰ ਤਾਂ ਕੁੜੀ ਦੇ ਕਰੈਕਟਰ ਤੇ ਸ਼ੱਕ ਹੋ ਰਿਹਾ ਪਤਾ ਕਰਾ ਲਾ ਵੀ ਠੀਕ ਆ ਕਿ ਨਹੀਂ। ਉਹ ਯਾਰ ਕੁੜੀ ਜਿੱਦਾਂ ਦੀ ਮਰਜ਼ੀ ਹੋਵੇ ਆਖਰ ਤੇ ਕਿਸੇ ਨਾ ਕਿਸੇ ਦੇ ਘਰ ਜਾਣੀ ਹੁੰਦੀ ਨਾ ਵਿਆਹ ਕੇ। ਹੈਲੋ ਮੇਰੀ ਗੱਲ ਸੁਣ ਲੈ ਹੁਣ ਮੇਰੀ ਥਾਂ ਤੇ ਮਨਿੰਦਰ ਦਾ ਜੀਜਾ ਬਣ ਕੇ ਨਾ ਇਹ ਵਿਆਹ ਤੂੰ ਹੀ ਉਹ ਭੁਗਤਾਏਗਾ ਤਾਂ ਹੀ ਬਣੇਗਾ ਮੇਰਾ ਜੀਜਾ। ਸਲਾਬ ਜੀ ਮੈਂ ਦੋ ਦੋ ਥਾਂ ਤੇ ਜੀਜਾ ਬਣਿਆ ਹੋਇਆ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਜੀਜਾ ਬਣਾਊਗਾ।
सारा इंतजाम हर चीज अपने हथी सजाई दी सिर्फ वटी नहीं छड़ के लाड़ा भी सजा देने जे पेमेंट पूमेंट टाइम सर ना मिले ता कई बारी लाड़ा भी सजा देदा बहुत शुक्रिया चलो जी दैट्स वेरी गुड बस इंतजाम बढ़िया होना चाहिए ले बढ़िया अगला पूरे जिले का सब तो वड्डा वेडिंग प्लानर है छे साल वारी नहीं आती लोगों की जेडे लाड़े वोटी अजे स्कूल च पढ़ते हैं ना नौवीं दसवीं च उन्हें एडवांस फड़ी बैठा वो तो संदीप मेरा यार बन गया जी अदरवाइज जी मटेंद्र मेरे को डायरेक्ट आंदा ना जी बिजू दे तौले आ जाने सीगे पर व्याह दी डेट नहीं सी मिलनी तौले तो साले तो हुण भी आए हुए डाई लाउंदा पर मैं थोड़ी कंपनी दा नाम नहीं सुनया जी कदे ना तो हले छोटे वीर मैं दस्या ही नहीं हुण तक किदे किदे व्याह करवाया जी सलमान खान दा नाम सुनया जी सुनया जी ओदे व्याह दा सारा इंतजाम आपां ही कीता पर ओदा तां हले व्याह ही नहीं होया छोटे एडवांस फड़िया हले ब्याह दी वारी तां हले 6 सालां बाद आउणी ओदी छड्डो हुण तुसीं दसो की लोगे आ पेमेंट तां जी देखो चेक करा ही लवांगे जी नहीं मैं पूछ रही सी चाह कॉफी कुछ यार बीबियां नूं बड़ी प्रॉब्लम हुंदी सीधा चाह कॉफी च जाके वड़दी होर भी 100 गल्लां हुंदियां पुछण आईयां ओके तुहानूं कोई पुछे वेडिंग कौन प्लान कर रिहा की कहोगे ए मान लो उत्थे नहीं फेर छड़ के अगले दा नाम ही पुछ लो सीधा गुड आईडिया सॉरी मैं तो थोड़ा नाम ही नहीं पुछया पुछो जी की नाम है थोड़ा बंदे नूं गौरव जैन कहंदे ने जी ते गौरव जैन नूं शॉर्ट च जी जे कहंदे ने जी आई लव यू जी जे जी जे नाइस नेम जी जे जी जे अरलीन जी इन्हें मेरे मित्र पवित्र कांग्रेचुलेशंस जी भाभी जी थैंक यू जी खाओ पियो जी कुछ चीमिया बस तो नहीं जावांगे ओए ना ना बस तू सारे ब्याह च मेरे नाल नाल जुड़ के रही किसी नु पता ही नहीं लगना जी जाएंगे जीता है सारे रिश्तेदार आ गए तेरे जीजा जी भी आ गए ओ इतनी लेट क्यों होए पग बनने च लेट हो गए होंगे जी पग हां जी पग की थी आपदी जी और कड़ा इंद्रजीत निकू दी बन के आंदे आ आपदी पग बन के घर ही छट आंदे डैडी मेरी डोली तोरन तो बाद भी लेंदे क्यों आवे उठपटांग बोली जाने मैं तो सुनूंगी भी नहीं मनिंदर हां जी एना नु मिलो ये मेरी फ्रेंड सोनिया ससिकाल जी मेरी प्यारी भाभी आगे ससिकाल जी ससिकाल चीमा साहब चंगा होया तुसी भी बिना बुलाया आ गए जिथे इन्ने लोगों ने रोटी खानी है उथे तुसी भी छक लियो 1800 रुपए दी प्लेट है ता की हो गया साडी दुकान दा 3 साल दा किराया कट लियो तुसी तुहाडी रोटी दी एक प्लेट दे पैसे पूरे हो ही जाने ए मेरा दोस्त है जी मैं बुलाया चलो ना भी बुलाया हुंदा असी केड़ा माइंड करना सीगा माइंड हुंदा ते तुसी घर जाना सी पक्की गल है चलो छड्डो इना गल्लां नु कुल्फी जरूर खा के जायो फलूदे आले ऊपर ना गूंद कतीरा पवा लियो तुसी इत्थे की करदे पयो मेरी फ्रेंड्स कल दी पुछया ने कि मेरे हस्बैंड किथे ने किथे की लाए होए किथे किथे चलो हुन पैन जी मेनू 1 मिनट इना नाल काम है तुसी इना नु रखो तुसी मेरे नाल चलो है मेरे एड्डा भी की एडवांस होना भी जे हस्बैंड बिजी है तो दोस्ती चलो ਤੁਸੀਂ ਇਹਨੂੰ ਸਮਝਾਉਂਦੇ ਕਿਉਂ ਨਹੀਂ ਕੁਝ ਆ ਵੇਰੇ ਦਿਨਾਨੀਆਂ ਸੁਣਦੀਆਂ ਕਿਸੇ ਦੀ ਗੱਲ ਆ ਛੱਡੋ ਤੁਸੀਂ ਦੱਸੋ ਕੀ ਕੰਮ ਸੀ ਜੀਜੇ ਹਾਂ ਜੀਜੇ ਇਹ ਕੀ ਤਰੀਕਾ ਹੋਇਆ ਬੁਲਾਉਣ ਦਾ ਆ ਵੀਰੇ ਛੱਡੋ ਆਪਾਂ ਕਿਸੇ ਨੂੰ ਅਕਲ ਸਿਖਾਉਣ ਤੋਂ ਤਰਹੇ ਓ ਜੀਜੇ ਆਇਆ 1 ਮਿੰਟ ਹੱਦ ਹੈ ਇਹ ਤਾਂ ਕੱਲ ਨੂੰ ਮੈਨੂੰ ਵੀ ਅੱਧੀ ਵਾਚਾ ਮਾਰੂ ਸੌਰੇ ਓ ਸੌਰੇ ਆ ਦੱਸ ਮੇਰੇ ਸੌਰਾ ਸਾਹਿਬ ਨੂੰ ਪੁੱਛ ਲਓ ਕੰਨੇਦਾਨ ਤਾਂ ਫੇਰ ਵੀ ਹੁੰਦਾ ਰਹੂ ਜੇ ਕੁੱਟ ਲਾਉਣੀ ਹੈ ਤਾਂ ਲਾ ਲੈਣ ਲੋਈ ਦਨੇ ਆ ਐਂ ਦੱਸ ਤੈਨੂੰ ਕੋਈ ਤਮੀਜ਼ ਤਮੂਜ ਹੈ ਕਿ ਨਹੀਂ ਕਿਉਂ ਮੈਂ ਕੀ ਕਰਤਾ ਹੁਣ ਆਪਣੇ ਜੀਜਾ ਜੀ ਨੂੰ ਕਿਵੇਂ ਬੁਲਾਉਣਾ ਜਿਵੇਂ ਬੁਲਾਈਦਾ ਉਵੇਂ ਬੁਲਾਉਣਾ 1 ਮਿੰਟ ਜੀਜੇ ਬੋਲ ਇਹ ਨੇ ਮੇਰੇ ਸਹੁਰਾ ਸਾਹਿਬ ਉਹ ਤੇਰਾ ਦਿਮਾਗ ਠੀਕ ਹੈ ਇਹਨੂੰ ਤਾਂ ਪਤਾ ਹੈ ਚਲੋ ਆ ਤਾਂ ਵਧੀਆ ਹੈ ਤੁਸੀਂ ਸਾਰੇ ਕੰਮ ਛੱਡ ਕੇ ਮੇਰੇ ਸਹੁਰਾ ਸਾਹਿਬ ਦੇ ਅੱਗੇ ਪਿੱਛੇ ਰਹਿਣਾ ਜੀਜੇ ਓਏ ਤੂੰ ਤਮੀਜ਼ ਸਿੱਖ ਲੈ ਨਹੀਂ ਤਾਂ ਹੱਦ ਹੋ ਗਈ ਡੈਡੀ ਇੱਕ ਤਾਂ ਤੁਹਾਡੀ ਸੇਵਾ 'ਚ ਬੰਦਾ ਲਾ ਰਿਹਾ ਉਹ ਤਾਂ ਮੈਨੂੰ ਤਮੀਜ਼ ਹੈ ਨਹੀਂ ਖੁਸ਼ੀ ਦੇ ਮੌਕੇ ਤੇ ਐਦਾਂ ਮੂੰਹ ਬਣਾ ਕੇ ਨਾ ਫਿਰੋ ਸਗੋਂ ਇੰਜੋਏ ਕਰੋ ਤੇ ਜੀਜਾ ਜੀ ਨੂੰ ਵੀ 2 ਪੈਗ ਲਵਾਓ ਹੁਣ ਠੀਕ ਹੈ ਜੀਜਾ ਜੀ ਜੀਜੇ ਓਏ ਯਾ ਇਲਾ ਆਪ ਲੋਗ ਐਸੇ ਕਿਉਂ ਦੇਖ ਰਹੇ ਅਗਰ ਡਾਂਸ ਅੱਛਾ ਲਗਾ ਤਾਂ ਤਾਲੀਆਂ ਦੇ ਵਜਾ ਸ਼ੁਕਰੀਆ ਮਿਹਰਬਾਨੀ ਸੋ ਅਸਲੀ ਰਿਤਿਕ ਰੋਸ਼ਨ ਤੋਂ ਵੀ ਵਧੀਆ ਡੁਪਲੀਕੇਟ ਰਿਤਿਕ ਰੋਸ਼ਨ ਤੋਂ ਬਾਅਦ
सिंग इज किंग ते डांस करने लिए सारे तैयार हो जाओ, क्योंकि आ रहे ने बॉलीवुड के सब तो वड्डे स्टार अक्षय कुमार। हां जी भ्राओ ते भैनो, आ रहे ने अक्षय कुमार ते डुप्लीकेट अक्षय कुमार। कोट फट गया तेरा? ओए मामा फट गया ते की होया है? सिंग इज किंग वेले सोया सी, इन्ने सालां च ते फिल्मां दे प्रिंट कास जांदे ने ते फिर भी कोट है ते मामा रफू नहीं कराया जांदा? ओ किथों किथों रफू करावा, सब जगह तो फट गया है। नाले एक व्याज 10 वारी सिंग इज किंग दी आइटम करवा लेने मेरे कोलो। इनू देखो किथे अक्षय कुमार नालो लंडन वाली कैटरीना के इत्थे मेरे नाल लांडरा वाली भोली भेज देंदे ने। ए देखो किसा चिकन खा रही है, लगदा पूरा पोल्ट्री फार्म खा जाऊगी। जिन्नी तेरी प्रैक्टिस हो गई है ना खान दी, तू दंदा नाल सरिया मोड़न दी आइटम ला कर भोलिए। लो जी बना रहे ने अक्षय कुमार तुहानू लुटन। लुटन नू मैं झोणा मोड़ा? ओ साले नू किन्नी वारी समझा स्टेज लुटन कहिंदा है ते मामा स्टेज लुट ला जाके हुण मजा ही किरकिरा करता सारे। बख्शी यार बख्शिया, सिंह इस किंग वाली सीढ़ी फंस गई। पहला मेरा कोट फट गया, वो तो मेरी सीढ़ी फंस गई। मेरी तो जिंदगी खराब कर दी तुसी लोकां ने। जा जाके पिंड वाली सीढ़ी ला जल्दी मार। ओ देख मनिंदर, ओ सीढ़ी लाती। 2 मिनट और लगने स्टेज साहब उन तक। मारो एक धरती ते दो मावा। एक मां ने दिल्ली चांदनी चौक पे जमया ओ अक्षय कुमार, दूजी मां ने जग्गू चौक जलंधर विच जमया ए तुहाडा अपना अक्षय कुमार। एक आसमान ते दूजा धरती। परवरदिगार जदों करण ते आउंदा है जमीन आसमान एक कर दिंदा है। किसी दी मां भैन एक करनी ते बहुत सौखा है, पर कोई मर्द ही होंदा है जिहड़ा जमीन आसमान एक कर दिंदा है। वैसे तुहाडे अक्षय कुमार दे उत्ते रब दी बड़ी कृपा है। अक्षय कुमार तां फिर भी 50 दिन साल दे विच वेला बैठा होंदा है, पर ए तुहाडा अपना अक्षय कुमार 365 दिन ए पूरा दा पूरा 365 दिन काम करता है। ਉਹਦੇ ਉੱਤੇ ਤੇ 1 ਰੁਪਿਆ ਕੋਈ ਨਹੀਂ ਸੁੱਟਦਾ। ਤੁਹਾਡੇ ਬੰਦੇ ਉੱਤੇ 10-10 ਦੇ ਨੋਟ ਲੋਕੀ ਮੂੰਹ ਤੇ ਮਾਰਦੇ ਨੇ। ਇੱਕ ਹੋਰ ਮੈਂ ਗੱਲ ਦੱਸਣਾ ਤੁਹਾਨੂੰ ਸਾਰਿਆਂ ਨੂੰ। ਲਾਗੀ ਸੀੜੀ ਛੱਡੋ, ਕੀ ਦੱਸਾਂਗਾ ਮੈਂ ਤੁਹਾਨੂੰ। ਉਹ ਬੁਲਾ ਬਈ ਡਾਂਸਰ ਮੁੰਡਿਆਂ ਨੂੰ ਕੁੜੀਆਂ ਨੂੰ, ਚਲੋ। ਓ ਲਿਆ ਬਈ ਉਸਤਾਦ ਕਹਿ ਲਿਆ, ਜਲਦੀ ਜਾਣਾ ਮੈਂ। ਆ ਚੱਕ ਬਖਸ਼ਿਆ 5000। ਓਏ ਇੰਨੀ ਵੀ ਜਲਦੀ ਨਹੀਂ ਜਾਣਾ, ਪੂਰੀ ਪੇਮੈਂਟ ਦਿਓ ਮੇਰੀ। ਓ ਜਿਹੜੇ ਦਸਾਂ ਦਸਾਂ ਨਾਲ ਗੀਜੇ ਭਰਿਆ ਇਹਨੂੰ ਪੂਰੀ ਹੋ ਸਮਝ। ਚੰਕੀ ਪਾਂਡੇ ਦਾ ਡੁਪਲੀਕੇਟ ਸਮਝਿਆ ਤੁਸੀਂ ਮੈਨੂੰ? ਹੈ ਇਹ ਗਲਤ ਗੱਲ ਹੈ, ਤੁਸੀਂ ਮੈਨੂੰ ਕਿਹਾ ਸੀ ਖੁਸ਼ ਕਰਕੇ ਭੇਜੋਗੇ। ਨਾ ਖੁਸ਼ ਕਰਨ ਨੂੰ ਤੈਨੂੰ ਹੁਣ ਚੁਟਕਲੇ ਸੁਣਾਈਏ ਅਸੀਂ? ਓਏ ਜਿੰਨੇ ਅਸੀਂ ਸੋਚੇ ਸੀ ਉਹਨੇ ਸ਼ਗਨ ਪਏ ਨਹੀਂ। ਸਹੀ ਗੱਲ ਹੈ ਬਾਜੀ, ਸ਼ਗਨ ਵਾਲੇ ਲਿਫਾਫੇ ਤਾਂ ਕਾਫੀ ਖਾਲੀ ਨਿਕਲੇ ਆ। ਨਾ ਉਹ ਮੇਰੀ ਗਲਤੀ ਹੈ, ਮੈਂ ਪਾਉਣੇ ਸੀ ਸ਼ਗਨ। ਮੈਨੂੰ ਮੇਰੇ 10,000 ਹੱਥੇ 'ਚ ਰੱਖੋ, ਤੁਸੀਂ ਨਹੀਂ ਜਾਣਦੇ ਮੈਨੂੰ। ਜੇ ਮੈਨੂੰ ਅਕਸ਼ੈ ਕੁਮਾਰ ਵਰਗਾ ਡਾਂਸ ਆਉਂਦਾ ਤੇ ਉਹਦੇ ਵਰਗਾ ਐਕਸ਼ਨ ਵੀ ਆਉਂਦਾ, ਸਮਝੇ ਨਾ? ਐਕਸ਼ਨ ਤੇ ਅਸੀਂ ਕਰਾਇਆ ਹੀ ਨਹੀਂ। ਡਾਂਸ ਮੈਂ ਪੈਸੇ ਮਿਲਣ ਤੇ ਕਰਦਾ, ਐਕਸ਼ਨ ਪੈਸੇ ਨਾ ਮਿਲਣ ਤੇ। ਉਹ ਭਾਜੀ ਸਮਝਾ ਕਰੋ ਮੇਰੀ ਪ੍ਰੋਬਲਮ, ਮੈਂ ਵਿਆਹਿਆ ਹੋਇਆ। ਲੈ ਤੂੰ ਤੇ ਯਾਰ ਇੱਕ ਥਾਂ ਤੇ ਵਿਆਹਿਆ ਹੋਏਗਾ, ਇੱਧਰ ਦੋ ਥਾਵਾਂ ਤੇ ਵਿਆਹੇ ਫਿਰਦੇ ਹਾਂ ਅਸੀਂ। ਉਹ ਤੁਹਾਨੂੰ ਲੋਕਾਂ ਨੂੰ ਕੀ ਪਤਾ ਇੱਕ ਡੁਪਲੀਕੇਟ ਦੀ ਲਾਈਫ ਕੀ ਹੁੰਦੀ ਹੈ। ਸਾਨੂੰ ਨਾ ਦੱਸ ਵੀਰੇ, ਤੂੰ ਤਾਂ ਇੱਕ ਦਾ ਡੁਪਲੀਕੇਟ ਆ, ਮੈਂ ਤਾਂ 3-3 ਦਾ ਡੁਪਲੀਕੇਟ ਆ। ਸਾਲਿਓ ਹਰ ਗੱਲ ਵਧਾ ਵਧਾ ਕੇ ਦੱਸੀ ਜਾਂਦੇ ਹੋ, ਪਰ ਪੈਸੇ ਨਹੀਂ ਵਧਾਉਂਦੇ ਹੋ। ਬੇਸ਼ਰਮੋ ਮੇਰੇ ਨਾਲ ਚੱਲਿਆ ਕਰੋ, ਮੈਂ ਜਦੋਂ ਨੱਚਿਆ ਕਰਾਂ ਤੁਸੀਂ ਪੈਸੇ ਇਕੱਠੇ ਕਰਕੇ ਆਪਣੇ ਕੋਲ ਰੱਖਿਆ ਕਰੋ। ਗਰੀਬ ਬੰਦੇ ਦੀ ਬਦਦੁਆ ਲੱਗੇਗੀ। 2 ਵਾਰੀ ਵਿਆਹ ਕਰਾਣਾ ਤੂੰ, ਤੂੰ 2 ਵਾਰੀ ਫਸੇਗਾ, ਡਬਲ ਫਸੇਗਾ ਤੂੰ। ਤੂੰ ਦੰਦ ਨਾ ਕੱਢ, ਤੂੰ 3 ਬੰਦਿਆਂ ਦਾ ਡੁਪਲੀਕੇਟ ਹੈ ਨਾ, ਤੂੰ ਮਾਮਾ 3 ਵਾਰੀ ਫਸੇਗਾ। ਕੁੱਤਿਓ ਉਹ ਸਾਲੇ ਦੀ ਬਦਦੁਆ ਲੱਗ ਤਾਂ ਨਹੀਂ ਜਾਊਗੀ। ਸਾਲਾ ਆਪ ਡੁਪਲੀਕੇਟ ਹੈ, ਇਹਦੀ ਬਦਦੁਆ ਵੀ ਡੁਪਲੀਕੇਟ ਹੀ ਹੋਣੀ ਹੈ। ਮਨਿੰਦਰ ਤੁਸੀਂ ਵੀ ਵਿਆਹ ਲਈ ਕੁਝ ਲੈ ਲੋ, ਸਾਰਾ ਕੁਝ ਤੇ ਮੈਂ ਹੀ ਲਿਆ। ਮੈਂ ਪੰਗਾ ਲਿਆ ਤਾਂ ਹੋਇਆ ਵਿਆਹ ਵਾਲਾ। ਤੁਸੀਂ ਵਿਆਹ 'ਚ ਪੰਗਾ ਪਾ ਕੇ ਆਓਗੇ? ਮੈਂ ਤਾਂ ਕੀ ਪੰਗਾ ਪਾਉਣਾ, ਰੱਬ ਨਾ ਪੰਗਾ ਪਾਵੇ। ਟੈਟੂ ਆਹ ਬਾਂਹ ਤੇ ਨਾ ਲਿਖਾਈਏ, ਪ੍ਰੀਤ ਤੇ ਮਨਿੰਦਰ। ਪਾਗਲ ਹੋ ਗਈ ਤੂੰ, ਬਾਂਹ ਤੇ ਨਾ ਤਾਂ ਉਹ ਲਿਖਵਾਉਂਦੇ ਨੇ ਜਿਹਨੂੰ ਗੁਆਚਣ ਦਾ ਡਰ ਹੋਵੇ। ਉਹ ਆਪਾਂ ਇੱਕ ਦੂਜੇ ਦਾ ਨਾਂ ਲਿਖਵਾਉਂਗੇ ਨਾ, ਤੁਸੀਂ ਪ੍ਰੀਤ ਤੇ ਮੈਂ ਮਨਿੰਦਰ, ਪਰਮਾਨੈਂਟ। ਪਾਗਲ ਹੋ ਗਈ ਪਰਮਾਨੈਂਟ, ਜੇ ਕੱਲ ਨੂੰ ਆਪਣਾ ਤਲਾਕ ਹੋ ਗਿਆ ਤੇਰੇ ਦੂਜੇ ਘਰ ਵਾਲੇ ਤੇਰੀ ਮਾਂ ਨਹੀਂ ਫੜਨੀ ਹੈਗੀ। ਵਿਆਹ ਤੋਂ ਪਹਿਲੇ ਤੁਸੀਂ ਤਲਾਕ ਦੀਆਂ ਗੱਲਾਂ ਕਰ ਰਹੇ ਹੋ, ਮੈਂ ਤੇ ਲਿਖਾਉਂਗੀ। ਅੱਛਾ ਜਾ
कच्चे रंग ना लिखवा ला। कच्चे रंग नू? ओ चुनिया रंग दा पया। ओ चल जे लिखाउणा या तां लिखा, जो जीता ओही सिकंदर। सिकंदर क्यों? जो जीता वही मनिंदर। ओ जो जीता ओ मनिंदर नहीं हैगा। लोग की लिखाउंदे एक दूजे दा नाम, मैं भी लिखाऊंगी। दिल ते लिखाउंदे ने, लड़े लिखाउंदे की फीलिंग्स हुंदियां ने। गाने नहीं सुणिया के दिल पे लिखा तरह ना, कदे सुणिया बाह पे लिखा तरह ना, सड़ा धोण के पीछे लिखा तरह ना। चीमा जी, चीमा जी। वाह प्री चीमा जी वाह, पहला बंदा देखा जेड़ा कुड़ी नू ओदे गोद तो बुला रहा, चीमा जी चीमा जी। वैसे प्री चीमा जी है कौन? साडे किराएदार। रिश्ते नू मन्ने तुसी कौन होंदे हो मन्नन ना मन्नन वाले? किराएदार हो किराएदार हो। ਐਵੇਂ ਮੇਰੀ ਜ਼ਬਾਨ ਨਾ ਖਿਲਾ, ਕਿਉਂ ਲੱਗੀ ਹੈ ਕਿਸੇ ਦਾ ਘਰ ਪੱਟਣ? ਤੇਰੀ ਮਾਂ ਤੇਰੇ ਵਿਆਹ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ, ਸਬਰ ਕਰ ਲੈ, ਤੇਰਾ ਆਪਦਾ ਆਜੂ। ਹੱਦੇ, ਤੁਹਾਨੂੰ ਕਿਰਾਇਆ ਵਧਾਉਣ ਲਈ ਕੀ ਕਹਿ ਦਿੱਤਾ? ਤੁਸੀਂ ਏਦਾਂ ਦੀਆਂ ਹਰਕਤਾਂ ਦੇ ਉੱਤਰ ਹੈ, ਦੱਸਣੀ ਐਵੇਂ ਵੀਰ ਜੀ ਨੂੰ, ਛੱਡਣਗੇ ਨਹੀਂ ਤੁਹਾਨੂੰ। ਤੁਸੀਂ ਖੜੇ ਹੋਏ, ਕੁਝ ਬੋਲਦੇ ਕਿਉਂ ਨਹੀਂ? ਮੰਮੀ ਨੇ ਕਿਹਾ ਸੀ ਬਗਾਨਿਆਂ ਦੇ ਮੂੰਹ ਨਹੀਂ ਲੱਗੀਦਾ, ਚੱਲ ਆਪਾਂ ਚੱਲੀਏ। ਬਗਾਨੇ? ਅੱਜ ਆਪਣੇ ਹੋਏ ਬਗਾਨੇ? ਜੇ ਤੈਨੂੰ ਤੇਰੇ ਘਰ ਦੇ ਵਿੱਚ ਹੀ ਬਗਾਨਾ ਨਾ ਨਾ ਕੀਤਾ ਤਾਂ ਮੈਨੂੰ ਕਹੀ। ਮਨਿੰਦਰ ਏ, ਮਨਿੰਦਰ ਏ। ਕੌਣ ਏ? ਬੀਬਾ ਜੀ। ਡੈਡੀ ਜੀ। ਓ ਸਤਿ ਸ਼੍ਰੀ ਅਕਾਲ ਅੰਕਲ। ਹਾਂ ਜੀ ਸਤਿ ਸ਼੍ਰੀ ਅਕਾਲ। ਗੱਲ ਦੱਸਣ ਵਾਲੀ ਤਾਂ ਨਹੀਂ ਪਰ ਦੱਸਣੀ ਪੈਣੀ ਹੈ। ਕੀ ਹੋ ਗਿਆ ਅੰਕਲ? ਤੁਹਾਡੇ ਘਰ ਵਾਲੇ ਦਾ ਮੇਰੀ ਦੁਕਾਨ ਮਾਲਕਾਂ ਦੀ ਕੁੜੀ ਨਾਲ ਭੜੀਕਾ ਹੈ। ਭੜੀਕਾ? ਡੈਡੀ ਕਿੱਦਾਂ ਦੀ ਛੀ ਵਰਡਿੰਗ ਯੂਜ਼ ਕਰ ਰਹੇ ਹੋ ਤੁਸੀਂ? ਦੀਦੀ ਤੁਹਾਨੂੰ ਮੈਂ ਦੱਸਦੀ ਹਾਂ, ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜੀਜਾ ਜੀ ਦਾ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ ਚ ਡੈਡੀ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਕੀ ਬੋਲ ਰਹੇ ਹੋ ਤੁਸੀਂ? ਅੰਕਲ ਕਿਹਨੇ ਦੱਸਿਆ ਤੁਹਾਨੂੰ? ਮੈਂ ਆਪ ਹੁਣੇ ਦੋਹਾਂ ਨੂੰ ਇਕੱਠੇ ਦੇਖ ਕੇ ਆਇਆ। ਹੁਣੇ? ਹਾਂ ਇੱਕ ਮਿੰਟ। ਕੀ ਹੋ ਗਿਆ ਤੁਹਾਨੂੰ? ਕੀ ਕਹਿ ਰਹੇ ਹੋ ਤੁਸੀਂ? ਉਹ ਮੈਂ ਸੱਚ ਕਹਿ ਰਿਹਾ, ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ? ਲੈ ਕੀ ਹੋਇਆ, ਕੌਣ ਆਇਆ? ਆਓ ਜ਼ਰਾ ਆਓ ਆਗੇ, ਹੁਣ ਬੋਲੋ। ਇੰਨੀ ਛੇਤੀ ਸ਼ਿਕਾਇਤ ਪਹੁੰਚ ਵੀ ਗਈ? ਕੀ ਹੋਇਆ, ਏਦਾਂ ਕੀ ਹੋਣਾ? ਸਾਰੇ ਬੈਠੇ ਗੱਲ ਕਰੋ ਜਿਹੜੀ ਹੈਗੀ ਹੈ ਵਿੱਚੋਂ। ਅੰਕਲ ਹੁਣ ਬੋਲਦੇ ਕਿਉਂ ਨਹੀਂ? ਹੁਣੇ ਤੁਸੀਂ ਕਹਿ ਰਹੇ ਸੀ ਮੇਰੇ ਹਸਬੈਂਡ ਦਾ ਇੱਥੇ ਉੱਥੇ ਕੋਈ ਚੱਕਰ, ਪਤਾ ਨਹੀਂ ਕੀ। ਕੀ ਇੱਕ ਮਿੰਟ ਗੱਲ ਕੀ ਵਿੱਚੋਂ? ਮੈਨੂੰ ਲੱਗਦਾ ਡੈਡੀ ਦੇ ਪੈਣਗੇ ਅੱਜ। ਹੈ ਬੱਚੇ ਦੇ ਪਿੱਛੇ ਲੱਗ ਕੇ ਬੜੇ ਤੇ ਹੱਥ ਨਹੀਂ ਚੁੱਕੀ ਦਿੰਦਾ। ਮੈਂ ਪੁੱਛਿਆ ਗੱਲ ਜਿਹੜੀ ਕਲੀਅਰ ਕਰੋ, ਸਾਰੇ ਹੈਰਾਨ ਹੋ ਰਹੇ ਕੀ ਗੱਲ ਹੋਣੀ, ਪਤਾ ਨਹੀਂ ਕੀ ਵਿੱਚੋਂ। ਸੌਰੀ ਸੌਰੀ ਕਿਉਂ, ਹੁਣ ਮੂੰਹ ਤੇ ਬੋਲੋ ਨਾ, ਵੀ ਕੁੜੀ ਕੌਣ ਹੈ? ਕਹਿੰਦੇ ਇੱਥੇ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ ਚੱਕਰ ਹੈ। ਡੈਡੀ ਇੱਥੇ ਵੀ ਕਰਾਤੀ ਬੇਇੱਜ਼ਤੀ। ਮੈਂ ਸੌਰੀ ਕਹਿ ਤਾਂ ਦਿੱਤਾ, ਹੋ ਸਕਦਾ ਮੇਰੇ ਤੋਂ ਦੇਖਣ ਵਿੱਚ ਮੈਨੂੰ ਭੁਲੇਖਾ ਲੱਗਿਆ ਹੋਵੇ। ਨਹੀਂ ਦੇਖਣ ਚ ਭੁਲੇਖਾ ਲੱਗਣ ਦਾ ਕੀ ਮਤਲਬ ਯਾਰ? ਤੁਸੀਂ ਆ ਇੰਨਾ ਤੁਸੀਂ ਕੁਇੰਟਲ ਸੋਨਾ ਪਾਇਆ ਗੱਲ ਦੇ ਵਿੱਚ, ਇਹਦੇ ਚੋਂ ਇੱਕ ਅੱਧਾ ਤੁੜਾ ਕੇ ਐਨਕ ਲਵਾਓ ਅੱਖਾਂ ਤੇ, ਹੈਂ? ਐਦਾਂ ਕੀ? ਇੰਨਾ ਪਸੀਨਾ? ਵੈਸੇ ਤਾਂ ਸਿਰਫ ਘਬਰਾਹਟ ਚ ਹੀ ਪਸੀਨਾ ਆਉਂਦਾ, ਅੱਜ ਦੇਖੋ ਗੁੱਸੇ ਚ ਵੀ। ਅੱਜ ਮੈਨੂੰ ਗੁੱਸੇ ਚ ਹੀ ਘਬਰਾਹਟਾਂ ਹੋ ਰਹੀਆਂ। ਅਨੂ ਦਾਜ ਦਾ ਤਾਂ ਮੈਨੂੰ ਲੱਗਦਾ ਸਾਰਾ ਸਮਾਨ ਪੈਕ ਹੋ ਗਿਆ ਹੈ ਨਾ? ਹਾਂਜੀ ਮੰਮੀ ਜੀ, ਬਸ ਤੁਸੀਂ ਉਹ ਗੋਦਰੇ ਦੀ ਸੇਫ ਵਿੱਚੋਂ ਨਾ ਜੁਲਰੀ ਲੈ ਲਓ। ਹਾਂ ਸੱਚ, ਉਹ ਤਾਂ ਭੁੱਲ ਹੀ ਗਈ। ਅਨੂ ਇਹ ਚੂੜੀਆਂ ਕਿੱਥੇ ਨੇ? ਮੰਮੀ ਜੀ ਸਾਰਾ ਕੁਝ ਇੱਥੇ ਰੱਖਿਆ ਸੀ। ਪਰ ਚੂੜੀਆਂ ਤਾਂ ਵਿੱਚ ਹੈ ਹੀ ਨਹੀਂ। ਚੋਰੀ ਤਾਂ ਨਹੀਂ ਹੋ ਗਿਆ? ਹਾਏ ਹਾਏ, ਗੋਦਰੇਜ ਦੀ ਸੇਫ ਚੋਂ ਕੋਈ ਭੂਤ ਨਹੀਂ ਚੋਰੀ ਕਰ ਸਕਦਾ, ਬੰਦਾ ਕਿੱਦਾਂ ਕਰ ਲੋ? ਤੁਸੀਂ ਫਿਰ ਮੇਹਰ ਸਿੰਘ ਅੰਕਲ ਨੂੰ ਫੋਨ ਕਰਕੇ ਪੁੱਛੋ, ਚੂੜੀਆਂ ਭੇਜੀਆਂ ਵੀ ਸੀ ਕਿ ਨਹੀਂ ਉਹਨਾਂ ਨੇ। ਹਾਂ ਉਸੇ ਨੂੰ ਫੋਨ ਕਰਦੀ ਆ।
हेलो मेहर सिंह जी। हाँ जी बोल रहे हैं जी। मैं मिसेस चीमा बोल दिया। एक गहने चो चूड़ियां तो मिलिया ही नहीं। भैन जी चूड़ियां तो तैयार पई है, शामी दुकान बंद करके देना आ जूंगा। शाम का की फायदा, व्याह तो सवेर दा है। आज है व्याह ते होर की। भैन जी इन्ने महंगे गहने बनवाए हैं, चार कार्ड होर छपवा लेंदे, एक अद्धा मेनू तो मिल जांदा। थानू कार्ड मिलिया ही नहीं। ले किथे, पर थाडा कार्ड तां अट कट के रखा सी। चलो इधर उधर हो गया होना, हुण असीं तां थोड़ी देर च पैलेस पहुंचण लगे हां। तुसीं एदां करो चूड़िया लेके सीधा पैलेस पहुंच जाओ। जे मैं शहर दे सारे मैरिज पैलेसां च थानू लब्भूंगा फिर तां बहुत टाइम लग जू। तुसीं मैनूं पैलेस दा नाम पता दस दो, मैं सीधा उत्थे ही बजूंगा। तुसीं संधू पैलेस पहुंच जाओ। संधू पैलेस ठीक है। मुबारक बाजी, सिरे चक फोटो खिंचनी है जी। अब तू मेरी सिरे चक भी फोटो नहीं खिंची हैगी, ऐदा ही सिरे छा। भाई साहब चूड़ियां तो बहुत सोहनिया बनाईया ने, चलो हुण तुसी ना नाश्ता कर लो। चूड़ियां दे पैसे किन्ना का नाश्ता कर लूं मैं, मरना थोड़ी है। तुसी पेमेंट ही कर दो। ओहो भाई साहब पेमेंट तो थोड़ी करनी होई है, आए हो एदा किद्दा जान देंगे नाश्ता किते बिना। अच्छा होता वैसे नाश्ते दी तो भुख नहीं मैनू, मैं करके आया सीगा, लंच समझ के खा लूं मैं। मामा जी अपना नुकसान हो जाना है। नुकसान मंडी चो गिली कणक चकनी है, सिरा ही चकना है। मामा इनिया मिनटा तक कुड़िया रिबन कटाने नहीं करा जिन्या तुसी चकन लई करवा रहे। ओ मामा जी जे मैं सिरा चक लिया इन्होंने डांगा चक लेनिया ने। ओ पाजी मैं चका कि तुसी चकदे हो। खिच दे दी फोटो। हां जी रेडी। बैठो भाई साहब मैं वेटर भेज दिया। ठीक है वन मोर। पाजी फिर टक लिया। तू फोटो में खिंचनी है खिंचनी, दफा हो जा। तू सानू बुक किया कसी तेनू बुक किया। सत श्री अकाल जी। मामा मिलाईया। ओ चाह पानी पीछे लग गया भाई, उत्ते जाके ठग ले। माड़ा जा लाड़े दसे रे चकोगे। मामा इनू पै जा। ओए मामा कुत्ता जड़ा पै जे, मैं बिना गलों कदे मंजे नु नहीं पिया, इनू किवें पै जा। प्लीज एक बारी चकोगे घूंघट। तेरी मां दा घूंघट है सेरा है। जो भी है एक बारी चकोगे। क्यों चक्का। मैं शगन पाना है। शगन तुझे दे मुंह च पाना है। नहीं पर शगन ता लाड़े दा मुंह देख के ही पाना है। नहीं डक डक शगन पाणो तुसी जेड़ा सिरा चकाउण नूं फिरदे हो। 21 रुपए दा शगन पाना है। यार 21 रुपया दे शगन वाले नूं अंदर बाड़दा कौन है। पाजी तुसी मेरी बेइज्जती कर रहे हो। ना बेइज्जती ता तुसी लाड़े दी कर रहे हो। क्यों इन्ने घट पैसे ता कोई लागी नूं नहीं दंदा, तुसी लाड़े नूं देणो फिरदे हो। कड्डो 1100 रुपए हुणे चकाउणा मैं सिरा। ए की है मत कड्डो कड्डो 1100 कड्डो। ठीक है ठीक है, तुसी इत्थे रहो मैं हुणे 1100 इकट्ठे करके लेआंदा। हां ओए बच तां गए, तू सिरा नहीं चकना ना चक, पर मामे दीआं अखां मूहरों परदा तां चक। ਹੁਣ ਤੈਨੂੰ ਕੀ ਦੱਸਾਂ ਮਾਮਾ ਕੀ ਹੋ ਰਿਹਾ, ਇਹ ਸਾਰੇ ਜੱਬ ਤੁਹਾਡੇ ਪਾਏ ਹੋਏ ਨੇ। ਮੇਰੇ ਕਹਦੇ ਜੱਬ ਪਾਏ ਹੋਏ ਐ। ਸੁਣੋ ਗੱਲ ਮੇਰੀ, ਇਹ ਗੱਲ ਉਦੋਂ ਦੀ ਐ ਹੈਲੋ। ਹਾਂਜੀ ਡੈਡੀ। ਪੁੱਤ ਮਨਿੰਦਰ ਤੇਰਾ ਜੀਜਾ ਦੂਜਾ ਵਿਆਹ ਕਰਵਾ ਰਿਹਾ ਹੈ। ਦੂਜਾ ਵਿਆਹ ਕਰਵਾ ਰਿਹਾ? ਕੌਣ ਦੂਜਾ ਵਿਆਹ ਕਰਵਾ ਰਿਹਾ? ਜੀਜਾ ਜੀ। ਜੀਜਾ ਜੀ ਹੈਲੋ अंकल तुहानू किने दस्या? मैं आप उसे ब्याह च खड़े संधू पैलेस दे विच, अज आखरी बार मेरा यकीन कर लो, मेरे पिछले रिकॉर्ड ते ना जायो, नहीं तुहाडा पति रिकॉर्ड तोड़ दो। हाँ एक गल होर क्लियर करता, मैं इत्थे चूड़ियां देण आया सीगा, मैनू किसे ने कार्ड दे के नहीं सद्या, कित्ते तुहानू लगे भई मैनू सद लिया, तुहानू सद्या ही नहीं। अंकल सॉरी मैं तुहानू बाद च फोन करदी हां। हेलो मैं व्याज बिजी हूँ, मैं बाद गल करा। ओके आ,
मनिंदर बरादरी इकट्ठी कर ले, संधू पैलेस चलिए। दीदी बरादरी इकट्ठी कर देना सारा खाना मुक जाना। शर्म नहीं आती, भैन का घर उजड़ रहा है, तेन खान नहीं पई है। ओ दीदी मेरा मतलब है सारे लोग खाना खा के चले जाएंगे, तू छट अपनी बरादरी, ओदी बरादरी अगे झट कर दे। चलो शगन कोई खास नहीं पे, बंदे ही नहीं पहुंचे हाले। गल सुन की है, ਪਰਾਉਣਿਆਂ ਨੂੰ ਸ਼ਿਕਾਇਤ ਆ ਵੀ ਲਾੜਾ ਮੂੰਹ ਖਾ ਕੇ ਫੋਟੋ ਖਿਚਾ ਰਿਹਾ। ਹੈਂ ਜੇ ਮੈਂ ਮੂੰਹ ਦਿਖਾਤਾ ਨਾ ਤਾਂ ਤੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ। ਮੇਰੀ ਗੱਲ ਸੁਣ, ਜਦ ਤੈਨੂੰ ਪਤਾ ਸੀ ਵੀ ਆ ਬਾਬਲਪੁਰੀ ਦਾ ਸੱਦਣਾ ਉਹਰੇ ਖਤਰਨਾਕ ਆ, ਤੂੰ ਉਹਨੂੰ ਸੱਦਿਆ ਕਿਉਂ? ਅਬ ਇਹਦਾ ਸਾਲੇ ਦਾ ਕਾਰਡ ਤੇ ਮੈਂ ਆਪ ਪਾੜ ਕੇ ਗੱਟਰ 'ਚ ਸੁੱਟਿਆ ਸੀ, ਇਹ ਗੱਟਰ 'ਚੋਂ ਕੱਢ ਲਿਆ ਕਿ ਕਿਸੇ ਹੋਰ ਦੇ ਕਾਰਡ ਤੇ ਐਂਟਰੀ ਮਾਰ ਗਿਆ। ਪਤਾ ਨਹੀਂ ਭਰਾਵਾ, ਮੈਂ ਤਾਂ ਅੱਜ ਤੱਕ ਸੁਣਿਆ ਸੀ ਵੀ ਸਾਲੀ ਬਰਾਤ ਕੁੱਟੀ ਗਈ, ਕਿਤੇ ਹੁਣ ਸੱਚੀ ਉਹਨਾਂ ਕੁੱਟੀ ਜਾਵੇ। ਉਹ ਵੇਟਰ ਪਾਣੀ ਪਿਲਾ ਯਾਰ। ਉਹ ਤੂੰ ਕਿਉਂ ਟੈਨਸ਼ਨ ਲੈਂਦਾ ਹੈਂਜੀ, ਬਰਾਤ ਤਾਂ ਕੁੜੀ ਵਾਲੇ ਕੁੱਟਦੇ ਨੇ ਨਾ, ਕੁੜੀ ਵਾਲਾ ਆ ਬੈਠਾ, ਬਾਹਰੋਂ ਥੋੜੀ ਕਿਸੇ ਨੇ ਆਉਣਾ ਕੁੱਟਣ। ਹੈਲੋ ਹੈਲੋ, ਪਹਿਲੇ ਭਾਜੀ ਜਗਤਾਰ ਦਾ ਮੁੰਡਾ ਜੀਤਾ ਇੱਥੇ ਸ਼ਹਿਰ ਚ ਵਿਆਹ ਕਰਾ ਰਿਹਾ। ਉਹ ਸੰਗਿਆ ਆਪਾਂ ਤਾਂ ਕੁੜੀ ਦੇਣੀ ਹੈ, ਸ਼ਹਿਰ ਚ ਵਿਆਹ ਕਰਾਏ ਭਾਵੇਂ ਪਿੰਡ ਚ, ਕੀ ਫਰਕ ਪੈਂਦਾ? ਓਹੋ ਉਹਦਾ ਵਿਆਹ ਕਿਸੇ ਹੋਰ ਕੁੜੀ ਨਾਲ ਹੋ ਰਿਹਾ, ਸੰਧੂ ਪੈਲੇਸ, ਮੈਂ ਉੱਥੇ ਹੀ ਖੜਾ। ਓਏ ਦਾਰੂ ਤਾਂ ਪੀਤੀ ਤੂੰ? ਲੈ ਕੀ ਗੱਲਾਂ ਕਰਦੇ ਭਾਜੀ, ਦਾਰੂ ਤਾਂ ਹਲੇ ਤੱਕ ਸ਼ੁਰੂ ਨਹੀਂ ਹੋਈ। ਤੈਨੂੰ ਪੱਕਾ ਪਤਾ ਜੀਤਾ ਹੀ ਹੈ? ਭਾਜੀ ਜੀਤੇ ਨੂੰ ਮੈਂ ਕਿਵੇਂ ਭੁੱਲ ਸਕਦਾ, ਜੀਤਾ ਤਾਂ ਮੈਨੂੰ ਹਰ ਲੰਘਦੇ ਜਿੱਥੇ ਆਉਂਦਾ ਭਰੇ ਗਲਾਸ ਲੈ ਕੇ ਜਾਂਦਾ ਠੰਡਿਆਂ ਦੇ, ਫਿਰ ਤਾਂ ਹੁਣ ਤੱਕ ਦੇ ਰਹੇ ਜਾਂਦੇ। ਫੋਨ ਰੱਖ ਤੂੰ। ਡੈਡੀ ਜੀ, ਡੈਡੀ ਜੀ। ਓ ਡੈਡੀ ਜੀ। ਹਾਂ ਬੋਲ। ਉਹ ਜਗਤਾਰ ਦਾ ਮੁੰਡਾ ਵਿਆਹ ਕਰ ਰਿਹਾ, ਚਲੋ। ਮੈਂ ਬਿਨਾਂ ਬੁਲਾਏ ਕਿਸੇ ਦੇ ਵਿਆਹ ਤੇ ਨਹੀਂ ਜਾਂਦਾ। ਉਹ ਡੈਡ ਜੀ ਉਹ ਆਪਣੀ ਰੂਪ ਨਾਲ ਮੰਗਿਆ ਹੋਇਆ ਪਰ ਵਿਆਹ ਕਿਸੇ ਹੋਰ ਨਾਲ ਕਰ ਰਿਹਾ। ਕੀ ਬਕਵਾਸ ਕਰ ਰਿਹਾ? ਸਵੇਰੇ ਜਗਤਾਰ ਮੈਨੂੰ ਮਿਲਿਆ, ਮੋਟਰ ਤੇ ਬੈਠਾ ਖਰਬੂਜਾ ਖਾ ਰਿਹਾ ਸੀ। ਉਹਨੇ ਤੁਹਾਨੂੰ ਨਾਲ ਖਰਬੂਜਾ ਖਾਣ ਲਈ ਪੁੱਛਿਆ? ਨਾ, ਇੱਥੋਂ ਹੀ ਪਤਾ ਲੱਗਦਾ ਕਿ ਉਹਦੇ ਮਨ 'ਚ ਮਹਿਲ ਸੀ। ਓਏ ਕੱਢੋ, ਮੇਰੀ ਪਿਸਤੌਲ ਕਿੱਥੇ ਹੈ? ਪਰ ਡੈਡੀ ਤੁਹਾਡੀ ਪਿਸਤੌਲ ਤੇ ਖਰਾਬ ਆ, ਉੱਥੇ ਸਰਵਿਸ ਸਟੇਸ਼ਨ ਗਈ ਹੈ ਠੀਕ ਹੋਣ ਲਈ। ਓ ਮੇਰੀ ਪਿਸਤੌਲ ਖਰਾਬ ਕਿਵੇਂ ਹੋ ਗਈ? ਮੈਂ ਤਾਂ ਕਦੇ ਚਲਾਈ ਨਹੀਂ। ਤੁਸੀਂ ਵੀ ਤਾਂ ਸਾਨੂੰ ਕਹਿੰਦੇ ਹੋ ਕਿ ਸਾਡਾ ਦਿਮਾਗ ਖਰਾਬ ਹੋਇਆ। ਅਸੀਂ ਕਦੇ ਚਲਾਏ? ਓਏ ਸਾਲੇ ਪਤਾ ਨਹੀਂ ਕਿਹੜੀ ਗੱਲ ਕਿੱਥੇ ਲਾ ਦਿੰਦੇ ਨੇ। ਚਲੋ ਰਹਿਣ ਦੋ ਡੈਡੀ, ਰਹਿਣ ਦੋ, ਤੁਹਾਡੀ ਅੱਖ ਦਾ ਆਪਰੇਸ਼ਨ ਹੋਇਆ ਹੈ। ਜੱਟ ਦੀ ਦੂਜੀ ਅੱਖ ਤਾਂ ਅਜੇ ਤੱਕ ਕਾਇਮ ਹੈ। ਵੈਸੇ ਵੀ ਬੇਟਾ ਗੋਲੀ ਚਲਾਉਣ ਲਈ ਇੱਕ ਅੱਖ ਤੇ ਬੰਦ ਕਰਨੀ ਪੈਂਦੀ ਹੈ। ਚਲੋ ਸਰਵਾਈ। ਅੰਕਲ ਕਿੱਥੇ ਨੇ? ਆਜੋ ਮੇਰੇ ਨਾਲ। ਡੈਡੀ ਰੱਬ ਕਰੇ ਤੁਹਾਡੀ ਗੱਲ ਸੱਚੀ ਹੋਵੇ, ਜੇ ਅੱਜ ਵੀ ਝੂਠ ਨਿਕਲੀ ਨਾ ਤਾਂ ਇੱਕ ਗੱਲ ਯਾਦ ਰੱਖਿਓ ਕਿ ਤੁਹਾਡੀ ਧੀ ਦਾ ਬੈਗ ਮੈਂ ਨਾਲ ਹੀ ਪੈਕ ਕਰਕੇ ਲਿਆ। ਮੇਰੀ ਧੀ ਦਾ ਕਿਉਂ? ਆਪਣੀ ਦੀਦੀ ਦਾ ਬੈਗ ਪੈਕ ਕਰਕੇ ਲੈਣਾ ਸੀਗਾ ਪੁੱਤਰ ਜੀ। ਤੁਹਾਡਾ ਜੀਜਾ ਤਾਂ ਗਿਆ ਹੈ, ਤੂੰ ਸਟੇਜ ਤੇ ਬੈਠਾ ਸ਼ਗਨ ਇਕੱਠੇ ਕਰ ਰਿਹਾ ਹੈ। ਕਿੱਥੇ? ਉਹ ਸਾਹਮਣੇ ਸਟੇਜ ਤੇ। ਮੈਂ ਪੁੱਛ ਰਹੀ ਹਾਂ ਇਹ ਕਿੱਥੇ ਨੇ? ਉਹੀ ਤਾਂ ਮੈਂ ਦੱਸ ਰਹੀ ਹਾਂ, ਉਹ ਬੈਠਾ ਲਾੜਾ ਬਣੀ। ਇਹ ਤਾਂ ਜੀਜੇ ਹੈ। ਹੋਰ ਤੂੰ ਫੁੱਫੜ ਲੱਭ ਰਿਹਾ? ਅੰਕਲ ਅਸੀਂ ਇਹਨਾਂ ਨੂੰ ਲੱਭ ਰਹੇ ਹਾਂ। ਹਾਂ ਇਹ ਤਾਂ ਜੀਜੇ ਹੈ। ਤੁਸੀਂ ਤਾਂ ਉਹਨਾਂ ਨੇ ਮੈਨੂੰ ਕਮਲਾ ਕਰ ਦੇਣਾ, ਇੱਕ ਮੰਨ ਰਹੇ ਦੂਜਾ ਮਨਾ ਕਰ ਰਿਹਾ। ਓਕੇ ਰੈਡੀ। ਅੰਕਲ ਇਹ ਉਹ ਨਹੀਂ ਹੈਗੇ, ਇਹ ਜੀਜੇ ਹੈ। ਪਹਿਲਾਂ ਤੁਸੀਂ ਦੋਨੇ ਜਾਣੇ ਸਾਈਡ 'ਚ ਜਾ ਕੇ ਸਲਾਹ ਕਰ ਲਓ ਵੀ ਇਹ ਹੈ। ਭਾਜੀ ਕੀ ਹੋ ਗਿਆ? ਅਬ ਨਹੀਂ ਉਹ ਫੋਟੋ ਖਿੱਚਣ ਲੱਗੇ, ਤੂੰ ਫਲੈਸ਼ ਮਾਰਨੀ, ਮੈਨੂੰ ਡਰ ਬੜਾ ਲੱਗਦਾ। ਅਬ ਮੈਂ ਕਿਹੜਾ ਫਲੈਸ਼ ਲਾ ਕੇ ਮਾਰਨੀ ਆ? ਨਹੀਂ ਨਹੀਂ, ਮੈਨੂੰ ਕਿਸੇ ਸਿਆਣੇ ਨੇ ਦੱਸਿਆ ਹੋਇਆ ਵੀ ਜੇ ਮੇਰੇ ਤੇ ਫਲੈਸ਼ ਵੱਜ ਗਈ ਨਾ ਮੇਰਾ ਘਰ ਉਜੜ ਜਾਣਾ। ਜਾਣ ਦਿਓ। ਓਹੋ ਤੁਹਾਨੂੰ ਕੀ ਹੋ ਗਿਆ ਚੰਗੇ ਭਲਿਆਂ ਨੂੰ? ਓ ਯਾਰ ਮੈਂ ਉਹਨਾਂ ਨੇ ਫੋਟੋਆਂ ਕਰਾ ਤੂੰ ਇਹਨਾਂ ਨੂੰ। ਜਾਣ ਦਿਓ ਜੀ। ਰੈਡੀ। ਦੀਦੀ ਦੇ ਵਿਆਹ 'ਚ ਜੀਜੇ ਦੇ ਬੂਟ ਮੈਂ ਹੀ ਲਕੋਏ ਸੀ, ਹੁਣ ਮੈਨੂੰ ਨਹੀਂ ਪਤਾ ਇਹਨਾਂ ਦੇ ਘਰ ਵਾਲਾ ਕੌਣ ਹੈ। ਪਰ ਹੁਣੇ ਤਾਂ ਤੂੰ ਜੀਜੇ ਲਾਈ ਹੋਈ ਸੀਗੀ। ਜੀਜੇ ਨੂੰ ਜੀਜੇ ਕਹੂੰ, ਹੁਣ ਜੀਜੇ ਹੋਣ ਨਾਲ ਕੋਈ ਦੀਦੀ ਦੇ ਘਰ ਵਾਲਾ ਥੋੜੀ ਬਣ ਗਿਆ। ਕਮਾਲ ਹੈ ਤੁਹਾਡੀ, ਜਦੋਂ ਨਵੇਂ ਮਿਲੇ ਸੀਗੇ ਬੜੇ ਸੰਸਕਾਰਾਂ ਦੀਆਂ ਗੱਲਾਂ ਕਰਦੇ ਸੀਗੇ, ਤੁਸੀਂ ਤਾਂ ਅੰਗਰੇਜ਼ਾਂ ਤੋਂ ਵੀ ਵੱਧ ਉੱਪਰ ਨਿਕਲੇ। ਜੇ ਤੇਰੀ ਭੈਣ ਦਾ ਘਰ ਵਾਲਾ ਨਹੀਂ ਹੈ ਤਾਂ ਬਾਹਰ ਵਾਲਾ ਹੋਣਾ। ਡੈਡੀ ਇਹ ਮਤ ਭੁੱਲੋ ਕਿ ਤੁਹਾਡੀ ਧੀ ਦਾ ਬੈਗ ਪੈਕ ਕੀਤਾ ਹੋਇਆ ਮੈਂ। ਓਏ ਤੇਰੀ ਭੈਣ ਦਾ ਘਰ ਉਜੜ ਰਿਹਾ ਹੈ ਥੋੜਾ, ਆਪਣਾ ਘਰ ਨਾ ਉਜਾੜ। ਡੈਡੀ ਸੱਚੀ ਦੀਦੀ ਦਾ ਘਰ ਵਾਲਾ ਨਹੀਂ ਹੈਗਾ। ਹਾਂ ਮੈਂ 20 ਸਾਲ ਆਪਣੀ ਧੀ ਫੁੱਲਾਂ ਵਾਂਗ ਪਾਣੀ, ਇਹਨਾਂ ਨੇ ਦੋ ਦਿਨਾਂ 'ਚ ਪਾਗਲ ਕਰ ਦਿੱਤੀ। ਓਏ ਜਗਤਾਰਿਆ ਬਾਹਰ ਨਿਕਲੋ। ਓਏ ਕੀ ਗੱਲ ਆ? ਓਏ ਅੱਖਾਂ ਦੇ ਨਾਲ ਨਾਲ ਤੇਰਾ ਦਿਮਾਗ ਵੀ ਖਰਾਬ ਹੋ ਗਿਆ, ਭੁੱਲ ਗਿਆ ਕਿ ਕੁੜਮ ਨੂੰ ਕਿੱਦਾਂ ਸੱਦਾ ਦੇਈਦਾ? ਆ ਗਿਆ। ਓਏ ਤੇਰਾ ਲਫੰਡਰ ਮੁੰਡਾ ਕਿੱਥੇ ਆ? ਮੇਰੇ ਮੁੰਡੇ ਨੂੰ ਲਫੰਡਰ ਦੱਸਦਾ, ਤੇਰੀ ਧੀ ਇੱਥੇ ਸਿਵਲ ਸਰਜਨ ਲੱਗੀ ਆ। ਓਏ ਜੋ ਮਰਜ਼ੀ ਕਹੀ ਜਾ, ਪਰ ਮੇਰੀ ਧੀ ਤੇਰੇ ਮੁੰਡੇ ਵਾਂਗੂ ਧੋਖਾ ਦੇ ਕੇ ਵਿਆਹ ਨਹੀਂ ਕਰਵਾਉਂਦੀ। ਓਏ ਬਕਵਾਸ ਨਾ ਕਰ, ਕੀ ਸਬੂਤ ਹੈ ਤੇਰੇ ਕੋਲ? ਓਏ ਸਬੂਤ ਨੂੰ ਹੁਣ 9 ਮਹੀਨੇ ਬਾਅਦ ਤੇਰਾ ਪੋਤਾ ਲੈ ਕੇ ਆਈਏ। ਚੱਲ ਆਪੇ ਚੱਲ ਕੇ ਦੇਖ ਲੈ ਸੰਧੂ ਪੈਲੇਸ। ਜੇ ਗੱਲ ਗਲਤ ਹੋਈ ਨਾ ਮੈਂ ਗੋਲੀ ਮਾਰ ਦੂੰਗਾ ਤੈਨੂੰ। ਓਏ ਮੁੰਡੇ ਨੂੰ ਕੀ ਡਰਾਉਣਾ, ਸਿੱਧਾ ਮੇਰੇ ਨਾਲ ਗੱਲ ਕਰ। ਓਏ ਮੈਂ ਤੇਰੇ ਨਾਲ ਹੀ ਗੱਲ ਕਰ ਰਿਹਾ। ਜੇ ਗੱਲ ਗਲਤ ਹੋਈ ਨਾ ਤਾਂ ਮੈਂ ਗੋਲੀ ਮਾਰ ਦੂੰਗਾ ਤੈਨੂੰ। ਜੇ ਗੱਲ ਸੱਚੀ ਹੋਈ ਇਹੀ ਗੋਲੀ ਆਪਣੇ ਆਪ ਨੂੰ ਮਾਰ ਲਈ। ਚਲੋ ਓਏ ਡੈਡੀ, ਕਿਉਂ ਨਾ ਆਪਾਂ ਛੋਟੀ ਗੱਡੀ ਲੈ ਚੱਲੀਏ? ਕਿਉਂ? ਵਾਪਸ ਆਉਣ ਲੱਗੇ ਤੁਹਾਡੇ ਦੋਵਾਂ 'ਚ ਇੱਕ ਬੰਦਾ ਤਾਂ ਘੱਟ ਹੀ ਜਾਣਾ। ਮੈਂ ਥੱਪੜ ਮਾਰੂ ਸਾਰੇ ਦੇ, ਬਕਵਾਸ ਕਰਦਾ। ਚਲੋ ਤੁਰੋ। ਓਏ ਅੰਦਰ। ਓਕੇ ਇੱਕ ਮਿੰਟ ਇੱਕ ਮਿੰਟ, ਦੀਦੀ ਜਿਸ ਦਿਨ ਆਪਾਂ ਜੀਜੇ ਦੇ ਘਰੇ ਗਏ ਸੀ ਇਹਨੇ ਕਿਹਦੇ ਨਾਲ ਇੰਟਰੋਡਿਊਸ ਕਰਾਇਆ ਸੀ ਆਪਾਂ ਨੂੰ? ਯਾਦ ਆਇਆ?
ਸਾਹਿਬ ਬਾਜੀ ਹੋਰੀ ਆਏ ਸੀ ਤੇ ਨਾਲ ਭੈਣ ਜੀ ਹੋਰੀ ਇਹ ਤੁਹਾਡੇ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਮੈਂ ਤੁਹਾਡੇ ਹਸਬੈਂਡ ਦਾ ਕਿਵੇਂ ਥੈਂਕਸ ਕਰਾਂ ਸ਼ੁਕਰ ਹੈ ਰੱਬ ਦਾ ਯਾਦ ਆਇਆ ਹੁਣ ਫਿਰ ਵਿਆਹ ਰੁਕਵਾਈਏ ਚੀਚੇ ਦਾ ਬਿਲਕੁਲ ਇਹ ਤਾਂ ਰੁਕਣਾ ਪੈਣਾ ਬੀਬਾ ਜੀ ਫਿਰ ਬੈਂਡ ਪਾਣੀ ਸ਼ੁਰੂ ਕਰੋ ਤੇਰੀ ਗੱਲ ਝੂਠ ਨਿਕਲੀ ਆ ਗੋਲੀ ਖਾਣ ਨੂੰ ਤਿਆਰ ਹੋ ਜਾ ਡੈਡੀ ਜਾਇਦਾਦ ਵੰਡ ਕੇ ਮਰਿਓ ਕੋਠੀ ਮੈਂ ਰੱਖ ਲਾ ਡੈਡੀ ਔਲਾਦ ਬਾਪ ਨੂੰ ਮਰਵਾ ਕੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਭਾਜੀ ਭਾਜੀ ਸਿਰਾ ਚੱਕੋ ਫੋਟੋ ਖਿੱਚਣੀ ਹੈ ਮੈਂ ਇੱਥੇ ਫੋਟੋ ਖਿਚਾਉਣ ਨੂੰ ਆਇਆ ਉਹ ਕੀ ਗੱਲ ਬੇਟਾ ਜੀ ਖੜੇ ਕਿਉਂ ਹੋ ਗਏ ਆ ਬਾਬਾ ਕਹੇ ਜੇ ਰਿਸ਼ਤੇਦਾਰ ਸੱਦੇ ਨੇ ਸਾਲੇ ਨਾਲ ਚਿਪ ਚਿਪ ਫੋਟੋ ਖਿਚਾਉਂਦੇ ਨੇ ਸੈਂਟ ਕਿਸੇ ਨੇ ਲਾਇਆ ਬੇਟਾ ਜੀ ਇਦਾਂ ਕਿਸੇ ਨੂੰ ਰੋਕਦੇ ਚੰਗੇ ਨਹੀਂ ਲੱਗਦੇ ਸਾਡੇ ਕਰਕੇ ਨੱਕ ਬੰਦ ਕਰਕੇ ਫੋਟੋ ਖਿਚਵਾਈ ਜਾਓ ਨਾ ਹਾਂਜੀ ਆਇਆ ਜੀ ਸਿਹਰਾ ਚੱਕੋ ਭਾਜੀ ਫੋਟੋ ਖਿੱਚਣੀ ਹੈ ਜੇ ਦੁਬਾਰਾ ਸਿਹਰਾ ਚੱਕਣ ਨੂੰ ਕਿਹਾ ਮੈਂ ਜੁੱਤੀ ਚੱਕ ਲੈਣੀ ਆ ਉਹ ਮੈਂ ਸੱਚੀ ਕਹਿ ਰਿਹਾ ਇਹਨਾਂ ਦਾ ਹੀ ਮੁੰਡਾ ਵਿਆਹ ਕਰਾ ਰਿਹਾ ਸੁਣ ਲਓ ਉਹ ਮੇਰਾ ਘਰ ਵਾਲਾ ਨਹੀਂ ਹੈ ਨਾ ਇਹ ਕਮਲਾ ਜਿਹੜਾ ਕਹਿ ਰਿਹਾ ਤੇਰਾ ਘਰ ਵਾਲਾ ਦੂਜਾ ਵਿਆਹ ਕਰਾ ਰਿਹਾ ਕਿਉਂ ਜੀ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਦਾਲ ਤਰੀ ਸੀ ਖਿਚੜੀ ਬਣ ਗਈ ਤਾਗਿਆ ਦਾ ਕਾਕਾ ਲੈ ਲੈ ਗੁੱਟ ਲੈ ਲੈ ਨਹੀਂ ਠੀਕ ਹਾਂ ਓਕੇ ਮਾਮਾ ਮੈਂ ਅੱਜ ਗੱਲ ਸੁਣ ਉਹ ਕਾਲੀ ਪੱਗ ਵਾਲਾ ਆ ਜਿਹੜਾ ਪਸਵਾਲ ਭਾਈ ਵਾਲਾ ਫੁਕਰਾ ਜਿਹਾ ਤੇਰਾ ਪਿਓ ਨਹੀਂ ਹੈ ਕਿਉਂ ਨਹੀਂ ਹੈ ਓਏ ਲਾੜੇ ਨੂੰ ਸਾਹਮਣੇ ਲਿਆਓ ਸਾਰੀ ਗੱਲ ਕਲੀਅਰ ਹੋ ਜਾਏਗੀ ਕਲੀਅਰ ਤੂੰ ਸੁੰਘ ਕੇ ਕਰੇਗਾ ਦੀਨਾ ਤਾਂ ਤੈਨੂੰ ਹੈ ਨਹੀਂ ਮਾਮਾ ਮੈਂ ਤਾਂ ਕਹਿੰਦਾ ਜਾ ਤੂੰ ਵੀ ਮੇਰੇ ਵਾਂਗੂ ਸੇਰਾ ਲਾ ਲਾ ਨਹੀਂ ਤਾਂ ਮਾਮੀ ਨੂੰ ਲੈ ਕੇ ਇੱਥੋਂ ਡੈਂਟਰ ਹੋ ਜਾ ਅੱਜ ਬਹੁਤ ਪੈੜੀ ਆ ਉਹ ਪਰ ਤੂੰ ਕਿਹਾ ਸੀ ਕਿ ਅੱਜ ਵਿਆਹ ਤੇਰਾ ਪਿਓ ਮੈਂ ਤੂੰ ਸਾਲਾ ਅਸਲੀ ਪਿਓ ਕਿਉਂ ਸਾਥ ਲਿਆ ਉਹ ਮੈਨੂੰ ਤਾਂ ਆਪ ਨਹੀਂ ਪਤਾ ਬਾਬਾ ਇਹ ਕਿੱਥੋਂ ਆ ਗਏ ਤੂੰ ਕਹਿੰਦਾ ਸੀ ਸੀਕਰਟ ਵਿਆਹ ਕਰਾਉਣਾ ਸੀਕਰਟ ਵਿਆਹ ਕਰਾਉਣਾ ਇਹ ਸਾਰਾ ਸੀਕਰਟ ਵਿਆਹ ਪੂਰੀ ਦੁਨੀਆ ਦੁਨੀ ਫਿਰਦੀ ਹੈ ਹਾਂਜੀ ਟੱਟੂ ਸੀਕਰਟ ਵਿਆਹ ਹੈ ਪਰ ਮੈਂ ਵੀ ਦੇ ਦਾਂ ਕੌਣ ਮੈਨੂੰ ਤੇਰੇ ਪਿਓ ਦੀ ਕੁਰਸੀ ਤੇ ਉਠਾਉਂਦਾ ਉਹ ਮਾਮਾ ਆਪਣੇ ਇੰਨੀਆਂ ਪੈਣੀਆਂ ਨੇ ਇਹਨਾਂ ਨੇ ਕਿਸੇ ਕੁਰਸੀ ਤੇ ਬੈਠ ਜੋਗਾ ਨਹੀਂ ਚੜਣਾ ਉਹ ਮੈਂ ਕਹਿੰਦਾ ਤੂੰ ਮਾਮੀ ਨੂੰ ਲੈ ਕੇ ਫਟਾਫਟ ਤੇ ਤਰੋ ਬੈਟਰ ਨੂੰ ਕਹਿੰਦਾ ਵਾ ਇਹਨਾਂ ਨੂੰ 5 ਮਿੰਟ ਸਾਂਭ ਕੇ ਰੱਖਦਾ ਵਾ ਨਿਕਲ ਤੋ ਮਾਮਾ ਛੇਤੀ ਡੀਜੇ ਵਾਲੇ ਪਾਸੇ ਹੋਣੀ ਆ ਮਾਮੀ ਨਿਕਲ ਸਰ ਗਜਰੇਲਾ ਲੋ ਅਰੇ ਅੱਛਾ ਗਜਰੇਲਾ ਖਾਣ ਲਿਆ ਉਹ ਚੜ ਚੱਲੇਗੀ ਓਏ ਪੁੱਛ ਪੁੱਛ ਕੇ ਮੇਰਾ ਖਾਣ ਦਾ ਮੂਡ ਨਾ ਬਣਾ ਮੇਰੀ ਕੁੜੀ ਦਾ ਘਰ ਬਰਬਾਦ ਹੋ ਰਿਹਾ ਹੱਡ ਗੋਬਰੇ ਜੇ ਜਿੱਤਣਾ ਨਾ ਹੋਇਆ ਚੁੱਪ ਕਰਕੇ ਬਾਹਰ ਆ ਜੀ ਕਿਉਂ ਸਾਹਮਣੇ ਲਿਖਿਆ ਹੋਇਆ ਪਹਿਲੇ ਸੰਦਰ ਗੋਲੀ ਚਲਾਉਣਾ ਮਨਾ ਹੈ ਓ ਡੈਡ ਜੀ ਚਲੋ ਅੱਗੇ ਚਲੀਏ ਜਾਂ ਤੇ ਅੰਕਲ ਤੁਹਾਨੂੰ ਗੋਲੀ ਮਾਰੋ ਜਾਂ ਤੁਸੀਂ ਅੰਕਲ ਨੂੰ ਗੋਲੀ ਮਾਰੋ ਤਾਂ ਕੰਮ ਮੁੱਕੇ ਕਿਉਂ ਜੀ ਲੈਣੀ ਔਲਾਦ ਚੁੱਪ ਕਰ ਇਹੋ ਜੇ ਘਰ ਚ ਮੁੰਡਾ ਵਿਆਹ ਨਾਲ ਤਾਂ ਮੈਂ ਆਪਣੀ ਜਾਨ ਦੇ ਦਾ ਓ ਚਲੋ ਚਲੋ ਸਿਹਰਾ ਚੱਕ ਅਬਾ ਮੈਂ ਨਹੀਂ ਚੱਕਣਾ ਮੇਰੇ ਮਾਤਾ ਨਿਕਲੀ ਹੋਈ ਆ ਤੇਰੇ ਮਾਤਾ ਨਿਕਲੀ ਹੋਈ ਐ ਇੱਥੇ ਦੋ ਦੋ ਪਿਤਾ ਨਿਕਲੇ ਹੋਏ ਨੇ ਜੇ ਸਿਹਰਾ ਪਾਇਆ ਤਾਂ ਚੱਕ ਚੱਕ ਅਸੀਂ ਮੂੰਹ ਦੇਖ ਕੇ ਚਲੇ ਜਾਣਾ ਸਿਹਰਾ ਚੱਕ ਚੱਕ ਸਿਹਰਾ ਦੇਖਿਆ ਜੀਤਾ ਹੀ ਐ ਡੈਡੀ ਹਲੇ ਸਿਹਰਾ ਚੱਕਿਆ ਨਹੀਂ ਚੱਕਿਆ ਮਨਿੰਦਰ ਕੌਣ ਨੇ ਇਹ ਮੈਨੂੰ ਕੀ ਪਤਾ ਆਬਾ ਕਿਤੇ ਦੇਖੇ ਨਹੀਂ ਲੱਗਦੇ ਕੌਣ ਤੁਸੀਂ ਕੌਣ ਮੈਂ ਚਰਨ ਸਿੰਘ ਤੇ ਜੀਤੇ ਦਾ ਵਿਆਹ ਮੇਰੀ ਕੁੜੀ ਨਾਲ ਪੱਕਾ ਹੋਇਆ ਓਹੋ ਪੱਕਾ ਹੋਇਆ ਤੇ ਫਿਰ ਇਹ ਕੀ ਤਰੀਕਾ ਹੋਇਆ ਦੱਸਣ ਦਾ ਹੋਰ ਕਿਵੇਂ ਦੱਸਾਂ ਮੇਰੀ ਕੁੜੀ ਨੂੰ ਛੱਡ ਕੇ ਤੇਰੇ ਨਾਲ ਵਿਆਹ ਕਰਾ ਰਿਹਾ ਤੁਹਾਡੀ ਕੁੜੀ ਦਾ ਦੋ ਨਾਲ ਰਿਸ਼ਤਾ ਹੋਇਆ ਨਾਲੇ ਜੀਤਾ ਕਹੀ ਜਾਂਦੇ ਹੋ ਨਾਲੇ ਅਨੂ ਕਹੀ ਜਾਂਦੇ ਹੋ ਇਹ ਜੀਤਾ ਹੀ ਹੈ ਤਾਂ ਹੋਊਗਾ ਅਸੀਂ ਕੀ ਲੈਣਾ ਇਹ ਲਾੜੇ ਦੀ ਗੱਲ ਕਰ ਰਿਹਾ ਇਹ ਮਨਿੰਦਰ ਹੈ ਓਏ ਮਨਿੰਦਰ ਤਾਂ ਮੈਂ ਹਾਂ ਪੰਜ ਮਨਿੰਦਰ ਬਾਹਰ ਵੀ ਹੋਣੇ ਮੈਂ ਕੀ ਲੈਣਾ ਇਹ ਮਨਿੰਦਰ ਮੇਰਾ ਹੈ ਇਹ ਤਾਂ ਵਿਆਹ ਹੋਇਆ ਤੂੰ ਤਾਂ ਲੁੱਟੀ ਗਈ ਭੈਣੇ ਲੁੱਟੀ ਤਾਂ ਤੂੰ ਗਈ ਅੱਛ ਭੈਣੇ ਇਹ ਮੇਰਾ ਘਰ ਵਾਲਾ ਨਹੀਂ ਹੈ ਇਹ ਤਾਂ ਚੀਚੇ ਆ ਉਹ ਗਜਰੀ ਚੋਗਨ ਜਾਂ 15 ਮਿੰਟਾਂ ਬਾਅਦ ਭੁੱਲ ਜਾਂਦਾ ਸੀ ਇਹ ਸਾਲੀ ਕਿਹੜੀ ਬਿਮਾਰੀ ਹੈ ਭਈ ਬੰਦਾ 15 ਸਕਿੰਟਾਂ ਬਾਅਦ ਹੀ ਭੁੱਲ ਜਾਂਦਾ ਤੂੰ ਮੂੰਹ ਲੁਕੋਈ ਖੜਾ ਜਰਾ ਚੱਕ ਮਨਿੰਦਰ ਤੁਸੀਂ ਵਿਖਾ ਦਿਓ ਨਾ ਮੂੰਹ ਅਬਾ ਬਾ ਨਹੀਂ ਮੈਂ ਬਹੁਤ ਸੋਹਣਾ ਲੱਗ ਰਿਹਾ ਮੈਂ ਨਜ਼ਰ ਬੱਟੀ ਸਾਲੇ ਨਜ਼ਰ ਲਾ ਲੈਣਗੇ ਆਲ ਆ ਵੇਖ ਉਹ ਉਈ ਅਜੀਤ ਤਾਂ ਹੈ ਨਹੀਂ ਹੈ ਮਨਿੰਦਰ ਹੈ ਨਹੀਂ 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 ਇਹ ਸੰਦੀਪ ਹੈ ਪੁੱਛ ਲਓ ਨਹੀਂ ਹੈ ਮਨਿੰਦਰ ਹੈ ਮੈਨੂੰ ਲੱਗਦਾ ਗੁੰਗਾ ਹੈ ਬੋਲ ਨਾ ਤੂੰ ਕੌਣ ਹੈ ਮੈਂ ਲਾੜਾ ਹੈ ਜੀ ਨਾ ਤੂੰ ਲਾਰਾ ਦੱਤਾ ਸਿੱਧਾ ਨਾਮ ਦੱਸ ਆ ਵੀ ਕਿਹਨੂੰ ਨਾਮ ਦੱਸ ਉਹਨੂੰ ਕੋ ਦੱਸ ਮਤਲਬ ਕਿ ਨਾਮ ਦੱਸ ਤੂੰ ਜੀਤਾ ਓਏ ਮੈਂ ਬੰਦਰ ਹੈ ਜਿਹੜਾ ਪੌਂਖ ਰਿਹਾ ਭਈਆ ਸੰਦੀਪ ਜੀ
कमाल है भाई साहब, तुहाडा ही मुंडा, तुहानू ही नहीं पता हो की रहा है। भैन से भरावो मैं तो बाद वीडियो देखना पै रहा, मेरे तो कोई समझ नहीं आ रहा की हो रहा है। तू लाड़ा बन के सुनो क्या बोलना, तू मेरा मुंडा ओ की पकाई मारी जान दियो, ए ता इन्ने दा मुंडा है, ओ ए ता दा मामा ते ना मसड़ है, ओए ओ जगह को डाक के दियो, मैं बेहोश होके डिगड़ा है। आ देख ला तेरे प्यो नु, हुणे ते डिगन वास्ते भरांडा पा दिया। मैनु कुछ समझ नहीं लग रहा, कौन की दकी है। बहन जी तुसी कुछ बोल दे क्यों नहीं, क्यों तुहाडा हस्बैंड है सारा चंगा मुके क्यों बोला, जब मेरा हस्बैंड है ओ तेरा खसम है, ए मेरे हस्बैंड ने ओ तने इना दे घर ता इनु अपना खसम दसदी सी, एनी छेती खसम बदल लेनी है। मैं तेरे वट के रेमटा मारना, ए मेरे घर वाला ते ओदा भरा है। डैडी तुसी कुछ क्यों नहीं बोलदे। मैं कुछ नहीं बोलना, जिदा जिदा जो जो है छाट के ले जो। मम्मी मैनू कुछ समझ नहीं आ रहा। मैं दसदा, ए मेरा मुंडा ते इहदा रिश्ता इहदे नाल होया। हाय हाय काका, तेरे दो प्यो ने। हां हां जी है ता दो, पर कम दा एक भी नहीं। ओए पतंदरा संग नहीं आंदी दो कहंदे नु, इत्थे सब तो दो होए पए। ओए प्यो नु मार गोली, ऐं दस मेरी धी लई मनिंदर दा रिश्ता लेके तू ही आया सीगा ना। हाय तुसी अपना रिश्ता लेके किते होर भी गए सी मनिंदर। मनिंदर ए नहीं है, मनिंदर है, ए ता जीजे है। हुण भी क्यों मन्ने, ओ तू बोल के मेरा मुंडा है। ए इना दा मुंडा है, ये पड़ा मुंडा जी दा मर्जी है, पर ए घर वाला इदा है। ओ मेरा घर वाला नहीं, एदा घर वाला है। पर्ची है मालो जीदा निकल आया ले जियो। देखिया जगतार, मेरी गल सच्ची निकली, हुण तू अपने आप नु आप गोली मारेगा या मैं मारा। खबरदार जे मेरे डैडी ने कुछ बोलिया। डैडी आ गई अकल टिकाने, नक उड़ाता मेरा। की करदा मैं जदों दा जम्मिया तुहाडियां लड़ाइयां ही देखदा आ रहा। छोटे हुंदिया जदों मैं चरण दे जवाकां नूं कुट के घरे आउंदा सी, अपनियां सट्टां ते पट्टी कर लैंदा सी, तां तुसीं टुट्टी जी हिंदी च मैनूं कहिंदे सी जट को सट नहीं लगती। इक वारी चुबारे तुहाडे पिया तुहाडियां अखां सामने, आंढ गुआंढ दे लोकां ने पुछिया की हो गया, सिर्फ तुहाडी इज्जत बचाउण करके मैं कहता, मैनूं तां आप नहीं पता, मैं तां हुणे आया वां। ते जे तुहाडियां लड़ाइयां खत्म होईयां सिद्धर कुड़मे बण गए, कदे सानूं वी पुछिया कि असीं की चाहुंदे आ। मैं रूप नूं प्यार नहीं सी करदा, शहर आया ते प्रीत नाल प्यार हो गया, पर इस सच दसण तो मैं तुहाडे तो डरदा सी, बस यही सच्चाई है। सच हाले होर भी है पापा, पर मैं तुहानू कदी कह नहीं सकी। मैं जीते नाल नहीं हरभजन नाल व्याह कराना चाहनी हाँ, पर फर्क सिर्फ इन्ना है कि जीता ना सही फैसला लेके उत्थों निकल गया ते मैं चुप रही। ये कोई होर सच है तो वो भी दस ले, यही था है सारे सच दसण वाली। मैनू शर्म आ रही है तेरी इस करतूत ते। तू तो अपनी मां दे दुध दी भी लाज नहीं रखी। मां दे दुध दी लाज रखदा ही तां मैं इस मुसीबत दे विच फसिया। दुध नालों चंगा सी मैनू सहरे लैके पालिया हुंदा, आ मुसीबत ते ना पैंदी। तू भी याद कर जिदन असीं चोरी व्याह कराण लगे सी, मैनू घरों एमरजेंसी कॉल आ गई सी, मैनू जांदे नूं तू वार्निंग दित्ती सी भई इक हच्च जहर फड़िया ते इक हच्च संदूर, जां ते दो घंटे बाद आके मेरे सिर च संदूर पा दे ते जां फिर मेरा भोग पवा दई।
उधर मैं घर गया, डैडी दिल फड़ के बैठे हुए सी, दवाइयां चुक चुक के मार रहे सी। कहिंदे मैं इहदे प्यो नूं तुहाडे व्याह दा वादा कीता होया। अनु दा हाथ फड़ लै पुत्तर, मैं दिल ते बोझ लैके नहीं मरना चाहुंदा। मम्मी जी उधर भी तुसीं साइड ते ले जाके मैनूं इही कहा सी, पुत्तर अनु दा सुहाग बन जानी ते मेरा सुहाग उजड़ जाणा है, मेरे दुध दी लाज रख लै पुत्तर। ओ किन्ना कि दुध पी लिया सी यार, मैं सारा दुध मैं कल्ले ने पी लिया, भैण भरा भुखे मारदे सी मैं अपने। अनु पुत्तर कसूर मेरा ही है, असीं रिश्तियां दे इमोशंस नूं लैके इनू ब्लैकमेल कर दे रहे हैं। ते होर इधर मैं अनु दा हाथ फड़िया, उधरों डैडी छाल मार के उठ पे, मंगाओ वही बंगाली तो कलाकंद, शुगर हाई होने करके हार्ट अटैक होया सी, अद्धा डब्बा कलाकंद दा फेर खा गए। सारा कसूर साडा ही है बेटे। नहीं, कसूर तो मेरा भी है, मैं तो मोहब्बत ही कंडीशन लाती, सुसाइड की धमकी वो गलत गल सी, आई एम सॉरी। तुसी अपने पेरेंट्स दी इमोशंस नु भी हर्ट नहीं होने दिता, ते अपने प्यार दी भी लाज रखी, तुसी इन्हां दोनों नु माफ कर दो, मैं तुहानू माफ कर दांगी। पर मैं इस टॉल नु कदी माफ नहीं करांगी जेड़ा मनिंदर बन के मेरे नाल व्याह करा रिया सी। ओ मनिंदर मनिंदर लाइया, एक बारी मनिंदर देखता ला है कह जिया, जे ना सारी जिंदगी कुवारी बैठी रही तां कहीं। मुंह संभाल के गल करो ए, मैनू मिर्गी पैंदी है। ओ तू तां चुप कर यार, तेरे ते मेहर सिंह ने मेहर करती, नहीं तू तां छड़िया दा ब्रांड एंबेसडर होना ही। चलो छड्डो जी, मेरी धी दा जो बिगड़ना सी बिगड़ गया, हुण याद ना करां। नहीं नहीं जी, तुहाडी धी दे हिसाब नाल तां बिलकुल सही मुंडा मनिंदर। आ संदीप दा साथ देण दे चक्कर च मैनू भी पता नहीं की बनना पिया, साली फोन चक्कण वेले भी यही कन्फ्यूजन रहिंदी सी कि मैं कौन बोलदा, जीता मनिंदर जां चीमा। मैनू झूठ तो सख नफरत है। ना मैं झूठ च बीए कीती आ, तेरे भरा दे दोनों घर बचे रहने, इस चक्कर दे विच तुहाडे घर आया सी मनिंदर बन के, बैड इंप्रेशन पाउण दे लई। पर तैनू देखदे ही ऐसा गुड इंप्रेशन पिया तेरा, मैं पलटी मार गया, फैसला कीता भी तेरे भरा दे भावे दोने घर उजड़ जाण, मेरा घर वसना चाहिदा तेरे नाल। चलो भाई सारे खुशी खुशी ब्याह नबेड़ के आप दे आप दे घर चलो है। मैनू तो फिर दस देंदे जी मैं केड़े घर जाना जी। भाई चीमा जी तुसी तो हुण सांझी ट्रॉफी वांगू 6 महीने इस टीम कोले, 6 महीने उस टीम कोले, यो जी। चल एक गल दस, इन्नी नाराज होने वाली की गल सी, मैं दो प्यो बनाए सी, तेरे भरा वांगू दो दो वोटियां तो नहीं रखियां।